ਡਾਕਟਰਸ ਸਿਸ ਜੋਲਦੀ ਪੁਸਤਕ ਰੰਗਾ ਦੀ ਗਾਗਰ ਦਾ ਦੂਸਰਾ ਲੇਖ ਵਟਵਾਰਾ ਹੋਇਆ ਤੇ ਜਵਾਨੀ ਆਈ ਜਿਵੇਂ ਕਿ ਮੈਂ ਪਹਿਲੇ ਦੱਸ ਚੁੱਕਾ ਕਿ ਬਚਪਨ ਤਾਂ ਸਾਡਾ ਹੁਣ ਦੇ ਪਾਕਿਸਤਾਨ ਦੇ ਇਲਾਕੇ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਿਹਾ ਜਾਂਦਾ ਵਿੱਚ ਹੀ ਬੀਤਿਆ ਵਟਵਾਰੇ ਵੇਲੇ 1947 ਚ ਨੌਵੀਂ ਜਮਾਤ ਪਾਸ ਕਰਕੇ ਗਰਮੀਆਂ ਨਹੀਂਆਂ ਛੁੱਟੀਆਂ ਤੱਕ ਜੜਾਂ ਵਾਲਾ ਗਵਰਨਮੈਂਟ ਸਕੂਲ ਵਿੱਚ ਦਸਵੀਂ ਜਮਾਤ ਦੀ ਪੜ੍ਹਾਈ ਕੀਤੀ 1947 ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਕਾਫੀ ਗੜਬੜ ਸ਼ੁਰੂ ਹੋ ਗਈ ਸੀ ਤੇ ਪਿੰਡੋਂ ਸਕੂਲ ਜਾਣਾ ਜਾਂ ਹੌਸਟਲ ਵਿੱਚ ਹੀ ਰਹਿਣਾ ਪੂਰਾ ਸੁਰੱਖਿਅਤ ਨਹੀਂ ਸੀ ਅੱਲਾਹੁ ਅਕਬਰ ਜੋ ਬੋਲੇ ਸੋ ਨਿਹਾਲ ਤੇ ਜੈ ਬਜਰੰਗ ਬਲੀ ਦੇ ਨਾਰੇ ਕਈ ਵਾਰ ਰਾਤ ਨੂੰ ਸੁੱਤਿਆਂ ਜਗਾ ਦਿੰਦੇ ਸਨ ਇੱਕ ਵਾਰ ਹੌਸਟਲ ਉੱਤੇ ਮੁਸਲਮਾਨਾਂ ਦੇ ਹਮਲੇ ਦਾ ਡਰ ਹੋ ਗਿਆ ਤਾਂ ਸਾਡੇ ਹੌਸਟਲ ਸੁਪਰਡੈਂਟ ਗਿਆਨੀ ਜੀ ਨੇ ਸਾਨੂੰ ਮਾਤਾ ਸਹਿਬ ਘੌਰ ਦੀ ਸੌਂਚੁਕਾ ਕੇ ਵਾਅਦਾ ਲਿਆ ਕਿ ਜੇ ਹਮਲਾ ਹੋਇਆ ਤਾਸੀ ਉਹਨੂੰ ਉਹਦੇ ਬਾਲ ਬੱਚਿਆਂ ਨੂੰ ਛੱਡ ਕੇ ਨਹੀਂ ਜਾਵਾਂਗੇ ਉਸ ਗਿਆਨੀ ਜੀ ਦੀ ਸੈਮੀ ਹੋਈ ਸੈਮੀ ਜੀ ਪਰ ਹੌਸਲਾ ਰੱਖ ਕੇ ਬੋਲਦੀ ਸ਼ਕਲ ਮੇਰੀਆਂ ਅੱਖਾਂ 'ਗੇ ਹਾਲਾਂ ਵੀ ਕਈ ਵਾਰ ਆਉਂਦੀ ਹੈ ਤੁਸੀਂ ਅੱਜ ਮਾਤਾ ਸਾਹਿਬ ਕੌਰ ਦੀ ਝੋਲੀ 'ਚ ਬੈਠੇ ਹੋ ਵੇਖਿਓ ਕਿਤੇ ਲਾਜ ਨਾ ਲਗਾ ਦਿਓ ਦੌੜਨਾ ਚਾਹੇਓ ਇਹ ਸੀ ਕੁਝ ਪਹਿਲਾ ਪਹਿਲਾ ਤਜਰਬਾ ਉਸ ਬਟਵਾਰੇ ਦੀ ਸلسਲੇ ਵਿੱਚ ਸੋਚੀਦਾ ਸੀ ਇਹੋ ਇਨਕਲਾਬ ਜ਼ਿੰਦਾਬਾਦ ਹੈ ਜਿਹਦੇ ਨਾਰੇ ਗਲਾ ਫਾੜ ਫਾੜ ਸੀ ਪਰਸਰਾਮ ਦੇ ਜਲੂਸ ਚਲਾਉਂਦੇ ਹੁੰਦੇ ਸੀ ਪਹਿਲੀ ਵਾਰ ਅਹਿਸਾਸ ਹੋਇਆ ਕਿ ਮਜ਼ਬ ਵੀ ਇੱਕ ਦੂਜੇ ਦੇ ਵੈਰੀ ਹੁੰਦੇ ਹਨ ਮਜ਼ਬ ਦੂਜਾ ਹੋਣ ਕਰਕੇ ਬੰਦਾ ਮਾਰ ਵੀ ਦਿੱਤਾ ਜਾ ਸਕਦਾ ਹੈ ਪਿੰਡਾਂ ਵਿੱਚ ਕਦੀ ਕੋਈ ਮਜ਼ਬੀ ਜਨੂਨ ਨਹੀਂ ਸੀ ਦੇਖਿਆ ਮੁਸਲਮਾਨਾਂ ਤੇ ਸਿੱਖਾਂ ਦੇ ਪਿੰਡ ਤਾਂ ਭਾਵੇਂ ਵੱਖੋ ਵੱਖਰੇ ਸਨ ਪਰ ਇਹ ਕਦੀ ਖਿਆਲ ਹੀ ਨਹੀਂ ਸੀ ਆਇਆ ਕਿ ਇੰਜ ਕਿਉਂ ਹੈ ਸਾਡੇ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਤੇ ਆਮ ਜੰਗਲੀ ਮੁਸਲਮਾਨ ਦੁੱਤ ਦੀਆਂ ਗਾਗਰਾਂ ਦੇ ਜਾਂਦੇ ਸਨ ਕਿਉਂਕਿ ਉਹ ਮਾਲ ਡੰਗਰ ਕਾਫੀ ਰੱਖਦੇ ਸਨ ਖਾਸ ਕਰਕੇ ਮੱਝਾਂ ਜੋ ਚਰਾਗਾਹਾਂ ਚ ਚਰਾਉਂਦੇ ਸਨ ਇਹਨਾਂ ਨੂੰ ਪਸ਼ੂਆਂ ਦੀ ਚੋਰੀ ਦੀ ਵੀ ਬਹੁਤ ਆਦਤ ਸੀ ਸਗੋਂ ਇੱਕ ਕਿਸਮ ਦਾ ਸ਼ੌਕ ਜਿਹਾ ਹੁੰਦਾ ਸੀ ਇਹ ਆਮ ਮਸ਼ਹੂਰ ਸੀ ਕਿ ਜਿੰਨੀ ਦੇਰ ਕੋਈ ਜਵਾਨ ਜੰਗਲੀ ਕੋਈ ਪਸ਼ੂ ਚੋਰੀ ਨਾ ਕਰ ਲਿਆਵੇ ਉਨੀ ਦੇਰ ਉਹਦਾ ਵਿਆਹ ਨਹੀਂ ਸੀ ਹੁੰਦਾ ਮੁਸਲਮਾਨ ਤੇ ਸਿੱਖਾਂ ਦੇ ਪਿੰਡਾਂ ਵਿੱਚ ਕਾਫੀ ਲੈਣ ਦੇਣ ਤੇ ਇੱਕ ਦੂਜੇ ਦੇ ਆਉਣ ਜਾਣ ਹੁੰਦਾ ਸੀ ਇਹ ਬਟਵਾਰੇ ਵੇਲੇ ਸੀ ਕਿ ਸ਼ਹਿਰਾਂ ਦੀ ਮਜਬੀ ਜਨੂਨ ਦੀ ਅੱਗ ਨੇ ਪਿੰਡਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਮੈਂ ਜਦ ਘਰ ਪਿੰਡ ਆ ਕੇ ਦੱਸਦਾ ਸੀ ਕਿ ਇੰਜ ਜਲੂਸ ਨਿਕਲਦੇ ਸੀ ਤੇ ਇੰਜ ਨਾਰੇ ਲੱਗਦੇ ਸੀ ਤਾਂ ਸਾਰੇ ਹੈਰਾਨ ਹੁੰਦੇ ਸੀ ਕਿ ਜੇ ਆਜ਼ਾਦੀ ਨਾਲ ਇਹ ਇਲਾਕਾ ਪਾਕਿਸਤਾਨ ਬਣਨਾ ਹੀ ਹੈ ਤਾਂ ਇਹ ਮਾਰ ਢਾੜ ਕਿਉਂ ਹੈ? ਇਹ ਸਭ ਕੁਝ ਵੇਖਣ ਤੇ ਵੀ ਜੇ ਕੋਈ ਕਹਿੰਦਾ ਸੀ ਕਿ ਸਾਨੂੰ ਇਹ ਪਿੰਡ ਤੇ ਘਰ ਛੱਡ ਕੇ ਜਾਣਾ ਪੈਣਾ ਤਾਂ ਯਕੀਨ ਨਹੀਂ ਸੀ ਆਉਂਦਾ। ਕਿ ਕਿਉਂ ਤੇ ਕਿੱਥੇ ਜਾਵਾਂਗੇ ਇਹ ਘਰ ਛੱਡ ਕੇ ਤੇ ਕੌਣ ਆਏਗਾ ਇੱਥੇ ਕੰਮ ਕਰ? ਜਵਾਨੀ ਖਾਸ ਕਰਕੇ ਚੜਦੀ ਜਵਾਨੀ ਬਹੁਤ ਨੇ ਡਰ ਹੁੰਦੀ ਐ। ਚੰਗੇ ਹੋਣ ਦੇ ਬਾਵਜੂਦ ਤੇ ਸਕੂਲ ਤਕਰੀਬਨ ਨਾਲ ਲੱਗਣ ਦੇ ਬਰਾਬਰ ਹੁੰਦਿਆਂ ਵੀ ਅਸੀਂ ਹੌਸਟਲ ਵਿੱਚ ਇਸ ਕਰਕੇ ਰਹਿੰਦੇ ਸੀ ਤੇ ਜਾਂਦੇ ਸੀ ਕਿ ਨਹੀਂ ਤਾਂ ਗਿਆਨੀ ਜੀ ਇਕੱਲੇ ਰਹਿ ਜਾਣਗੇ। ਪਰ ਇੱਕ ਦਿਨ ਅਚਾਨਕ ਹੀ ਪਤਾ ਲੱਗਾ ਕਿ ਗਿਆਨੀ ਜੀ ਹੌਸਟਲ ਛੱਡ ਕੇ ਕਿਤੇ ਚਲੇ ਗਏ ਹਨ। ਸ਼ਾਇਦ ਉਹ ਆਪਣੇ ਟੱਬਰ ਸਮੇਤ ਇਲਾਕਾ ਛੱਡ ਕੇ ਹਿੰਦੁਸਤਾਨ ਵਾਲੇ ਪਾਸੇ ਆ ਗਏ ਹੋਣੇ ਨਹੀਂ ਇਹ ਯਕੀਨ ਸੀ ਕਿ ਮਾਰੇ ਨਹੀਂ ਗਏ ਮਨ ਨੂੰ ਦੁੱਖਤਾ ਹੋਇਆ ਕਿ ਅਸੀਂ ਖਤਰੇ ਸਿਰ ਲੈ ਕੇ ਸਾਈਕਲਾਂ ਨਾਲ ਕਿਰਪਾਨਾਂ ਬਨ ਕੇ ਪਿੰਡਾਂ ਤੋਂ ਉਹਨਾਂ ਦੀ ਖਾਤਰ ਆਉਂਦੇ ਸੀ ਤੇ 20-20 ਮੁੰਡੇ ਵਾਰੀ-ਵਾਰੀ ਹੋਸਟਲ 'ਚ ਰਹਿੰਦੇ ਸੀ ਪਰ ਉਹਨਾਂ ਜਾਣ ਲੱਗਿਆ ਦੱਸਿਆ ਵੀ ਨਹੀਂ ਤੇ ਮਾਤਾ ਸਾਹਿਬਕੌਰ ਦੀਆਂ ਸੌਣ ਚਕਾਉਣ ਵਾਲਾ ਅਚਾਨਕ ਮੈਦਾਨ ਛੱਡ ਕੇ ਆਪ ਹੀ ਭੱਜ ਗਿਆ ਥੋੜੇ ਦਿਨਾਂ ਵਿੱਚ ਹੀ ਆਉਣਾ ਜਾਣਾ ਨਾ ਮੁਮਕਿਨ ਹੋ ਗਿਆ ਰਾਤਾਂ ਨੂੰ ਸਾਡੇ ਪਿੰਡ ਵਿੱਚ ਵੀ ਦੂਜੇ ਪਿੰਡਾਂ ਵਿੱਚ ਵੀ ਢੋਲ ਵੱਜਦੇ ਤੇ ਨਾਰੇ ਲੱਗਦੇ ਸੁਣਾਈ ਦੇਣ ਲੱਗ ਪਏ ਹਾਲਾਤ ਕਾਫੀ ਖਰਾਬ ਹੋ ਗਏ ਪਰ ਡਰ ਨਹੀਂ ਸੀ ਲੱਗਦਾ ਮਾੜਾ ਜਿਹਾ ਕਿਸੇ ਪਾਸੇ ਵੀ ਢੋਲ ਵੱਜਦਾ ਜਾਂ ਸ਼ੋਰ ਸ਼ਰਾਬਾ ਸੁਣ ਕੇ ਬਰਛੀਆਂ ਤਲਵਾਰਾਂ ਲੈ ਕੇ ਪਿੰਡੋਂ ਬਾਹਰ ਉਸ ਪਾਸੇ ਖੜੇ ਹੋ ਜਾਈਦਾ ਸੀ ਸਿਆਣੇ ਤੇ ਬਜ਼ੁਰਗ ਬੜਾ ਰੋਕਦੇ ਸਨ ਤੇ ਕਈ ਵਾਰ ਹਥਿਆਰ ਵੀ ਖੋ ਲੈਂਦੇ ਸਨ ਪਰ ਫਿਰ ਵੀ ਸਾਥੋ ਜਵਾਨੀ ਫੁੱਟ ਦੇ ਮੁੰਡਿਆਂ ਤੋਂ ਰਿਹਾ ਨਹੀਂ ਸੀ ਜਾਂਦਾ ਸੋਚੀਦਾ ਸੀ ਕਿ ਹਮਲਾ ਕਰਨ ਵਾਲੇ ਅੱਗੇ ਆਉਣ ਤਾਂ ਮਜ਼ਾ ਚਖਾ ਦਈਏ ਪਰ ਅਚਾਨਕ ਛੇਤੀ ਹੀ ਮਾਹੌਲ ਬਣ ਗਿਆ ਕਿ ਪਿੰਡ ਛੱਡਣਾ ਪੈਣਾ ਸਾਡੇ ਨੇੜੇ ਤੇੜੇ ਕਈਆਂ ਪਿੰਡਾਂ ਤੇ ਮੁਸਲਮਾਨਾਂ ਦੇ ਹਮਲੇ ਹੋਏ ਮੁਸਲਮਾਨ ਫੌਜੀ ਵੀ ਕਿਤੇ ਕਿਤੇ ਨਾ ਲੁੱਟਾਂ ਵਿੱਚ ਹਿੱਸਾ ਲੈਂਦੇ ਸਨ ਜਦ ਪਿੰਡ ਉੱਠ ਜਾਂਦਾ ਸੀ ਤਾਂ ਬਚਦਾ ਖੁੱਛਦਾ ਸਭ ਕੁਝ ਲੁੱਟ ਲਿਆ ਜਾਂਦਾ ਸੀ ਲਾਗਲੇ ਪਿੰਡਾਂ ਦੇ ਜਾਣਕਾਰ ਮੁਸਲਮਾਨ ਚੀਜ਼ਾਂ ਵਸਤਾਂ ਸਸਤੀਆਂ ਖਰੀਦਣ ਜਾਂ ਮੁਫਤ ਵਿੱਚ ਇਕੱਠੀਆਂ ਕਰਨ ਨੂੰ ਹੀ ਆ ਜਾਂਦੇ ਸਨ ਮੇਰਾ ਇੱਕ ਦੋਸਤ ਲਾਗਲੇ ਮੁਸਲਮਾਨਾ ਦੇ ਪਿੰਡ ਦਾ ਜਵੇਦ ਸੀ ਜਦ ਸਕੂਲ ਜਾਣਾ ਬੰਦ ਹੋ ਗਿਆ ਮੈਂ ਆਪਣਾ ਰੈਲੇ ਦਾ ਸਾਈਕਲ ਉਹਨੂੰ ਦੇ ਆਇਆ ਪਿੰਡੋਂ ਸਾਡੇ ਉੱਠਣ ਤੋਂ 10-15 ਦਿਨ ਪਹਿਲਾਂ ਉਹ ਆ ਕੇ ਮੈਨੂੰ 40 ਰੁਪਏ ਦੇ ਗਿਆ ਮੈਂ ਬਥੇਰਾ ਕਿਹਾ ਕਿ ਮੈਂ ਇਹ ਨਾਲ ਤਾਂ ਲੈ ਜਾਣਾ ਨਹੀਂ ਪਰ ਉਹ ਨਾ ਮੰਨਿਆ ਤੇ ਬਦੋ ਬਦੀ 40 ਰੁਪਏ ਮੇਰੀ ਜੇਬ 'ਚ ਪਾ ਕੇ ਗਿਆ ਉੱਡਾ ਬਡਬਾਈਆਂ ਅੱਖਾਂ ਨਾਲ ਮੈਨੂੰ ਗਲਬੱਕੜੀ ਪਾ ਕੇ ਮਿਲਿਆ ਤੇ ਖੁਦਾ ਹਾਫਿਜ਼ ਕਹਿ ਕੇ ਫਟਾਫਟ ਪਿੱਟ ਪੁਮਾ ਕੇ ਚਲਾ ਗਿਆ ਤਾਂ ਜੋ ਮੈਂ ਉਹਦੀਆਂ ਅੱਖਾਂ ਵਿੱਚ ਅੰਜੂ ਨਾ ਵੇਖ ਲਵਾਂ ਮੇਰਾ ਮਨ ਵੀ ਡੋਲ ਗਿਆ ਹੈਰਾਨੀ ਦੀ ਗੱਲ ਹੈ ਇੰਨੀ ਮذਬੀ ਜਨੂਨ ਦੀ ਬਲਦੀ ਅੱਗ ਵਿੱਚ ਵੀ ਆਪਸੀ ਇਨਸਾਨੀ ਰਿਸ਼ਤਿਆਂ ਦੀ ਸ਼ੀਤਲ ਤਾਨੂੰ ਆਂਚ ਨਹੀਂ ਲੱਗੀ ਇੰਜ ਮਹਿਸੂਸ ਹੋਇਆ ਕਿ ਮਜ਼ਬ ਕੋਈ ਚੀਜ਼ ਚੰਗੀ ਚੀਜ਼ ਨਹੀਂ ਇਹ ਤਾਂ ਚੰਗੇ ਭਲੇ ਇਨਸਾਨਾਂ ਚ ਐਵੇਂ ਵਿਤਕਰੇ ਤੇ ਫਰਕ ਪਾਈ ਜਾਂਦਾ ਹੈ ਇਨਸਾਨਾਂ ਨੂੰ ਹਯਾਨ ਤੋਂ ਬੱਦਤਰ ਬਣਾਈ ਜਾਂਦਾ ਹੈ ਮੇਰੇ ਅੱਲੜ ਦਿਮਾਗ ਤੇ ਮਜ਼ਬ ਦਾ ਇੰਤ ਡੂੰਗਾ ਨਾ ਪੱਖੀ ਪ੍ਰਭਾਵ ਪਿਆ ਉਸ ਤੋਂ ਪਿੱਛੋਂ ਮੈਂ ਕਦੀ ਕਿਸੇ ਰਸਮੀ ਮਜ਼ਬਦ ਦਾ ਜਨੂਨੀ ਨਹੀਂ ਬਣ ਸਕਿਆ ਇਹ ਮਹਿਸੂਸ ਹੋਇਆ ਕਿ ਬੇਗਾਨਿਆਂ ਨੂੰ ਬੇਗਾਨੇ ਮਾਰਦੇ ਤੇ ਲੁੱਟਦੇ ਸਨ ਮਜ਼ਬਾਂ ਦੀ ਅੱਗ ਨੇਤਾ ਪੜਕਾਉਂਦੇ ਸਨ ਪਰ ਵਾਕਫਾਂ ਦੋਸਤਾਂ ਦੇ ਮਨਾਂ ਤੇ ਤਾਂ ਸਭੋਂ ਕਰਾਰੀ ਸੱਟ ਵੱਜਦੀ ਸੀ ਸੋਚਦਾ ਹਾਂ ਕਿ ਜੇ ਮਜ਼ਬ ਤੇ ਮਜ਼ਬਾਂ ਵਾਲੇ ਨਾ ਹੁੰਦੇ ਤੇ ਸ਼ਾਇਦ ਇਨਸਾਨ ਇਨਸਾਨ ਦੇ ਤੌਰ ਤੇ ਸੌਖਾ ਜੀ ਸਕਦਾ ਸੀ ਇਹ ਲੁੱਟ ਖਸੁੱਟ ਕਤਲ ਓਗਾਰਤ ਔਰਤਾਂ ਦੀ ਬੇਹੁਰਮਤੀ ਮਜ਼ਹਬ ਦੇ ਨਾਂ ਤੇ ਹੀ ਤਾਂ ਹੋਈ ਹੈ ਨੰਗੀਆਂ लाचार ਔਰਤਾਂ ਦਾ ਜਲੂਸ ਕੱਢ ਕੇ ਔਰਤਾਂ ਦੀਆਂ ਦੁੱਧੀਆਂ ਕੱਟ ਕੇ ਬੇਹੁਰਮਤੀਆਂ ਕਰਕੇ ਬੱਚਿਆਂ ਤੇ ਨਿਹੱਥੇ ਜਵਾਨਾਂ ਬੁੱਢਿਆਂ ਦਾ ਸ਼ਿਕਾਰੀਆਂ ਵਾਂਗੂ ਸ਼ਿਕਾਰ ਖੇਡ ਕੇ ਪਤਾ ਨਹੀਂ ਕਿਸ ਮਜ਼ਹਬ ਜਾਂ ਧਰਮ ਦਾ ਕਲੇਜਾ ਠੰਡਾ ਕੀਤਾ ਇਹਨਾਂ ਲੋਕਾਂ ਨੇ ਕਾਲਸਾ ਹੋਸਟਲ ਵਿੱਚ ਸਵੇਰੀ ਸ਼ਾਮ ਜਪਜੀ ਸਾਹਿਬ ਦੇ ਰਹਿਰਾਸਬ ਦਾ ਪਾਠ ਹੋਸਟਲ ਦੇ ਗੁਰਦੁਆਰੇ 'ਚ ਨਿਤ ਨਿਤਨੇਮ ਨਾਲ ਹੁੰਦਾ ਸੀ ਮੈਂ ਰਹਿਰਾਸ ਦਾ ਪਾਠ ਬੜੇ ਸ਼ੌਕ ਤੇ ਰੂਹ ਨਾਲ ਕਰਦਾ ਹੁੰਦਾ ਸੀ ਇਹਨਾਂ ਦੰਗਿਆਂ ਤੋਂ ਮਗਰੋਂ ਆਪਣੀ ਹਮ ਮਜ਼ਬਾਂ ਤੇ ਦੂਜੇ ਮਜ਼ਬਾਂ ਦੇ ਪੈਰੋਕਾਰਾਂ ਦੀਆਂ ਕਰਤੂਤਾਂ ਸੁਣ ਕੇ ਤੇ ਵੇਖ ਕੇ ਪਾਠ ਕਰਨ ਤੋਂ ਹੀ ਮਨ ਹੀ ਉੱਠ ਗਿਆ ਫਿਰ ਵੀ ਕਿਤੇ ਕਿਤੇ ਜਪਜੀ ਸਾਹਿਬ ਦੇ ਰਹਿਰਾਸ ਦਾ ਪਾਠ ਕਰ ਲੈਂਦਾ ਸੀ ਪਰ ਜਾਦੀਕ ਰਾਤ ਜੜਮਲੇ ਦਾਣਾ ਮੰਡੀ ਦੇ ਕੈਂਪ ਵਿੱਚ ਜਮਾ ਹੋਏ 10000 ਹਿੰਦੂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਕਈ ਕਹਿੰਦੇ ਸਨ 20000 ਬੰਦਾ ਸੀ। ਮੇਰਾ ਰਸਮੀ ਮਜ਼ਬਾ ਤੋਂ ਯਕੀਨ ਹੀ ਚੁੱਕਿਆ ਗਿਆ। ਇਹ ਨਹੀਂ ਕਿ ਮੈਂ ਕਿਸੇ ਧਰਮ ਦੇ ਮੂਲ ਧਰਮ ਤੇ ਮੂਲ ਰੂਪ ਵਿੱਚ ਯਕੀਨ ਨਹੀਂ ਰੱਖਦਾ। ਸਗੋਂ ਵਕਫ ਵਕਫਤਰ ਨੂੰ ਸਮਝਣ ਖਾਤਰ ਮੈਂ ਕੁਰਾਨੀ ਪਾਕ ਦੀ ਵਕਫ ਵਕਫਤਰਜਮੇ 4-5 ਵਾਰ ਧਿਆਨ ਨਾਲ ਪੜ੍ਹੇ ਹਾਂ। ਪੂਰੀ ਮਹਾਭਾਰਤ ਗੀਤਾ ਰਮਾਇਣ ਬਾਈਬਲ ਦੀ ਪੁਰਾਣੀ ਤੇ ਨਵੀਂ ਟੈਸਟਾ ਪੈਂਟ ਬੁੱਧ ਦੀ ਜਨਰਲ ਲਿਟਰੇਚਰ ਆਦਿ ਪੜਿਆ ਹੈ ਪਰ ਜੋ ਆਦਮ ਜਨਤ ਕਰ ਰਹੀ ਹੈ ਇਹ ਕਿਸੇ ਧਰਮ ਦੀ ਕਿਤਾਬ ਜਾਂ ਗ੍ਰੰਥ ਵਿੱਚ ਨਹੀਂ ਲਿਖਿਆ ਕਮਜ਼ ਕਮ ਮੇਰੀ ਨਿਗਾਹ ਕਿਤੇ ਨਹੀਂ ਪਿਆ ਇਹਨਾਂ ਧਰਮ ਗ੍ਰੰਥਾਂ ਵਿੱਚੋਂ ਜੇ ਆਦਮੀ ਚਾਰ ਲਾਈਨਾਂ ਜਾਂ ਸ਼ਬਦ ਵੀ ਪੜ ਕੇ ਪੱਲੇ ਬਣ ਲਏ ਤਾਂ ਇਨਸਾਨ ਬਣ ਸਕਦਾ ਪਰ ਅਸਲੀਅਤ ਇਹ ਹੈ ਇਨਸਾਨ ਬਨਣੇ ਕੀ ਹਿੰਮਤ ਨਾ ਹੋਈ ਆਦਮੀ ਖੁਦਾ ਸੇ ਡਰਤਾ ਰਹਾ ਮਜ਼ਬਾਂ ਤੇ ਧਰਮਾਂ ਬਾਰੇ ਜੋ ਕੁਝ ਮੈਂ ਪੜਿਆ ਸੁਣਿਆ ਜਾਂ ਵੇਖਿਆ ਉਹ ਇਹ ਹੈ ਕਿ ਆਦਮੀ ਨੂੰ ਆਪਣੇ ਇਸ਼ਟ ਜਾਂ ਰੱਬ ਵਿਚਾਰ ਕਿਸੇ ਠੇਕੇਦਾਰ ਜਾਂ ਵਿਚੋਲੇ ਦੀ ਜ਼ਰੂਰਤ ਨਹੀਂ ਹੈ ਮੇਰਾ ਯਕੀਨ ਹੈ ਕਿ ਰੱਬ ਵੱਲ ਸਾਫ਼ ਨੀਅਤ ਨਾਲ ਇੱਕ ਕਦਮ ਪੁੱਟੀਏ ਤਾਂ ਰੱਬ ਦਾਸ ਕਦਮ ਅੱਗੇ ਹੋ ਕੇ ਮਿਲਦਾ ਹੈ ਇਹ ਧਰਮ ਦੇ ਠੇਕੇਦਾਰ ਤੱਕ ਉਰਾਹੀ ਪਾਉਂਦੇ ਨੇ ਤੇ ਰੱਬ ਤੋਂ ਦੂਰ ਕਰਦੇ ਹਨ ਰੱਬ ਦੀ ਘੜਤ ਨੂੰ ਤੋੜਨ ਵਾਲਾ ਉਹਦੀ ਦੁਰਵਰਤੋਂ ਕਰਨ ਵਾਲਾ ਭਲਾ ਉਸ ਬਣਾਉਣ ਵਾਲੇ ਨੂੰ ਕਿਵੇਂ ਚੰਗਾ ਲੱਗ ਸਕਦਾ ਹੈ ਜੋ ਰੱਬ ਦੀ ਹੋਂਦ ਨੂੰ ਮੰਨਦਾ ਹੈ ਉਹ ਤਾਂ ਤੁਰਿਆ ਜਾਂਦਾ ਕੀੜਿਆਂ ਮਕੌੜਿਆਂ ਤੋਂ ਵੀ ਬਚਾ ਕੇ ਪੈਰ ਰੱਖਦਾ ਹੈ ਉਹ ਭਲਾਈ ਕਿਸੇ ਇਨਸਾਨ ਨੂੰ ਮਾਰਨਾ ਤਾਂ ਕਿ ਉਹਦਾ ਬੁਰਾ ਵੀ ਕਿਵੇਂ ਸੋਚ ਸਕਦਾ ਹੈ ਇਹਨਾਂ ਧਰਮ ਗ੍ਰੰਥਾਂ ਤੇ ਮੁਤਬਰਕ ਪੁਸਤਕਾਂ ਨੂੰ ਪੜ੍ਹ ਕੇ ਤੇ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਹਿੰਦੂ ਧਰਮ ਤਾਂ ਇੱਕ ਜ਼ਿੰਦਗੀ ਦੇ ਲੰਮੇ ਚੌੜੇ ਫਲਸਫਿਆਂ ਦਾ ਸਮੂਹ ਹੈ ਆਸਤਕ ਨਾਸਤਕ ਸਭ ਹਿੰਦੂ ਹੋ ਸਕਦੇ ਹਨ ਇਸ ਇਸ ਉੱਤੇ ਨਿਰਭਰ ਕਰਦਾ ਹੈ ਕਿ ਕੌਣ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਧਰਮ ਦਾ ਵਿਸਤਾਰ ਤੇ ਵਿਸ਼ਲੇਸ਼ਣ ਕਰਦਾ ਹੈ ਇਸ ਧਰਮ ਵਿੱਚ ਸੰਕਿਰੰਤਾ ਲਈ ਤਾਂ ਕੋਈ ਥਾਂ ਹੀ ਨਹੀਂ ਇੱਥੋਂ ਤੱਕ ਕਿ ਸੁમિત੍ਰਾ ਨੰਦਨ ਲక్ష్మణ ਸੀਤਾ ਜੀ ਦੀ ਝੂਠੀ ਮੌਤੇ ਦੀ ਖਬਰ ਸੁਣਨੇ ਢਾਲ ਹੋਏ ਸ੍ਰੀ ਰਾਮਚੰਦਰ ਨੂੰ ਵਾਲਮੀਕੀ ਰਮਾਇਣ ਦਾ ਯੁੱਧ ਕਾਣ ਦਾ 83ਵਾਂ ਆਦੇਆਏ ਪ੍ਰਕਰਮ ਲਈ ਉਤਸ਼ਾਹਿਤ ਕਰਦਾ ਇਥੋਂ ਤੱਕ ਕਿ ਆਹ ਜਾਂਦਾ ਹੈ ਕਿ ਸਵਾਰਥ ਨੂੰ ਗਵਾਉਣਾ ਹੀ ਪਾਪਾਂ ਦੀ ਜੜ ਹੈ ਯੋਗ ਅਤੇ ਭੋਗ ਪ੍ਰਦਾਨ ਸਾਰਿਆਂ ਕਮਾਂ ਦਾ ਮੁੱਢ ਪੈਸਾ ਹੈ ਤੇ ਲੋੜ ਦੇ ਮੁਤਾਬਕ ਅੱਥਰੰਮ ਜਾਂ ਧਰਮ ਨੂੰ ਅਪਣਾ ਲੈਣਾ ਸਹੀ ਧਰਮ ਹੈ ਹਿੰਦੂ ਧਰਮ ਦੇ ਸ੍ਰੇਸ਼ਟ ਮਰਿਆਦਾ ਪੁਰਸ਼ ਸ੍ਰੀ ਰਾਮਚੰਦਰ ਜੀ ਫਰਮਾਉਂਦੇ ਨੇ ਬਾਲਮੀਕੀ ਰਮਾਇਣ ਦਾ ਯੁੱਗ ਕਾਣ ਦਾ 80ਵਾਂ ਤੇ ਆਏ ਕਿ ਇਹ ਸ਼ੋਭਾ ਨਹੀਂ ਦਿੰਦਾ ਕਿ ਯੁੱਧ ਨਾ ਕਰਦੇ ਹੋਏ ਨੂੰ ਲੁਕ ਛਿਪ ਕੇ ਬੈਠੇ ਹੋਏ ਨੂੰ ਹੱਥ ਜੋੜੀ ਖਲੋਤੇ ਹੋਏ ਨੂੰ ਸ਼ਰਨ ਚਾਏ ਹੋਏ ਨੂੰ ਯੁੱਧ ਵਿੱਚੋਂ ਭੱਜਦੇ ਹੋਏ ਨੂੰ ਜਾਂ ਪਾਗਲ ਹੋਏ ਵਿਅਕਤੀ ਨੂੰ ਮਾਰਿਆ ਜਾਵੇ ਮੈਂ ਸਮਝਦਾ ਕਿ ਆਪਣੀ ਲੀਡਰੀ ਤੇ ਠੱਕ ਠਕਾ ਬਣਾਉਣ ਲਈ ਮਜ਼ਬਤ ਹੋਏ ਠੇਕੇਦਾਰ ਮਨਮਰਜ਼ੀ ਨਾਲ ਸੰਕੀਰਣਤਾ ਭਰੀ ਜਾਂਦੇ ਹਨ ਅਸਲੀ ਹਿੰਦੂ ਤਾਂ ਕੀੜੀ ਮਾਰਨ ਤੋਂ ਵੀ ਝਿਜਕਦਾ ਇਨਸਾਨ ਨੂੰ ਤਸੀਹੇ ਦੇਣਾ ਜਾਂ ਮਾਰਨਾ ਤੇ ਦੰਗੇ ਫਸਾਉਣਾ ਤਾਂ ਦੂਰ ਦੀ ਗੱਲ ਹੈ। ਕੁਰਾਨ ਸ਼ਰੀਫ ਵਿੱਚ ਕਿਤੇ ਸੰਕੀਰਣਤਾ ਨਹੀਂ ਦਰਸਾਈ ਗਈ। ਕੁਰਾਨ ਪਾਕ ਤਾਂ ਇਹ ਫਰਮਾਉਂਦੀ ਹੈ ਕਿ ਅੱਲਾਹ ਤਾਲਾ ਹਰ ਸੋਸਾਇਟੀ ਵਿੱਚ ਹਰ ਵਕਤ ਲੋਕਾਂ ਦੀ ਜ਼ੁਬਾਨ 'ਚ ਸਮਝਾਉਣ ਵਾਲਾ ਪੈਗੰਬਰ ਭੇਜਦਾ ਹੈ। Hazrat Aisha ਦੀ ਹਦੀਸ ਤਾਂ ਇਹ ਵੀ ਕਹਿੰਦੀ ਹੈ ਕਿ ਹਜ਼ੂਰ حضرت ਮੁਹੰਮਦ ਬੱਚੇ ਨੂੰ ਗੋਦ ਵਿੱਚ ਲੈ ਕੇ ਵੀ ਨਮਾਜ਼ ਪੜ ਲੈਂਦੇ ਸਨ। ਜਦ ਸਜਦੇ ਵਿੱਚ ਹਜ਼ੂਰ ਜਾਂਦੇ ਸਨ ਤਾਂ ਬੱਚੇ ਨੂੰ ਬਿਠਾ ਦਿੰਦੇ ਸਨ ਤੇ ਫਿਰ ਚੁੱਕ ਲੈਂਦੇ ਸਨ ਕਾਬਲੇ ਇhtiram حضرت عائشہ تہی بھی ਦੱਸਦੀ ਹਨ ਕਿ ਇੱਕ ਵਾਰ ਉਹ ਲੇਟੇ ਹੋਏ ਸਨ ਕਿ ਹਜ਼ੂਰ ਨਮਾਜ਼ ਪੜ੍ਹ ਰਹੇ ਸਨ ਜਦ ਹਜ਼ੂਰ ਸਜਦਾ ਕਰਦੇ ਸਨ ਤਾਂ حضرت عائشہ ਆਪਣੀਆਂ ਲੱਤਾਂ ਇਕੱਠੀਆਂ ਕਰ ਲੈਂਦੇ ਸਨ جنونی ਮੁਸਲਮਾਨਾਂ ਨੂੰ ਇਹ ਗੱਲ ਦੱਸੋ ਤਾਂ ਗਲ ਪੈ ਜਾਏਗਾ ਇਸਲਾਮ ਇੱਕ ਬਹੁਤ ਵਿਸ਼ਾਲ ਹਿਰਦੇ ਵਾਲਾ ਮਜ਼ਹਬ ਹੈ ਇਸਲਾਮ ਤੇ ਕਹਿੰਦਾ ਹੈ ਕਿ ਜੋ ਇਨਸਾਨ ਆਪਣੇ ہمسਾਈ ਨਾਲ ਪਿਆਰ ਨਹੀਂ ਕਰਦਾ ਉਹ ਮੁਸਲਮਾਨ ਨਹੀਂ ਹੋ ਸਕਦਾ ਪਰ ਇਸ ਧਰਮ ਦੇ ਠੇਕੇਦਾਰਾਂ ਨੇ ਕੀ ਕੀ ਜ਼ੁਲਮ ਤੇ ਕਹਿਰ ਨਹੀਂ ਢਾਇਆ ਇਸਲਾਮ ਦੇ ਨਾਂ ਤੇ ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਉਸ ਵੇਲੇ ਦਿੱਤੀ ਗਈ ਸੀ ਜਦ ਦੁਸ਼ਮਣਾਂ ਨਾਲ ਲੜਾਈ 'ਚ ਮਰਦ ਸ਼ਹੀਦ ਹੋਈ ਜਾਂਦੇ ਸੀ ਤੇ ਔਰਤਾਂ ਦੀ ਗਿਣਤੀ ਬਹੁਤ ਵੱਧ ਸੀ ਪਰ ਨਾਲੇ ਵੀ ਇੱਕ ਕੱਡੜੀ ਸ਼ਰਤ ਸੀ ਕਿ ਸਾਰੀਆਂ ਬੀਵੀਆਂ ਨਾਲ ਬਰਾਬਰ ਦਾ ਸਲੂਕ ਕੀਤਾ ਜਾਏ ਉਸ ਵੇਲੇ ਦੀ ਇੱਕ ਸਖਤ ਜ਼ਰੂਰਤ ਸੀ ਤੇ ਨੀਯਮਾਂ ਵਿੱਚ ਪੂਰੀ ਤਰ੍ਹਾਂ ਸੀਮਤ ਕੀਤਾ ਗਿਆ ਸੀ ਇਸ ਪੱਖ ਨੂੰ ਪਰ ਕੀ ਮਜ਼ਹਬੀ جنੂਨੀਆਂ ਨੇ ਇਸ ਗੱਲ ਦਾ ਇਸਤੇਮਾਲ ਔਰਤਾਂ ਦੇ ਸ਼ੋਸ਼ਣ ਲਈ ਨਹੀਂ ਕੀਤਾ ਜੇ ਕੋਈ ਸਤਿਆ ਹੋਇਆ ਆਵਾਜ਼ ਉਠਾਉਂਦਾ ਤਾਂ ਫਤਵੇ ਲਗਾ ਦਿੱਤੇ ਜਾਂਦੇ ਹਨ ਇਸਲਾਮ ਵਿੱਚ ਮਿਸਾਲ ਵਜੋਂ ਉਧਾਰ ਦਿੱਤੇ ਪੈਸੇ ਉੱਤੇ سود ਲੈਣਾ ਹਰਾਮ ਹੈ ਇਹ ਸੂਲ ਉਸ ਵੇਲੇ ਲਾਗੂ ਕੀਤਾ ਗਿਆ ਸੀ ਜਦ ਰੁਪਏ ਦੀ ਕੀਮਤ ਨਹੀਂ ਸੀ ਬਦਲਦੀ ਸਾਲ ਦੋ ਸਾਲ ਜਾਂ 10 ਸਾਲਾਂ ਬਾਅਦ ਵੀ ਰੁਪਏ ਦੀ ਕੀਮਤ ਉਨੀ ਹੀ ਰਹਿੰਦੀ ਸੀ ਕੋਈ ਕੋਈ ਇਨਫਲੇਸ਼ਨ ਨਹੀਂ ਸੀ ਹੁਣ ਜਦ ਇਨਫਲੇਸ਼ਨ ਇੰਨੀ ਹੈ ਕਿ ਸਾਲ ਪਿੱਛੇ ਰੁਪਿਆ ਪੂਰਾ ਰੁਪਿਆ ਨਹੀਂ ਰਹਿੰਦਾ ਫਿਰ ਵੀ ਮਜ਼ਬੀ ਜਨੂਨੀ ਇਸ ਸਸੂਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਆਰਥਿਕ ਪੱਖੋਂ ਅੱਜ ਦੇ ਹਾਲਾਤ ਵਿੱਚ ਕੰਮ ਨਹੀਂ ਕਰ ਸਕਦਾ ਅੱਜ ਦੇ ਇਨਫਲੇਸ਼ਨ ਲੱਦੇ ਸਮੇਂ ਵਿੱਚ ਦਾ 100 ਰੁਪਏ ਦਾ 100 ਰੁਪਿਆ ਮੋੜਨਾ ਸਗੋਂ ਹਰਾਮ ਵਾਂਗੂ ਹੈ ਕਿਉਂਕਿ ਲੈਣ ਵੇਲੇ ਨਾਲੋਂ ਦੇਣ ਵੇਲੇ 100 ਰੁਪਿਆ ਘੱਟ ਕੀਮਤ ਦਾ ਘੱਟ ਖਰੀਦ ਸ਼ਕਤੀ ਰੱਖਦਾ ਹੈ ਮੇਰਾ ਭਾਵ ਹੈ ਕਿ ਐਡੇ ਵੱਡੇ ਮਹਾਨ ਧਰਮ ਨੂੰ ਜਨੂਨੀਆਂ ਨੇ ਸੰਕਿਰਨਤਾ ਵਿੱਚ ਜਕੜ ਦਿੱਤਾ ਹੈ ਤੇ ਆਪਣਾ ਉल्लू ਸਿੱਧਾ ਕਰਨ ਲਈ ਸ਼ੋਸ਼ਣ ਸ਼ੋਸ਼ਣ ਕਰੀ ਜਾਂਦੇ ਸਿੱਖ ਧਰਮ ਦੇ ਠੇਕੇਦਾਰ ਵੀ ਕੋਈ ਪਿੱਛੇ ਨਹੀਂ ਰਹੀ ਇਸ ਮਾਮਲੇ ਵਿੱਚ ਮਿਸਾਲ ਵਜੋਂ ਮੈਂ ਕਾਫੀ ਪੜ੍ਹ ਕੇ ਤੇ ਡੂੰਘੀਆਂ ਸੋਚਾਂ ਤੋਂ ਬਾਅਦ ਹੀ ਮਹਿਸੂਸ ਕੀਤਾ ਕਿ ਮੈਂ ਹਲੇ ਅਮਰਤ ਚੱਕਣ ਦੇ ਕਾਬਿਲ ਨਹੀਂ ਕਿਸੇ ਇੱਕ ਮੀਟਿੰਗ ਵਿੱਚ ਇੱਕ ਟਕਸਾਲ ਦੇ ਘੜੇ ਬਜ਼ੁਰਗ ਸਿੱਖ ਨੇ ਮੈਨੂੰ ਸਵਾਲ ਕੀਤਾ ਸੀ ਕਿ ਇੰਨੀਆਂ ਚੰਗੀਆਂ ਗੱਲਾਂ ਕਰਦੇ ਹੋ ਹੱਥ ਵਿੱਚ ਕੜਾ ਵੀ ਨਹੀਂ ਮੈਂ ਉੱਥੇ ਵੀ ਉੱਤਰ ਦਿੱਤਾ ਸੀ ਕਿ ਬਜ਼ੁਰਗੋ ਅਮਰਤ ਚੱਕਣ ਤੋਂ ਬਿਨਾਂ ਕੜਾ ਤਾਂ ਵੰਗ ਵੰਗੂ ਇੱਕ ਸੋਝੀ ਹੈ ਕਿਉਂਕਿ ਮੈਂ ਅਮਰਤ ਨਹੀਂ ਛੱਕਿਆ ਇਸ ਲਈ ਮੇਰੇ ਲਈ ਕੜੇ ਦੀ ਕੋਈ ਤੁਕ ਨਹੀਂ ਬਣਦੀ ਅਮਰਤ ਇਸ ਲਈ ਨਹੀਂ ਛਕਿਆ ਕਿ ਮੈਂ ਹਾਲਾ ਆਪਣੇ ਆਪ ਨੂੰ ਇਸ ਉੱਚੀ ਇਨਸਾਨੀ ਅਵਸਥਾ ਦੇ ਕਾਬਲ ਨਹੀਂ ਸਮਝਦਾ ਹੋ ਸਕਦਾ ਇਸ ਸਾਰੀ ਉਮਰ ਵਿੱਚ ਇਸ ਕਾਬਲ ਨਾ ਹੋ ਸਕਾਂ ਜਾਂ ਸ਼ਾਇਦ ਸੱਤ ਜਨਮ ਵੀ ਨਾ ਮੇਰੇ ਵਿਚਾਰ ਵਿੱਚ ਅਮਰਤ ਛਕਣਾ ਕੋਈ ਛੋਟੀ ਜੀ ਗੱਲ ਨਹੀਂ ਇਹ ਤਾਂ ਆਪਣੇ ਆਪ ਨੂੰ ਪੂਰਾ ਸਮਰਪਿਤ ਕਰਨਾ ਹੈ ਅਮਰਤ ਛੱਕ ਕੇ ਇਨਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣਦਾ ਉਹਨੂੰ ਉੱਚ ਨੀਚ ਮੋਨੇ ਵਾਲਾਂ ਵਾਲੇ ਹਿੰਦੂ ਸਿੱਖ ਮੁਸਲਮਾਨ ਅਦਿ ਕੋਈ ਫਰਕ ਨਹੀਂ ਰਹਿੰਦਾ ਉਹ ਤਾਂ ਗੁਰੂ ਵਰਗਾ ਹੀ ਹੋ ਜਾਂਦਾ ਮੁੱਢਲੀ ਗੱਲ ਹੈ ਕਿ ਮਹਾਰਾਜ ਨੇ ਤਾਂ ਸਿੱਖ ਦਾ ਨਾਂ ਸਿੰਘ ਤੇ ਕੌਰ ਨਾਲ ਹੀ ਖਤਮ ਕਰ ਦਿੱਤਾ ਅਸੀਂ ਜੋਲ ਢਿੱਲੋਂ ਸਿੱਧੂ ਟੋੜਾ ਰੁੱਡੇ ਬਾਦਲ ਨਾਲਸ ਬੋਧ ਕਰਾ ਕੇ ਗੁਰੂ ਦੇ ਸਿੱਖ ਕਿਵੇਂ ਹੋ ਸਕਦੇ ਆ ਗੁਰੂ ਦਾ ਸਿੱਖ ਗੋਲੀਆਂ ਚਲਾ ਕੇ ਬੱਸਾਂ ਗੱਡੀਆਂ ਚੰਨੇ ਵਾ ਤੇ ਫਿਰ ਚੁੰਨ ਚੁੰਨ ਕੇ ਮੋਨੇ ਬੰਦਿਆਂ ਨੂੰ ਬੇਦਰਦੀ ਨਾਲ ਕਿਵੇਂ ਮਾਰ ਸਕਦਾ ਆਪਣੇ ਘਰ ਹੀ ਬੈਠੇ ਹਨ ਭੋਲ ਟੱਬਰਾਂ ਦੇ ਟੱਬਰ ਕਿਵੇਂ ਗੋਲੀਆਂ ਨਾਲ ਭੁੰਨ ਸਕਦਾ ਹੈ ਤਸੀਹੇ ਦੇ ਦੇ ਕੇ ਕਿਵੇਂ ਮਾਰ ਸਕਦਾ ਹੈ ਆਪਣੇ ਹੱਥੀ ਆਪਣੇ ਧਰਮ ਸਥਾਨਾਂ ਦੀ ਬੇਹਰਮਤੀ ਕਿਵੇਂ ਕਰ ਸਕਦਾ ਹੈ ਸਾਡੇ ਧਰਮ ਦੇ ਠੇਕੇਦਾਰ ਤਾਂ ਗੁਰਦੁਆਰਿਆਂ ਦੇ ਚੜਾਵਿਆਂ ਖਾਤਰੀ ਇੱਕ ਦੂਜੇ ਦਾ ਸਿਰ ਪਾੜੇ ਜਾਂਦੇ ਹਨ ਚਾਹੇ ਉਹ ਚੜਾਵਾ ਰੁਪਈਆਂ ਦਾ ਹੋਵੇ ਚਾਹੇ ਡਾਲਰਾਂ ਪੌਂਡਾਂ ਦਾ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਛੋ ਵੀ ਗੁਰੂ ਦਾ ਸਿੱਖ ਜਿਸ ਦਾ ਨਮਕ ਖਾਏ ਉਸ ਨੂੰ ਹੀ ਅਣਪੋਲ ਕਿਵੇਂ ਕਤਲ ਕਰ ਸਕਦਾ ਹੈ ਇਹ ਵਿਸ਼ਵਾਸ ਘਾਤ ਇੱਕ ਸਿੱਖ ਨਹੀਂ ਕਰ ਸਕਦਾ ਭਾਵੇਂ ਕੋਈ ਮਾਲਕ ਕਿੰਨਾ ਹੀ ਗਿਰਿਆ-ਗੁਆਚਿਆ ਹੋਇਆ ਕਿਉਂ ਨਾ ਹੋਵੇ ਇੱਕ ਪਾਸੇ ਅਸੀਂ ਗੰਗੂ ਬਹਾਮਣ ਦੇ ਵਿਸ਼ਵਾਸ ਘਾਤ ਦੇ ਪ੍ਰਸੰਗਾ ਪ੍ਰਸੰਗ ਹਾਲਾਂ ਤੱਕ ਗਾਉਂਦੇ ਅਤੇ ਉਹਨੂੰ ਇਤਿਹਾਸਿਕ ਅਪਰਾਧੀ ਗਿਣਦੇ ਹਾਂ ਦੂਜੇ ਪਾਸੇ ਸਿੱਖ ਦੇ ਵਿਸ਼ਵਾਸ ਘਾਤ ਨੂੰ ਵਿਸ਼ਵਾਸ ਘਾਤ ਹੀ ਨਹੀਂ ਗਿਣਦੇ ਕੋਈ ਨਿਰਪੱਖ ਹੋ ਕੇ ਸਿੱਖ ਧਰਮ ਨੂੰ ਜੇ ਸਿੱਧੇ ਰਸਤੇ ਪਾਉਣ ਵਾਸਤੇ ਆਪਣੀ ਸੂਝ ਨਾਲ ਟਿੱਪਣੀ ਕਰਦਾ ਤਾਂ ਗਲ ਵਿੱਚ ਅਪਰਾਧੀ ਵਾਲੀ ਪੱਟੀ ਪਾ ਕੇ ਨਖਾ ਲੱਗ ਜਾਂਦੀ ਹੈ ਸਿੱਖ ਧਰਮ ਤਾਂ ਉਪਜਈ ਸੁਹਿਰਦ ਤੇ ਉਸਾਰੂ ਲੋਚਨਾ ਤੇ ਹੈ ਕੁਰੀਤियां ਰਸਮਾਂ ਰੀਤਾਂ ਅਤੇ ਵਿਚੋਲਿਆਂ ਨੂੰ ਤਿਆਗ ਰੱਬ ਨਾਲ ਸਿੱਧੇ ਰਿਸ਼ਤੇ ਦੀ ਗੱਲ ਕਰਦਾ ਸਿੱਖ ਧਰਮ ਬਾਬੇ ਨਾਨਕ ਨੇ ਜੋ ਕੁਝ ਜਨੇਊ ਬਾਰੇ ਕਿਹਾ ਉਹ ਉਸਾਰੂ ਨਜ਼ਰੀਏ ਨਾਲ ਕਿਹਾ ਜੇ ਪਿਤਰਾਂ ਨੂੰ ਪਾਣੀ ਦੀ ਗੱਲ ਲੈੰਦੇ ਵੱਲ ਚੂਲੀਆਂ ਛੱਡ ਕੇ ਸਮਝਾਈ ਤਾਂ ਸੁਹਿਰਦਤਾ ਨਾਲ ਉਸਾਰੂ ਨਜ਼ਰੀਆ ਹੀ ਪੇਸ਼ ਕੀਤਾ ਜੀ ਅੱਜ ਕੋਈ ਸਿੱਖਾਂ ਨੂੰ ਕੁਰੀਤੀਆਂ ਵਿੱਚ ਫਸ ਕੇ ਨਿਗਾਰਵਲ ਜਾਂਦੇ ਵੇਖਦਾ ਹੋਇਆ ਕਿਰਪਾਨ ਦੇ ਗਾਤਰੇ ਬਾਰੇ ਸੁਹਿਰਦ ਨਜ਼ਰੀਏ ਨਾਲ ਸੁਧਾਰ ਬਾਰੇ ਉਸਾਰੂ ਗੱਲ ਕਹੇ ਤਾਂ ਕਿੱਥੋਂ ਤੱਕ ਜਿਗਰ ਹੈ ਸਾਡਾ ਸੁਣਨ ਦਾ ਸਿੱਖ ਧਰਮ ਚ ਸਜਾ ਜਿਹਨੂੰ ਅਸੀਂ ਤਨਖਾਹ ਕਹਿੰਦੇ ਆ ਉਹਦਾ ਤਾਂ ਕੋਈ ਥਾਂ ਹੀ ਨਹੀਂ ਜਦ ਕੋਈ ਆਦਮੀ ਗੁਰੂ ਤੋਂ ਮੂੰਹ ਮੋੜ ਮਨਮੁਖ ਹੋ ਕੇ ਪਿੱਟ ਕਰ ਲੈਂਦਾ ਤਾਂ ਉਹ ਸ਼ੀਤਲਤਾ ਤਿਆਗ ਦਿੰਦਾ ਉਸ ਵਿੱਚ ਹਉਮੈ ਤੇ ਦੁਐਤ ਦੀ ਅੱਗ ਬਲਦੀ ਹੈ ਉਦਾ ਹਿਰਦਾ ਤਪ ਜਾਂਦਾ ਜਦੋਂ ਉਹਨੂੰ ਹੋਸ਼ ਆਉਂਦੀ ਹੈ ਉਹ ਗੁਰੂ ਘਰ ਵੱਲ ਗੁਰੂ ਵੱਲ ਮੁੱਖ ਕਰਕੇ ਪਛਤਾਉਂਦਾ ਤਾਂ ਗੁਰੂ ਤਾਂ ਫਿਰ ਹੱਸ ਕੇ ਗੱਲ ਲਾ ਲੈਂਦਾ ਇਹ ਪਾਠ ਕੀਰਤਨ ਦਾ ਸੁਣਨਾ ਤੇ ਸੇਵਾ ਦਾ ਤਪ ਦੇ ਮਨ ਨੂੰ ਸ਼ੀਤਲ ਕਰਨ ਲਈ ਹੁੰਦੇ ਹਨ ਤਾਂ ਜੋ ਦ્વੈਤ ਅਤੇ ਹਉਮੈ ਦੀ ਅਗਨੀ 부ਝਾ ਕੇ ਸ਼ੀਤਲ ਮਨ ਹੋ ਕੇ ਸਾਧ ਸੰਗਤ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਬੈਠ ਸਕੇ ਇਹ ਸਜ਼ਾ ਨਹੀਂ ਇਹ ਸਾਧ ਸੰਗਤ ਤੇ ਗੁਰੂ ਦਾ ਮੋੜ ਆਪਣੇ ਗੱਲ ਲਾ ਲੈਣ ਦਾ ਤਰੀਕਾ ਹੈ ਗੁਰੂ ਮਹਾਰਾਜ ਨੇ ਭਾਈ ਮਹਾ ਸਿੰਘ ਜਾਂ 40 ਮੁਕਤਿਆਂ ਦੇ ਗਲ ਮੈਂ ਗੁਨਾਹਗਾਰ ਹਾਂ ਜਾਂ ਅਪਰਾਧੀ ਹਾਂ ਦੀ ਪੱਟੀ ਨਹੀਂ ਸੀ ਪਾਈ ਆਪਣੀ ਗੋਦ ਵਿੱਚ ਸਿਰ ਰੱਖ ਰੱਖ ਪਿਆਰ ਨਾਲ ਮੂੰਹ ਪੁੰਚ ਕੇ ਕਿਤਾਬ ਬਖਸ਼ੇ ਸਨ ਤੇ ਉਹਨਾਂ ਦਾ ਜੀਵਨ ਸਫਲਾ ਕੀਤਾ ਸੀ ਫਤਵੇ ਨਹੀਂ ਸੁਣਾਏ ਸਨ ਮੈਂ ਸਮਝਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹ ਸੁਣਾਉਣਾ ਇੱਕ ਸਮਾਜਿਕ ਤੇ ਰਾਜਨੀਤਿਕ ਕਿਰਿਆ ਸੀ ਪਿਆਰ ਦੇ ਸੋਮੇ ਉਦਾਰਤਾ ਦੀ ਮੂਰਤ ਜਾਨੀ ਜਨ ਸਤਕੁਰਾਂ ਪਾਸ ਤਾਂ ਸਜ਼ਾ ਤਨਖਾਣਾਂ ਦੀ ਕੋਈ ਬਿਰਤੀ ਹੋਈ ਨਹੀਂ ਸੀ ਸਕਦੀ ਉਹ ਤਾਂ ਪਿਆਰ ਵੰਡਦੇ ਸਨ ਬਖਸ਼ਿਸ਼ਾਂ ਕਰਦੇ ਸਨ ਦੁਸ਼ਮਣਾਂ ਦਾ ਵੀ ਭਲਾ ਮੰਗਦੇ ਸਨ ਤਲਵਾਰ ਤਾਂ ਜ਼ਬਰ ਨਹੀਂ ਆਤੇ ਧੜਵੀ ਦੇ ਖਿਲਾਫ ਦੀਨਾਂ ਤੇ ਦੁਖੀਆਂ ਦੇ ਹੱਕ ਜਾਂ ਧਰਮ ਦੇ ਰੱਖਿਆ ਕਰਦੀ ਸੀ ਪਰ ਕੌਣ ਸੁਣਦਾ ਅੱਜ ਦੇ ਜ਼ਮਾਨੇ 'ਚ ਇਹਨਾਂ ਮੂਲ ਅਸੂਲਾਂ ਦੀ ਗੱਲ ਮੈਂ ਦੂਰ ਨਿਕਲ ਗਿਆ ਇਹ ਗੱਲ ਕਰਦਾ ਕਰਦਾ ਮੁੱਖੀ ਗੱਲ ਇਹ ਹੈ ਕਿ ਮੂਲ ਧਰਮ ਕੋਈ ਵੀ ਹੋਵੇ ਉਹਦੀ ਸੇਧ ਆਪਣਾ ਕੇ ਬੰਦਾ ਰੱਬ ਜਾਂ ਆਪਣੇ ਇਸ਼ਟ ਨਾਲ ਸਿੱਧਾ ਰابطਾ ਕਾਇਮ ਕਰ ਸਕਦਾ ਹੈ ਕਿਸੇ ਵਿਚੋਲੇ ਜਾਂ ਠੇਕੇਦਾਰ ਦੀ ਲੋੜ ਨਹੀਂ ਇੱਕ ਖਾਸ ਰਸਤੇ ਸ਼ਾਇਰ ਦਾ ਇੱਕ ਬਹੁਤ ਹੀ ਵਜ਼ਨਦਾਰ ਸ਼ੇਅਰ ਇਸ ਸੰਦਰਭ ਵਿੱਚ ਕਾਫੀ ਠੁਕਦਾ ਹੈ ਈਸਾ ਰਾਮ ਮੁਹੰਮਦ ਤੇ ਨਾਨਕ ਬੜੇ ਨਰਮ ਨੇ ਪਰ ਪਤੀਲੀ ਨਾਲੋਂ ਚਮਚੇ ਬਹੁਤ ਗਰਮ ਨੇ ਇਕ ਪਾਰਕ ਪਿੰਡ ਵਿੱਚ ਕੋਈ ਅੱਗੇ ਜਾਣ ਵਾਲਾ ਮੁਸਾਫਰ ਆ ਗਿਆ। ਉਹਨੇ ਕੁਝ ਪਿੰਡ ਦੀ ਸੱਤ ਵਿੱਚ ਬੈਠੇ ਬੰਦਿਆਂ ਨੂੰ ਕਿਹਾ ਕਿ ਮੈਂ ਰਾਤ ਕੱਟਣੀ ਹੈ ਕਿਤੇ ਪ੍ਰਬੰਧ ਕਰ ਦਿਓ ਤਾਂ ਧੰਨਵਾਦੀ ਹੋਵਾਂਗਾ। ਪਿੰਡੂ ਵਾਲਿਆਂ ਨੇ ਧਰਮਸ਼ਾਲਾ ਬਣਾ ਰੱਖੀ ਸੀ ਜਿੱਥੇ ਮੁਸਾਫਰਾਂ ਦੇ ਰਾਤ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ। ਉਹਨਾਂ ਉਸ ਮੁਸਾਫਰ ਨੂੰ ਧਰਮਸ਼ਾਲਾ ਵੱਲ ਤੋਰ ਦਿੱਤਾ। ਧਰਮਸ਼ਾਲਾ ਦਾ ਮਹੰਤ ਜ ਆ ਭਾਈ ਕਿਤੇ ਸਤਿਆ ਬੈਠਾ ਸੀ। ਕਿ ਸੇ ਘਰ ਦੀ ਵਜਾ ਕਰਕੇ ਜਾਂ ਪਿੰਡੋਂ ਪੂਰੀ ਰੋਟੀ ਚੜਾਵਾ ਨਾ ਮਿਲਣ ਕਾਰਨ ਉਹਨੇ ਮੁਸਾਫਰ ਨੂੰ ਉੱਚੀਆਂ ਨੀਵੀਆਂ ਤਲਕ ਤੱਤੀਆਂ ਸੁਣਾ ਕੇ ਡਰਾ ਦਿੱਤਾ ਉਹ ਮੁਸਾਫਰ ਫੇਰ ਉਸੇ ਸਾਥ ਚ ਬੈਠਿਆ ਬੰਦਿਆਂ ਕੋਲ ਆ ਗਿਆ ਤੇ ਕਿਤੇ ਹੋਰ ਥਾਂ ਬੰਦੋਬਸਤ ਕਰਨ ਲਈ ਬੇਨਤੀ ਕੀਤੀ ਪਿੰਡ ਵਾਲਿਆਂ ਨੇ ਕਿਹਾ ਕਿ ਭਾਈ ਸਾਹਿਬ ਤੁਹਾਨੂੰ ਧਰਮਸ਼ਾਲਾ ਭੇਜਿਆ ਸੀ ਉੱਥੇ ਕਿਉਂ ਨਹੀਂ ਗਏ ਤਾਂ ਉਸ ਜਵਾਬ ਦਿੱਤਾ ਕਿ ਬਜ਼ੁਰਗੋ ਗਿਆ ਸੀ ਪਰ ਉੱਥੇ ਮੈਂ ਕੋਈ ਧਰਮ ਤਾਂ ਨਹੀਂ ਦੇਖਿਆ ਇਕ 사ਲਾ ਜ਼ਰੂਰ ਬੈਠਾ ਸੀ ਜਿਹਨੇ ਮੈਨੂੰ ਉੱਥੋਂ ਭਜਾ ਦਿੱਤਾ ਇਹ ਆ ਫਰਕ ਧਰਮ ਤੇ ਧਰਮ ਦਾ ਹੈ ਧਰਮ ਦੇ ਠੇਕੇਦਾਰਾਂ ਚ ਗੱਲ ਫੇਰ ਖਿਲਰ ਗਈ ਮੈਂ ਵਾਪਸ ਆਉਣਾ ਉਸ ਦੀ ਜਵਾਨੀ ਵੇਲੇ ਵੱਲ ਜਦੋਂ ਸਾਨੂੰ ਦੇਸ਼ ਦੇ ਵਟਵਾਰੇ ਕਾਰਨ ਪਾਕਿਸਤਾਨ ਬਣਨ ਉਤੇ ਪਿੰਡ ਛੱਡਣਾ ਪਿਆ ਮੇਰਾ ਵਿਆਹ ਤਾਂ 1945 ਚ ਹੋ ਚੁੱਕਾ ਸੀ ਮੇਰੇ ਜੂਨੀਅਰ ਸੀਨੀਅਰ ਪਾਸ ਕਰਨ ਤੋਂ ਫੌਰੀਨ ਬਾਅਦ ਤੇ ਨਵੀਂ ਜਮਾਤ ਚ ਦਾਖਲ ਹੋਣ ਤੋਂ ਪਹਿਲੇ ਉਦੋਂ ਮੇਰੀ ਉਮਰ 17 ਸਾਲ ਦੀ ਸੀ ਕਿਉਂਕਿ ਮੇਰੇ ਅੰਦਾਜ਼ੇ ਮੁਤਾਬਕ ਮੇਰਾ ਜਨਮ 24 ਫਰਵਰੀ 1928 ਚ ਹੋਇਆ ਸੀ ਮੇਰੀ بیوی ਦੀ ਉਮਰ ਉਦੋਂ 15 ਸਾਲ ਦੀ ਸੀ ਅਸਲੀ ਜਨਮ ਤਰੀਕ੍ਹ ਦਾ ਉਹਨੂੰ ਵੀ ਨਹੀਂ ਪਤਾ ਮੇਰੀ ਹੋਣ ਵਾਲੀ بیوی ਦੇ ਬਾਪ ਨੂੰ ਵੀ ਮੇਰੇ ਬਾਪਵਾਨ ਬਲਦ ਰੱਖਣ ਦਾ ਬਹੁਤ ਸ਼ੌਕ ਸੀ ਕਿ ਤੋ ਅੱਛਾ ਬਲਦ ਜੇ ਹੱਥ ਲੱਗ ਜਾਏ ਤਾਂ ਛੱਡਦੇ ਨਹੀਂ ਸੀ ਉਹਨਾਂ ਦੇ ਬਲਦ ਖੁੱਲੇ ਕਣਕਾਂ 'ਚ ਚਰਦੇ ਹੁੰਦੇ ਸੀ ਇਸ ਕਰਕੇ ਮੇਰੇ ਬਾਪ ਦੀ ਉਹਨਾਂ ਨਾਲ ਕਾਫੀ ਸਾਂਝ ਸੀ ਉਹਨਾਂ ਦੇ ਨਾਲ ਲੱਗਦੇ ਘਰ ਦੀ ਔਰਤ ਜੋ ਉਹਨਾਂ ਦੀ ਧਰਮ ਦੀ ਭੈਣ ਸੀ ਮੇਰੀ بیوی ਦੀ ਭੂਆ ਬਣੀ ਹੋਈ ਸੀ ਸਾਡੇ ਪਿੰਡ ਵਿੱਚ ਹੋ ਵਿਆਹੀ ਹੋਈ ਸੀ ਮੇਰੀ ਮਾਂ ਦੀ ਉਹ ਧਰਮ ਭੈਣ ਬਣੀ ਸੀ ਇਸ ਕਰਕੇ ਮੈਂ ਉਹਨੂੰ ਮਾਸੀ ਕਹਿ ਕੇ ਬੁਲਾਉਂਦਾ ਸੀ ਸਾਡੇ ਜੰਮਣ ਤੋਂ ਹੀ ਮੇਰੇ ਤੇ ਮੇਰੀ بیوی ਦੇ ਹੱਥੀ ਉਹਨੇ ਗਾਨਾ ਬੰਨ ਕੇ ਆਪਣੇ ਬਣਾ ਲਿਆ ਸੀ ਰਿਸ਼ਤਾ ਪੱਕਾ ਕਰ ਦਿੱਤਾ ਸੀ ਇਹ ਰਿਸ਼ਤਾ ਜਿਵੇਂ ਕੰਢਿਆ ਉਵੇਂ ਹੀ ਸਿਰੇ ਚੜ ਗਿਆ ਇਸੇ ਕਰਕੇ ਛੋਟੀ ਉਮਰੀ ਵਿਆਹ ਹੋ ਗਿਆ ਪਿੰਡਾਂ ਚ ਵਿਆਹ ਵੀ ਇੱਕ ਬੜਾ ਸੁਆਦਲਾ ਵਿਹਾਰ ਹੈ ਕਈ ਮਹੀਨੇ ਪਹਿਲਾਂ ਤਿਆਰੀਆਂ ਹੁੰਦੀਆਂ ਹਨ ਮੇਰੇ ਬਾਪ ਨੇ ਗੱਡੀ ਜੋੜਨ ਵਾਲੇ ਵਿਆਹ ਲਈ ਦੁੜਾਣ ਲਈ ਬਲਦਾਂ ਨੂੰ ਦੋ ਪੀਪੇ ਮਤਲਬ 32 ਏ ਦੇਸੀ ਘਿਓ ਉਚਾਰਿਆ ਤੇ ਦੋ ਬੋਰੀਆਂ ਕਣਕ ਵੀ ਬਰਾਤ ਇੱਕ ਦਿਨ ਗਈ ਤੇ ਤੀਜੇ ਦਿਨ ਵਾਪਸ ਆਈ ਦੋ ਪਿੰਡਾਂ ਦਾ ਫਾਸਲਾ ਭਾਵੇਂ 3 ਮੀਲ ਤੋਂ ਵੀ ਘੱਟ ਹੀ ਹੋਵੇਗਾ ਮੈਂ ਮੁਰਰੇ ਵਾਲੀ ਪੱਗ ਬਨ ਕੇ ਦੋ ਘੋੜੇ ਦੀ ਬੋਸਕੀ ਦਾ কুর্তা ਪਾ ਕੇ ਰੰਗ ਬਰੰਗੀ ਸਿਲਕ ਦੀ ਲੁੰਗੀ ਲੱਕ ਬਨ ਕੇ ਆਨੰਦ ਕਾਰਜ ਤੇ ਦੇ ਫੇਰੇ ਲੈ ਸਨ ਇਹ ਲੁੰਗੀ ਮੇਰੇ ਇੱਕ ਹਰੀਜਨ ਦੋਸਤ ਮੁੰਡੇ ਦੀ ਸੀ ਜੋ ਸਾਰੇ ਪਿੰਡ ਵਿੱਚ ਸਭ ਤੋਂ ਵੱਧ ਸ਼ੁਕੀਨ ਮੁੰਡਾ ਸੀ ਮੈਂ ਲੁੰਗੀ ਮੰਗਵੀ ਲਈ ਸੀ ਜੋ ਮੁੜ ਵਾਪਸ ਨਹੀਂ ਸੀ ਲਈ ਇਹ ਨਹੀਂ ਕਿ ਮੇਰੇ ਕੋਲ ਹੋਰ ਚੰਗੇ ਕੱਪੜੇ ਨਹੀਂ ਸੀ ਪਰ ਇਹ ਸਲੁੰਗੀ ਵਾਸਤੇ ਮੇਰੀ ਖਾਸ ਕਮਜ਼ੋਰੀ ਸੀ ਸਾਡੇ ਘਰ ਦੇ ਤਾਂ ਸਾਨੂੰ ਸਭ ਤੋਂ ਵਧੀਆ ਕਪੜੇ ਸਵਾਕੇ ਦਿੰਦੇ ਸੀ ਉਦੋਂ ਭਾਅ ਸੀ ਸਸਤੇ ਮੇਰੇ ਵਿਆਹ ਵਿੱਚ ਮੇਰੀ بیوی ਦੀ ਵਰੀ ਦੇ ਕੱਪੜਿਆਂ ਤੇ ਕੁੱਲ 96 ਰੁਪਏ ਲੱਗੇ ਸੀ ਮੇਰੇ ਮੰਗਣੇ ਤੇ ਸਾਰੇ ਪਿੰਡਦਿਆਂ ਨੇ 1-1 ਰੁਪਈਆ ਹੀ ਸ਼ਗਨ ਪਾਇਆ ਸੀ ਤੇ ਉਹ ਵੀ ਵਹੀ ਚ ਲਿਖਿਆ ਗਿਆ ਸੀ ਜ਼ਿੰਦਗੀ ਕਿੰਨੀ ਸਾਦੀ ਸੌਖੀ ਸਰਲ ਤੇ ਕਾਫੀ ਭੇਦਭਾਵ ਤੋਂ ਰਹਿਤ ਹੁੰਦੀ ਸੀ ਖੁਸ਼ੀ ਦੇ ਦਿਨ ਨੂੰ ਸਭ ਕੁਝ ਭੁੱਲ ਭੁਲਾ ਕੇ ਸਹੀ ਤੌਰ ਤੇ ਖੁਸ਼ੀਆਂ ਮਨਾਇਆਂ ਜਾਂਦੀਆਂ ਸਨ ਜੱਟਾਂ ਦਾ ਸ਼ਰੀਕਾ ਮੁੰਡੇ ਦੇ ਵਿਆਹ ਵੇਲੇ ਜ਼ਰੂਰ ਰੁੱਸ ਕੇ ਜਾਂਦਾ ਹੁੰਦਾ ਸੀ ਉਹਨਾਂ ਨੂੰ ਬੜੇ ਪਿਆਰ ਨਾਲ ਚਾਰ ਬੰਦੇ ਨਾਲ ਲਿਜਾ ਕੇ ਮਨਾਇਆ ਜਾਂਦਾ ਸੀ ਉਹ ਮੰਨ ਵੀ ਛੇਤੀ ਜਾਂਦੇ ਸੀ ਲੋੜਾਂ ਸੀਮਤ ਹੋਣ ਕਾਰਨ ਜ਼ਿੰਦਗੀ ਬੜੀ ਸੌਖੀ ਸੀ ਤਿੰਨ ਦਿਨ ਬਰਾਤ ਦੇ ਠਹਿਰਨ ਤੇ ਵੀ ਖਰਚਾ ਥੋੜਾ ਬਹੁਤਾ ਖਾਣ ਪੀਣ ਤੇ ਹੀ ਹੁੰਦਾ ਸੀ ਹੋਰ ਕੋਈ ਵੱਧੂ ਖਰਚ ਨਹੀਂ ਸੀ ਹੁੰਦਾ ਮੇਰੇ ਖਿਆਲ ਚ ਅੱਜ ਕੱਲ ਦਾ ਇੱਕ ਦਿਨ ਜਾਂਦੇ ਦਿਨ ਦਾ ਵਿਆਹ ਆਰਥਿਕ ਪੱਖੋਂ ਤੇ ਭੱਜ ਦੌੜ ਪੱਖੋਂ ਪਾਜ ਦੌੜ ਵਜੋਂ ਜਿਆਦਾ ਕਚੂਮਰ ਕੱਢ ਦਿੰਦਾ ਹੈ ਸادਗੀ ਦੇ ਨਾਂ ਤੇ ਖਰਚੇ ਤੇ ਰਸਮਾਂ ਰੀਤਾਂ ਹੋਰ ਵੱਧ ਗਈਆਂ ਹਨ ਉਧਰ ਰਿਵਾਜ ਸਾਦੇ ਹੁੰਦੇ ਸੀ ਇੱਕ ਮੰਗਣਾ ਤੇ ਫਿਰ ਵਿਆਹ ਦਹੇਜ ਸਾਦਾ ਤੇ ਘੱਟ ਖਰਚ ਵਾਲਾ ਬਹੁਤਾ ਕਰਕੇ ਘਰੋਂ ਹੀ ਬਣਾਇਆ ਜਾਂਦਾ ਸੀ ਤੇ ਵਰੀ ਕਮ ਖਰਚ ਸਾਦੀ ਤੇ ਸੋਹਣੀ ਆਮ ਤੌਰ ਤੇ ਗਹਿਣੇ ਵਿੱਚ ਵਿੱਤ ਮੁਤਾਬਕ ਬਹੁਤੇ ਨਹੀਂ ਸੰਹੁੰਦੇ ਅਮੀਰ ਘਰ ਭਾਵੇਂ ਕਾਫੀ ਸੋਨੇ ਦੇ ਗਹਿਣੇ ਪਾਉਂਦੇ ਸਨ ਪਰ ਇਹਦਾ ਦਿਖਾਵਾ ਅਸਰ ਆਮ ਲੋਕਾਂ ਤੇ ਘੱਟ ਹੀ ਹੁੰਦਾ ਸੀ ਅਮੀਰਾ ਨੂੰ ਅਮੀਰ ਮੰਨ ਕੇ ਉਹਨਾਂ ਦੀ ਨਕਲ ਨਹੀਂ ਸੀ ਕੀਤੀ ਜਾਂਦੀ। ਅੱਜ ਵਾਂਗੂ ਅੱਡੀਆਂ ਚੁੱਕ 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 ਫਾ ਨਹੀਂ ਸੀ ਲਿਆ ਜਾਂਦਾ। ਹੁਣ ਠਾਕਾ ਮੰਗਣਾ, ਚੁੰਨੀ ਚੜਾਉਣਾ, ਅੰਗੂਠੀ ਦੀ ਰਸਮ, ਵਿਆਹ ਤੇ ਮਿਲਣੀ, ਇੰਨੀ ਵਾਰ ਵਿਆਹ ਜਿੰਨਾ ਹੀ ਖਰਚਾ ਕਰਨਾ ਪੈਂਦਾ। ਦੁਲਨ ਹੀ ਦੇਹੇਜ ਹੈ। ਦੇਹੇਜ ਲੈਣਾ ਪਾਪ ਹੈ। ਉਹਨਾਂ ਹੀ ਅਰਥੀਨ ਨਾਰਾ ਬਣ ਕੇ ਰਹਿ ਗਿਆ ਹੈ। ਜਿੰਨਾ ਦੋਈ ਕਾਫੀ ਹੋਰ ਤੋਂ ਮਾਫੀ ਜੱਸ਼ ਸ਼ਰਾਬ ਪੀਣਾ ਸਿੱਧ ਲਈ ਹਾਨੀ ਕਰਕੇ। ਮੈਨੂੰ ਇੱਕ ਘਟਨਾ ਯਾਦ ਆਈ। ਇੱਕ ਔਰਤ ਆਪਣੇ 5-6 ਬੱਚੇ ਲੈ ਕੇ ਸੜਕ ਦੇ ਅੰਡੇ ਤੇ ਬਸਤੀ ਉਡੀਕ ਕਰ ਰਹੀ ਸੀ। ਇੱਕ ਬਾਬੂ ਜੀ ਕੋਲੇ ਸਿਗਰਟ ਪੀ ਰਹੇ ਸਨ। ਔਰਤ ਸਿਗਰਟ ਤੋਂ ਨਫ਼ਰਤ ਕਰਦੀ ਸੀ। ਉਹਨੇ ਕਿਹਾ ਬਾਊ ਜੀ, ਉਹ ਦਿਸਦਾ ਨਹੀਂ ਲਿਖਿਆ ਇੱਥੇ ਸਿਗਰਟ ਪੀਣਾ ਮਨੇ। ਬਾਊ ਜੀ ਨੇ ਬੜੇ ਸਹਿਜ ਸੁਭਾਈ ਉੱਤਰ ਦਿੱਤਾ, ਕੀ ਫਰਕ ਪੈਂਦਾ ਬੀਬੀ? ਇਹ ਵੀ ਤਾਂ ਕੋਲੇ ਲਿਖਿਆ ਦੋਈ ਬੱਚੇ ਔਰ ਬਸ ਆਦਮ ਜ਼ਾਤ ਬੜੀ ਖਬੀਸ ਹੈ। ਆਪਣੇ ਮਤਲਬ ਲਈ ਅਸੂਲ ਘੜਦੀ ਹੈ, ਕਾਨੂੰਨ ਬਣਾਉਂਦੀ ਹੈ। ਅਤੇ اصول ਕਾਨੂੰਨ ਕਢਣ ਵਾਲੇ ਹੀ ਸਭ ਤੋਂ ਪਹਿਲਾਂ ਉਲੰਘਣਾ ਕਰਦੇ ਨੇ ਮੇਰਾ ਯਕੀਨ ਹੈ ਕਿ ਜਿੱਥੇ ਕਾਨੂੰਨ ਬਹੁਤੇ ਹੋਣ ਉਥੇ ਕਾਨੂੰਨ ਦੀ ਕੋਈ ਇੱਜ਼ਤ ਜਾਂ ਪਾਲਣਾ ਨਹੀਂ ਕਰਦਾ ਸੋ ਉਲੰਘਣਾ ਆਮ ਜੀ ਗੱਲ ਹੁੰਦੀ ਹੈ ਸਾਡਾ ਦੇਸ਼ ਤਾਂ ਬਹੁਤ ਵੱਡੀ ਉਦਾਹਰਣ ਹੈ ਇਸ ਪੱਖੋਂ ਜਦ 1947 ਚ ਅਸੀਂ ਪਿੰਡ ਛੱਡਣ ਲੱਗੇ ਤਾਂ ਮੇਰੇ ਸਹੁਰਿਆਂ ਵੱਲੋਂ ਜ਼ੋਰ ਪਿਆ ਕਿ ਮੈਂ ਆਪਣੀ بیوی ਦਾ ਮੁਕ ਇਲਾਵਾ ਲੈ ਆਵਾਂ ਪਰ ਪਿਤਾ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਕਾਫਲਿਆਂ ਵਿੱਚ ਤੇ ਕੈਂਪਾਂ ਵਿੱਚ ਬੱਚੇ ਆਪਣੇ ਮਾਪਿਓ ਕੋਲ ਹੀ ਠੀਕ ਤੇ ਸੌਖੇ ਰਹਿੰਦੇ ਨੇ ਕਾਫਲੇ ਚੱਲ ਪਏ ਪਿੰਡਾਂ ਦੇ ਪਿੰਡ ਮੀਲਾਂ ਬੱਦੀ ਗੱਡਿਆਂ ਦੀਆਂ ਡਾਰਾਂ ਜਿੱਥੇ ਰੁੱਕ ਗਏ ਸੁਰੁੱਕ ਗਏ ਲਾਹੌਰੋਂ ਥੋੜਾ ਹੀ ਦੂਰ ਰਾਵੀ ਦੇ ਉਸ ਪਾਰ ਇੱਕ ਤਾਂ ਸਾਡਾ ਕਾਫਲਾ ਪਿੰਡ ਨਾਇਆਣੇ ਨੇੜੇ 28 ਦਿਨ ਰੁਕਿਆ ਰਿਹਾ ਇੱਕ ਮੱਝ ਦੋ ਬਲਦ ਤੇ ਇੱਕ ਗੱਡੇ ਦਾ ਸਮਾਨ ਸੀ ਸਾਡੇ ਕੋਲ ਸਾਰੇ ਟੱਬਰ ਇੰਜ ਹੀ ਸਨ ਦੂਰ ਦੂਰ ਤੱਕ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ। ਧਾਨ ਵੱਡ ਵੱਡ ਪਸ਼ੂਆਂ ਨੂੰ ਪਾਉਂਦੇ ਸਾਂ। ਬੜਾ ਮੁੱਲ ਦੇਣਾ ਪੈਂਦਾ ਸੀ। ਚਾਰਾ ਲੈਣ ਗਏ ਕਈ ਮਾਰੇ ਵੀ ਗਏ। ਮੁਸਲਮਾਨ ਧੜ ਵੀ ਇੱਧਰ ਉੱਧਰ ਗੱਡਿਆਂ ਦੇ ਦੁਆਲੇ ਮੰਡਰਾਉਂਦੇ ਰਹਿੰਦੇ ਸਨ। ਹਰ ਵੇਲੇ ਡਰ ਸੀ ਹਮਲਾ ਹੋਣ ਹੋਇਆ ਕਿ ਹੋਇਆ। ਖਾਣਾ-ਦਾਣਾ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਸੀ। ਅਸੀਂ ਆਮ ਤੌਰ ਤੇ ਰੋਟੀ, ਗੁੜ ਤੇ ਅਚਾਰ ਨਾਲ ਹੀ ਖਾ ਲੈਂਦੇ ਸੀ। ਸਿਰ ਨਹਾਉਣ ਲਈ ਵੀ ਦੁੱਧ ਵਰਤੀਦਾ ਸੀ। ਮੁਸਲਮਾਨ ਫੌਜੀਆ ਦੀਆਂ ਛੋਟੀਆਂ-ਛੋਟੀਆਂ ਕਾਨਵਾਈਆਂ ਲੰਗਦੀਆਂ ਸਨ ਆਮ ਕਰਕੇ ਲੰਗਦੇ-ਲੰਗਦੇ ਕਈ ਵਾਰ ਐਵੇਂ ਗੋਲੀ ਚਲਾ ਜਾਂਦੇ ਸਨ ਕਈ ਬੰਦੇ ਕਾਫਲਿਆਂ ਦੇ ਇਸ ਤਰ੍ਹਾਂ ਮਰੇ ਵੀ ਤੇ ਜ਼ਖਮੀ ਵੀ ਹੋਏ ਬਲੋਚ ਫੌਜੀ ਇਸ ਪੱਖੋਂ ਕਾਫੀ ਜ਼ਾਲਮ ਸਨ ਜੇ ਕੋਈ ਇਸ ਤਰ੍ਹਾਂ ਫੌਜੀ ਟੁਕੜੀ ਆਉਂਦੀ ਹੋਵੇ ਤਾਂ ਅਸੀਂ ਲੁਕਦੇ ਨਹੀਂ ਸੀ ਸਗੋਂ ਗੱਡਿਆਂ ਦੀ ਓਟ ਵਿੱਚ ਤਲਵਾਰਾਂ ਚਵੀਆਂ ਨੀਜ਼ੇ ਤੇ ਅਣਕਰਤ ਸਥਾਨੀ ਬਣਾਈਆਂ ਹੋਈਆਂ ਬੰਦੂਕਾਂ ਪਿਸਤੌਲ ਤੇ ਬੰਬ ਲੈ ਕੇ ਤਿਆਰ ਹੋ ਜਾਂਦੇ ਸੀ ਇਹ ਨਹੀਂ ਸੀ ਸੋਚਦੇ ਕਿ ਫੌਜੀ ਮਸ਼ੀਨ ਗੱਨਾਂ ਨਾਲ ਇੰਜ ਭਲਾਂ ਕਿਵੇਂ ਮੁਕਾਬਲਾ ਕਰ ਸਕਦੇ ਆ ਹਾਲਾਤ ਇਹ ਸੋਚਣ ਦਾ ਮੌਕਾ ਹੀ ਨਹੀਂ ਸੀ ਦੰਦੇ ਮੈਂ ਸਮਝਦਾ ਡਰ ਵੀ ਕੋਈ ਐਬਸੋਲਿਊਟ ਚੀਜ਼ ਨਹੀਂ ਇਹ ਕਿਸੇ ਸੰਦਰਭ ਵਿੱਚ ਹੀ ਉਪਜਦਾ ਹੈ ਕੁਝ ਦਿਨਾਂ ਬਾਅਦ ਇੱਕ ਬੱਸਾਂ ਦਾ ਕਾਫਲਾ ਸਾਡੇ ਗੱਡਿਆਂ ਪਾਸ ਦੀ ਲੰਘਿਆ ਤੇ ਅੱਧੇ ਮੀਲ ਦੇ ਕੋਈ ਰੁਕਾਵਟ ਕਾਰਨ ਰੁਕ ਗਿਆ ਅਸੀਂ ਪੰਜ ਮੁੰਡੇ ਆਪਣੇ ਘਰਦਿਆਂ ਦੀ ਸਲਾਹ ਨਾਲ ਦੌੜ ਕੇ ਪਿੱਛੋਂ ਬੱਸਾਂ ਤੇ ਚੜ ਗਏ ਫੌਜੀ ਜੋ ਕਾਫਲੇ ਨਾਲ ਦੇ ਸਨ ਵੱਲੋਂ ਰੋਕਣ ਦੇ ਬਾਵਜੂਦ ਬਸ ਦੀ ਛੱਤ ਉੱਤੇ ਬੈਠੀਆਂ ਔਰਤਾਂ ਨੇ ਸਾਨੂੰ ਸਮਾਨ ਚ ਲੁਕਾ ਲਿਆ ਔਰਤ ਔਰਤ ਦੀ ਮਮਤਾ ਬੜੀ ਪਰਬਲ ਹੁੰਦੀ ਹੈ ਜਿਸ ਮਮਤਾ ਨਾਲ ਉਹਨਾਂ ਅਣਜਾਣ ਔਰਤਾਂ ਨੇ ਮੈਨੂੰ ਛੁਪਾ ਲਿਆ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਕੌਣ ਸਨ ਕਿੱਥੋਂ ਦੀਆਂ ਸਨ ਕਿੱਡੀ ਉਮਰ ਦੀਆਂ ਸਨ ਮੈਨੂੰ ਯਾਦ ਨਹੀਂ ਪਰ ਉਹ ਨਿੱਘੀ ਮਮਤਾ ਯਾਦ ਹੈ ਕਿੱਡੀ ਵੱਡੀ ਦਾਤ ਹੈ ਜੋ ਦਾਤੇ ਨੇ ਔਰਤ ਨੂੰ ਬਖਸ਼ੀ ਹੈ ਸਾਡੇ ਪਿੱਛੇ ਬਲੂਚ ਫੌਜੀਆਂ ਦੀ ਗੱਡੀ ਸੀ ਜੋ ਸਾਡੇ ਵੱਲ ਬੰਦੂਕਾਂ ਤਾਣੀ ਬੈਠੇ ਸਨ ਸਾਨੂੰ ਕਿਸੇ ਹੋਰ ਨਾਲੋਂ ਇਹਨਾਂ ਫੌਜੀ ਰਾਖਸ਼ਾਂ ਦਾ ਡਰ ਜ਼ਿਆਦਾ ਸੀ ਪਰ ਅੱਗੇ ਗੋਰਖਾ ਫੌਜੀਆਂ ਦੀ ਟੁਕੜੀ ਹੌਸਲਾ ਵਧਾਉਂਦੀ ਸੀ ਇੱਕ ਥਾਂ ਬੱਸਾਂ ਰੁਕੀਆਂ ਤਾਂ ਅਸੀਂ ਸੰਤਰੇ ਖਰੀਦਣ ਲੱਗੇ ਪਰ ਗੋਰਖਿਆਂ ਨੇ ਮਨਾ ਕਰ ਦਿੱਤਾ ਇਹ ਕਹਿ ਕੇ ਕਿ ਹੋ ਸਕਦਾ ਹੈ ਇਹਨਾਂ 'ਚ ਜ਼ਹਿਰ ਮਲਾਈ ਹੋਵੇ ਬਾਹਰੀ ਮذਬੀ ਜਨੂਨ ਜਨੂਨੀਆਂ ਦਾ ਮਜ਼ਹਬ ਇਨਸਾਨੀ ਖੁਰਾਕ 'ਚ ਜ਼ਹਿਰ ਮਲਾਉਣ ਦੀ ਵੀ ਇਜਾਜ਼ਤ ਦਿੰਦਾ ਹੈ ਜੇ ਖਾਣ ਵਾਲਾ ਦੂਜੇ ਮਜ਼ਬਦ ਦਾ ਹੋਵੇ ਇੱਕ ਰਾਤ ਲਾਹੌਰ ਇੱਕ ਟੁੱਟੀ ਜੀ ਸਰਾਂ ਦੇ ਵਿੱਚ ਕੱਟੀ ਜੀ ਦੇ ਦਰਵਾਜ਼ੇ ਤੇ ਫੌਜੀਆ ਦਾ ਪਹਿਰਾ ਸੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਅੰਦਰ ਕੋਈ ਟਾਇਲਟ ਨਹੀਂ ਸੀ ਤੇ ਪਾਣੀ ਵੀ ਨਹੀਂ ਸੀ ਸਵੇਰ ਤੱਕ ਸਰਾਂ ਚ ਸੜਿਆਂ ਤੋਂ ਭਰਾਈ ਸੀ ਜੇ ਉਸ ਦਿਨ ਸਾਨੂੰ ਕੱਢ ਕੇ ਫੇਰ ਕਾਫਲਾ ਨਾ ਚੱਲਦਾ ਤਾਂ ਬੁਰੇ ਹਾਲ ਹੋ ਜਾਣੇ ਸੀ ਕਾਫਲਾ ਫਿਰ ਧੜਵੀਆਂ ਦੀਆਂ કૃਪੀ ਨਜ਼ਰਾਂ ਵਿੱਚੋਂ ਦੀ ਲੰਘਿਆ ਮਜ਼ੇ ਦੀ ਗੱਲ ਹੈ ਕਿ ਖਤਰਾ ਤਾਂ ਅੰਤ ਤੱਕ ਅੰਤ ਦਾ ਸੀ ਪਰ ਡਰ ਨਹੀਂ ਸੀ ਲੱਗ ਰਿਹਾ ਮੈਨੂੰ ਉਸ ਪਛੋਕੜ 'ਚ ਆਪਣੇ ਫੌਜੀ ਤਾਇਆ ਜੀ ਦੀ ਸੁਣਾਈ ਇੱਕ ਘਟਨਾ ਯਾਦ ਆਉਂਦੀ ਹੈ ਉਹ ਫਰੰਟੀਅਰ ਫੋਰਸ ਰਾਈਫਲਸ ਵਿੱਚ ਇੱਕ ਮੁਹਿੰਮ ਤੇ ਫਰੰਟੀਅਰ ਵਿੱਚ ਮੋਰਚੇ 'ਚ ਸਨ ਇਸ ਮੋਰਚੇ 'ਚ ਬੈਠੇ ਪਠਾਣਾਂ ਦੀ ਫਾਇਰਿੰਗ ਦਾ ਜਵਾਬ ਦੇ ਰਹੇ ਸਨ ਪਠਾਨ ਇਕੱਠੇ ਗੋਲੀਆਂ ਦੀ ਵੌਲੀ ਮਾਰਦੇ ਸਨ ਇੱਕ ਖੱੱਚਰ ਤੇ ਤਿੰਨ ਜਵਾਨਾਂ ਦੀ ਟੁਕੜੀ ਸੀ ਇੱਕ ਜਵਾਨ ਦਾ ਹਰ ਬੋਲੀ ਦੇ ਖੜਾਕ ਤੇ ਪਿਸ਼ਾਬ ਨਿਕਲ ਜਾਂਦਾ ਸੀ ਪਰ ਉਹ ਕਹਿੰਦਾ ਸੀ ਡਰ ਨਹੀਂ ਲੱਗਦਾ ਪਤਾ ਨਹੀਂ ਪਿਸ਼ਾਬ ਕਿਉਂ ਨਿਕਲ ਜਾਂਦਾ ਜੇ ਤੁਹਾਨੂੰ ਯਕੀਨ ਨਹੀਂ ਤਾਂ ਕਹੋ ਤਾਂ ਮੈਂ ਦੌੜ ਕੇ ਬਾਹਰ ਚੱਕਰ ਲਗਾ ਸਕਦਾ ਮੈਂ ਸਮਝਦਾ ਕਿ ਡਰ ਕਿਤੇ ਮਨ ਦੀਆਂ ਥਲਵੀਆਂ ਧਿਆਨ ਚ ਚਲਾ ਜਾਂਦਾ ਹੈ ਡਰ ਹੁੰਦਾ ਹੈ ਪਰ ਲੱਗਦਾ ਨਹੀਂ ਤੇ ਬੰਦੇ ਦਾ ਹੌਸਲਾ ਵੀ ਘਟ ਨਹੀਂ ਕਰਦਾ ਇੱਕ ਅਜੀਬ ਸਥਿਤੀ ਹੈ ਜਿਸ ਸਥਿਤੀ ਵਿੱਚ ਇਸ ਕਾਫਲੇ ਅੰਦਰ ਅਸੀਂ ਵੀ ਸੀ ਅਕਰਸੀ ਹਿੰਦੁਸਤਾਨ ਪਹੁੰਚ ਗਏ ਆਪਣੀ ਪਿਆਰੀ ਤੇ ਕਦੇ ਵੀ ਨਾ ਭੁੱਲਣ ਵਾਲੀ ਤੇ ਜਨਮ ਭੂਮੀ ਨੂੰ ਛੱਡ ਕੇ ਜੇ ਮੂਲ ਰੂਪ ਵਿੱਚ ਲਈਏ ਤਾਂ ਅਸੀਂ ਪਰਦੇਸ ਵਿੱਚ ਨਾਗਰਿਕ ਬਣ ਗਏ ਤੇ ਆਪਣੀ ਜਨਮ ਭੂਮੀ ਲਈ ਪਰਦੇਸੀ ਬੱਲੇ ਓਏ ਆਪਣੇ ਆਪ ਨੂੰ ਇਨਸਾਨ ਕਹਾਉਣ ਵਾਲੇ ਬੰਦਿਆ ਤੇਰੀਆਂ ਕਰਤੂਪਾਂ ਇਸੇ ਕਰਕੇ ਮੇਰਾ ਯਕੀਨ ਹੈ ਕਿ ਦੇਸ਼ਾਂ ਦੀਆਂ ਹੱਦਾਂ ਆਦਮੀਆਂ ਦੇ ਮਨਾਂ 'ਚ ਹੁੰਦੀਆਂ ਹਨ ਬਣਦੀਆਂ ਟੁੱਟਦੀਆਂ ਤੇ ਬਦਲਦੀਆਂ ਹਨ ਧਰਤੀ ਤੇ ਤਾਂ ਉਹਨਾਂ ਲੀਕਾਂ ਦਾ ਪ੍ਰਗਟਾਉ ਹੀ ਹੁੰਦਾ ਹੈ ਰੱਬ ਨੇ ਤਾਂ ਧਰਤੀ ਆਕਾਸ਼ ਪਾਣੀ ਹਵਾ ਆਦ ਵਿੱਚ ਕੋਈ ਲਕੀਰ ਨਹੀਂ ਮਾਰੀ ਕਿਸੇ ਜੀਵ ਵਾਸਤੇ ਕੁਝ ਵੀ ਸੀਮਤ ਤੇ ਵੱਖਰਾ ਨਹੀਂ ਕੀਤਾ ਹੋ ਸਕਦਾ ਇੱਕ ਆਦਮੀ ਦਾ ਇੱਕ ਜਨਮ ਇੱਕ ਦੇਸ਼ ਵਿੱਚ ਤੇ ਮਰਨ ਉਪਰੰਤ ਤੂੰ ਜ ਕਿਸੇ ਹੋਰ ਦੇਸ਼ ਜਾਂ ਦੁਨੀਆ ਦੇ ਖੇਤੇ ਚ ਹੋਵੇ ਪੰਛੀਆਂ ਤੇ ਹਯਾਨਾਂ ਨੇ ਕੋਈ ਲਕੀਰਾਂ ਨਹੀਂ ਮਾਰੀਆਂ ਆਦਮੀ ਹੀ ਇੱਕ ਸਵਾਰਥੀ ਤੇ ਕਮੀਨੀ ਨੀਅਤ ਵਾਲਾ ਦਿਮਾਗੀ ਜਾਨਵਰ ਹੈ ਨੇ ਦੁਨੀਆ ਦੀ ਧਰਤੀ ਪਾਣੀ ਤੇ ਆਕਾਸ਼ ਸਭ ਫੁਲਾੜ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਹਨ ਕਦੀ ਅੱਜ ਦਾ ਪਾਕਿਸਤਾਨ ਬਲੋਚਿਸਤਾਨ ਬਰਮਾ ਬੰਗਲਾਦੇਸ਼ ਲੰਕਾਦ ਇੱਕ ਦੇਸ਼ ਹੁੰਦਾ ਸੀ ਪਾਕਿਸਤਾਨ ਬਣਾ ਕੇ ਬੰਗਾਲ ਚੀਰ ਕੇ ਬੰਗਲਾਦੇਸ਼ ਬਣ ਗਿਆ ਤੇ ਪੰਜਾਬ ਢਿੱਡੋਂ ਪਾੜ ਦਿੱਤਾ ਕਸ਼ਮੀਰ ਦਾ ਸਿਰ ਕੱਟ ਕੇ ਪਾਕਿਸਤਾਨੀ ਲੈ ਗਏ ਧੜ ਹਿੰਦੁਸਤਾਨ ਦੇ ਪੱਲੇ ਪੈ ਗਈ ਇੱਕ ਦੂਜੇ ਨਾਲ ਖਾਲੇ ਵੀ ਲੜੀ ਜਾਂਦੇ ਨੇ ਤੇ ਬੇਗੁਨਾਹ ਭੋਲੇ ਭਾਲੇ ਲੋਕ ਮਾਰੇ ਜਾ ਰਹੇ ਹਨ ਕਰੋਂ ਬੇਕਾਰ ਕੀਤੇ ਜਾ ਰਹੇ ਹਨ ਰਸਮੀ ਮذਬੀ جنونی ਇੱਥੇ ਵੀ ਆਪਣੀਆਂ ਕਰਤੂਤਾਂ ਤੋਂ ਨਹੀਂ ਟਲਿਆ ਤੇ ਆਦਮੀ ਇਨਸਾਨ ਨਹੀਂ ਬਣਿਆ ਇੱਥੇ ਹੀ ਬਸ ਨਹੀਂ ਭਾਰਤੀ ਪੰਜਾਬ ਦੀ ਹੋਰ ਬੋਟੀ-ਬੋਟੀ ਕਰ ਦਿੱਤੀ ਕਿਤੇ ਹਰਿਆਣਾ ਬਣ ਗਿਆ ਕਿਤੇ ਹਿਮਾਚਲ ਅਤੇ ਕਲੇਜਾ ਕੱਟ ਕੇ ਚੰਡੀਗੜ੍ਹ ਦਾ ਕੇਂਦਰੀ ਲੱਕਾ ਬਣਾ ਦਿੱਤਾ ਇਹ ਰੱਬ ਜਾਂ ਰੱਬ ਦੀ ਪਹਿਚਾਨ ਕਰਾਉਣ ਵਾਲੇ ਕਿਸੇ ਮੂਲ ਧਰਮ ਨੇ ਨਹੀਂ ਕੀਤਾ ਇਹ ਸਵਾਰਥੀ ਬੰਦੇ ਦੀਆਂ ਕਰਤੂਤਾਵਾਂ ਹਨ ਜੋ ਆਪਣੇ ਸਵਾਰਥ ਲਈ ਦੇਸ਼ ਤੱਕ ਹੀ ਹਰ ਚੀਜ਼ ਦਾਤੇ ਲਾ ਸਕਦਾ ਹੈ ਤੇ ਹਰ ਤਰ੍ਹਾਂ ਦਾ ਸ਼ੋਸ਼ਣ ਕਰ ਸਕਦਾ ਹੈ ਮੈਂ ਤਾਂ ਸਮਝਦਾ ਸਹੀ ਇਨਸਾਨ ਲਈ ਤਾਂ ਵਤਨ ਜਾਂ ਖੁਬਲ ਵਤਨੀ ਵੀ ਇੱਕ ਬਹੁਤ ਤੰਗ ਦੇਲੀ ਹੈ ਸਾਰੀ ਦੁਨੀਆ ਹੀ ਜਿੱਥੇ ਤੱਕ ਉਹਦੀ ਪਹੁੰਚ ਹੈ ਪਰਮਾਤਮਾ ਦੀ ਧਰਤੀ ਹੈ ਪਰਮਾਤਮਾ ਦੇ ਲੋਕ ਹਨ ਤੇ ਪਰਮਾਤਮਾ ਦਾ ਹੀ ਸਾਰਾ ਆਲਾ ਦੁਆਲਾ ਹੈ ਜਿਸ ਵਿੱਚ ਉਹਦਾ ਉਨਾਂ ਹੀ ਹੱਕ ਹੈ ਜਿੰਨਾ ਕਿਸੇ ਹੋਰ ਦਾ ਤੇ ਉਨਾਂ ਹੀ ਜ਼ਿੰਮੇਵਾਰੀ ਹੈ ਜਿੰਨੀ ਕਿਸੇ ਹੋਰ ਦੀ ਵਕ ਵਕ ਦੇਸ਼ ਤਾਂ ਸੱਤਾਧਾਰੀਆਂ ਦੇ ਕਬਜ਼ੇ ਹੰਦੇ ਇਹਨਾਂ ਕਬਜ਼ਿਆਂ ਦੀਆਂ ਹੱਦਾਂ ਬਦਲਦੀਆਂ ਰਹਿੰਦੀਆਂ ਹਨ ਪਲਾ ਵੇਖਿਆ ਜਾਏ ਤਾਂ ਯੂਰਪੀ ਅਮਰੀਕਨਾਂ ਦਾ ਅਮਰੀਕਾ ਤੇ ਕੀ ਹੱਕ ਹੈ ਧੱਕਾ ਜੂਰੀ ਹੀ ਹੈ ਨਾ ਅਖਰ ਸਥਾਨੀ ਆਬਾਦੀ ਰੈਡ ਇੰਡੀਅਨਸ ਨੂੰ ਮਾਰ ਮੁਕਾਇਆ ਜਾਂ ਰੈਜ਼ਰਵੇਸ਼ਨ ਵਿੱਚ ਧੱਕ ਦਿੱਤਾ ਤੇ ਕਾਬਜ਼ ਹੋ ਬੈਠੇ ਉਹਨ ਕਿਸੇ ਹੋਰ ਨੂੰ ਨੇੜੇ ਨਹੀਂ ਲੱਗਣ ਦਿੰਦੇ ਤੇ ਗੱਲਾਂ ਕਰਦੇ ਨੇ ਇਨਸਾਨੀ ਹੱਕਾਂ ਦੀਆਂ ਮੈਨੂੰ ਤਾਂ ਵਤਨ ਪ੍ਰਸਤੀ ਕਿਤੇ ਵੀ ਹੋਵੇ ਕੋਈ ਵੀ ਕਰਦਾ ਹੋਵੇ ਗੈਰ ਕੁਦਰਤੀ ਮਹਿਸੂਸ ਹੁੰਦੀ ਹੈ ਇਹਨੂੰ ਮੈਂ ਸੱਤਾਧਾਰੀਆਂ ਦਾ ਇੱਕ ਹਥਿਆਰ ਸਮਝਦਾ ਇਹ ਰੋਂ ਨਿਰਦੇਸ਼ ਦੇਸ਼ਾਂ ਵਿਚਕਾਰੀ ਨਹੀਂ ਜਿਸ ਨਾਲ ਐਟਮ ਬੰਬ ਚੱਲਦੇ ਹਨ ਕਰੋੜਾਂ ਅਰਬਾਂ ਫੌਜਾਂ ਲੜਦੀਆਂ ਹਨ ਕਰੋੜਾਂ ਇਨਸਾਨ ਮਾਰੇ ਜਾਂਦੇ ਹਨ ਕਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਤੇ ਸੰਪਤੀ ਨਸ਼ਟ ਹੋ ਕੇ ਵੈਰ ਵਿਰੋਧ ਦਾ ਵਾਤਾਵਰਨ ਬਣਿਆ ਰਹਿੰਦਾ ਹੈ ਇਹ ਬਿਮਾਰੀ ਤਾਂ ਦੇਸ਼ਾ ਵਿੱਚ ਅੰਦਰੂਨੀ ਤੌਰ ਤੇ ਵੀ ਹੈ ਮਿਸਾਲ ਵਜੋਂ ਹਿਮਾਚਲ ਪ੍ਰਦੇਸ਼ 'ਚ ਕੋਈ ਹੋਰ ਭਾਰਤੀ ਜ਼ਮੀਨ ਖਰੀਦ ਕੇ ਆਪਣੀ ਰਹਿਣ ਦੀ ਛੱਪਰੀ ਵੀ ਨਹੀਂ ਪਾ ਸਕਦਾ ਮੈਂ ਇੱਕ ਭਾਰਤੀ ਹੁੰਦਿਆਂ ਹੋਇਆਂ ਯੂਰਪ ਅਮਰੀਕਾ ਕੈਨੇਡਾ ਵਿੱਚ ਤਾਂ ਭਾਵੇਂ ਜੋ ਜ਼ਿਆਦਾ ਸੰਪਤੀ ਚਾਹਾਂ ਖਰੀਦ ਸਕਦਾ ਪਰ ਆਪਣੇ ਦੇਸ਼ 'ਚ ਮੈਨੂੰ ਇਹ ਖੁੱਲ ਨਹੀਂ ਇਸ ਪੱਖੋਂ ਭਾਵੇਂ ਵੀਜ਼ਾ ਤਾਂ ਨਹੀਂ ਲੈਣਾ ਪੈਂਦਾ ਪਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਉਹ ਇਲਾਕੇ ਵੀ ਜੋ ਪਹਿਲਾਂ ਪੰਜਾਬ ਹੁੰਦਾ ਸੀ ਮੇਰੇ ਲਈ ਪਰਦੇਸ ਸਨ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਤਾਰ ਧਰਮਨੇਕ ਪਰਦੇਸ਼ਿਕ ਕਿੱਥੇ ਹੈ ਕਿੱਥੇ ਹੈ ਇੱਥੇ ਦੇਸ਼ ਇੱਕ ਇਹ ਤਾਂ ਦੇਚੰਦਾਂ ਦੇਚੇ ਜਿਵੇਂ ਹਰ ਕੋਈ ਆਪਣੀ ਡੇਢ ਗਿੱਟ ਦੀ ਮਸਜਿਦ ਖੜੀ ਕਰ ਬੈਠਾ ਹੈ ਨਾਲੇ ਧਰਮ ਤਾਂ ਇੱਕੋ ਹੀ ਹੈ ਕਦੀ ਧਰਮ ਵੀ ਅਨੇਕ ਹੋਏ ਨਹੀਂ ਸੱਚ ਇਮਾਨਦਾਰੀ ਰਹਿਮ ਸਹਿਰਦਤਾ ਛਲ ਕਪਟ ਤੋਂ छुटਕਾਰਾ ਕਾਮ ক্রোধ ਲੋਭ ਮੋਹ ਹੰਕਾਰ ਤੋਂ छुटਕਾਰਾ ਇੱਕੋ ਹੀ ਦਾ ਕਰਮ ਹੈ ਇੱਕੋ ਹੀ ਦਾ ਧਰਮ ਹੈ ਹੋਰ ਕਿਹੜਾ ਦੂਜਾ ਜਾਂ ਤੀਜਾ ਧਰਮ ਹੈ ਖੈਰ ਆਦਮੀ ਜਿੰਨਾ ਚਿਰ ਇਨਸਾਨ ਨਹੀਂ ਬਣਦਾ ਇਹ ਹੱਥ ਕੰਡੇ ਸਥਾਨੀ ਕੌਮੀ ਤੇ ਕੋ ਮੰਤਰੀ ਪੱਧਰ ਤੇ ਵਰਤੇ ਜਾਂਦੇ ਰਹੇ ਹਨ ਅਤੇ ਭੋਲੇ ਬੇਗੁਨਾ ਇਨਸਾਨ ਇਸ ਕੱਟ ਦੀ ਚੱਕੀ ਚ ਪਿਸਦੇ ਹੀ ਰਹੇ ਹਨ ਤੁਹਾਡੀ ਮੇਰੀ ਕਿਸੇ ਨੇ ਸੁਣੀ ਸੱਤਾ ਅਖਰ ਦੂਸਰਿਆਂ ਦੀ ਆਜ਼ਾਦੀ ਖੋ ਕੇ ਉਹਨਾਂ ਨੂੰ ਸੱਤਾ ਹਿੰਮ ਕਰਕੇ ਹੀ ਤਾਂ ਪ੍ਰਾਪਤ ਹੁੰਦੀ ਹੈ ਕੁਝ ਸਵਾਰਥੀ ਲੀਡਰ ਹਾਲੇ ਵੀ ਇਸ ਛੋਟੇ ਜਿਹੇ ਪੰਜਾਬ ਨੂੰ ਅੱਗੋਂ ਵੰਡੀਆਂ ਪਾਉਣ ਲਈ ਸੋਚਦੇ ਹਨ ਰੰਗਲੀ ਪਲੰਗ ਵਰਗਾ ਵਿਸ਼ਾਲ ਪੰਜਾਬ ਜੋ ਦਰਰਾ ਖੈਬਰ ਤੋਂ ਦਿੱਲੀ ਤੱਕ ਸਵੈਮਾਨ ਨਾਲ ਪਸਰਿਆ ਪਿਆ ਸੀ ਇੱਕ ਟੁੱਟੀ ਪੀੜੀ ਵਰਗਾ ਕਰਕੇ ਵੀ ਇਹਨਾਂ ਨੂੰ ਸਬਰ ਨਹੀਂ ਆਇਆ ਮਸਜਬ ਜ਼ੁਬਾਨ ਤੇ ਸ਼੍ਰੇਣੀਆਂ ਆਦ ਦੇ ਨਾਂ ਤੇ ਇਨਸਾਨਾਂ ਦੀਆਂ ਵੰਡੀਆਂ ਪਾਉਣ ਦੀ ਕੋਈ ਹੱਦ ਨਹੀਂ ਜੇ ਕੁੱਲੂ ਹਿੰਦੂ ਮੁਸਲਮਾਨ ਦਾ ਝਗੜਾ ਖੜਾ ਕੀਤਾ ਤੱਜ ਉਹਦੇ ਨਾਲ ਹਿੰਦੂ ਸਿੱਖ ਕਸ਼ਮੀਰੀ ਬੰਗਾਲੀ ਅਸਾਮੀ ਮਦਰਾਸੀ ਜੱਟ ਗੈਰ ਗੈਰ ਜੱਟ ਰਾਜਪੂਤ ਅਗਰਵਾਲ ਪਛੜੀਆਂ ਸ਼੍ਰੇਣੀਆਂ ਹਰੀਜਨਾਦ ਦੀਆਂ ਵੀ ਵੰਡੀਆਂ ਪੈ ਗਈਆਂ insan ਅਤੇ ਕੁਲ ਧਰਤੀ ਹਵਾ ਪਾਣੀ ਦੀ ਗੱਲ ਤਾਂ ਇੱਕ ਪਾਸੇ ਇੱਥੇ ਦਾ ਭਾਰਤ ਭਾਰਤੀਆਂ ਦੇ ਪੰਜਾਬ ਪੰਜਾਬੀਆਂ ਦੀ ਇੱਕ ਹੂਣ ਤੇ ਵੀ ਕੋਈ ਅਸਰ ਦਿਖਾਈ ਨਹੀਂ ਦਿੰਦੇ ਇਹ ਬਟਵਾਰਾ ਜੋ ਹੋਇਆ ਕੋਈ ਆਖਰੀ ਬਟਵਾਰਾ ਨਹੀਂ ਸੀ ਇਹੋ ਜਿਹੇ ਬਟਵਾਰੇ ਅੱਗੋਂ ਵੀ ਹੋ ਸਕਦੇ ਹਨ ਜਦੋਂ ਤੱਕ ਆਦਮੀ ਇਨਸਾਨ ਨਹੀਂ ਬਣਦਾ ਆਓ ਜ਼ਰਾ ਫਿਰ ਪਛਾਣ ਚੱਲੀਏ ਅਸੀਂ ਲਾਹੌਰੋਂ ਅੰਮ੍ਰਿਤਸਰ ਬੱਸਾਂ ਦੇ ਕਾਫਲੇ ਰਹੀਂ ਤੇ ਅੰਮ੍ਰਿਤਸਰ ਤੋਂ ਜਲੰਧਰ ਗੱਡੀ ਰਹੀਂ ਪਹੁੰਚੇ ਉਦੋਂ ਗੱਡੀਆਂ ਕਿਸੇ ਟਾਈਮ ਨਾਲ ਨਹੀਂ ਸੀ ਚੱਲਦੀਆਂ ਰੇਲਵੇ ਵਾਲੇ ਆਪਣੀ ਮਰਜ਼ੀ ਨਾਲ ਹੀ ਗੱਡੀ ਚਲਾਉਂਦੇ ਸਨ ਪਰ ਕਰਾਇਆ ਕੋਈ ਨਹੀਂ ਸੀ ਅੱਗੋਂ 5-7 ਮੀਲ ਪੈਦਲ ਤੁਰ ਕੇ ਆਪਣੇ ਜੱਦੀ ਪਿੰਡ ਜੰਡੇਆਲੇ ਪਹੁੰਚ ਗਏ ਅਕਤੂਬਰ ਦੇ ਅੱਧ ਵਿੱਚ ਲੋਕਾਂ ਦੀ ਭੀੜ ਕਾਰਨ ਤੇ ਸਹੂਲਤਾਂ ਨਾ ਹੋਣ ਕਾਰਨ ਪੇਚਰਸ ਦੀ ਬਿਮਾਰੀ ਆਮ ਸੀ 5-7 ਕਿਲੋਮੀਟਰ ਤੁਰਨ ਨਾਲ ਹਾਲਤ ਹੋਰ ਵੀ ਖਰਾਬ ਹੋ ਗਈ ਕੁਝ ਫੇਰਾ ਵੀ ਪਿਆ ਕਿਉਂਕਿ ਸਿੱਧੇ ਰਾਹ ਵਿੱਚ ਮੁਸਲਮਾਨਾਂ ਦਾ ਕੈਂਪ ਸੀ ਜਿੱਥੇ ਅਣਜਾਣੇ ਫਸਟਲੇ ਸੀ ਲੁਕ ਲੁਕਾ ਕੇ ਬਚੇ ਇਨੇ ਸਾਰੇ ਜੋਖਮਾਂ ਥਾਣੇ ਲੰਘ ਕੇ ਘਰ ਦੇ ਕੋਲ ਆ ਕੇ ਜਨਗਵਾ ਬੈਠਣ ਲੱਗੇ ਸੀ ਘਰ ਆ ਕੇ ਮੱਕੀ ਦੀ ਰੋਟੀ ਦਹੀਂ ਨਾਲ ਖਾਦੀ ਤਾਂ ਸਭ ਬੇਚੇਸ਼ ਬੇਚੇਸ਼ ਖਤਮ ਹੋ ਗਈ ਤਾਇਆ ਜੀ ਪਹਿਲੋਂ ਆਏ ਹੋਏ ਸਨ ਜੋ ਕੁਦਰਤੀ ਪਹਿਲੋਂ ਹੀ ਕੋਟਾ ਰਾਜਸਥਾਨ ਵੱਲ ਜ਼ਮੀਨ ਖਰੀਦਣ ਗਏ ਹੋਏ ਸਨ ਇਹਨੇ ਜਿੱਦ ਨੂੰ ਵਟਵਾਰਾ ਹੋ ਗਿਆ ਤੇ ਉਹ ਇੱਧਰ ਜੱਦੀ ਪਿੰਡ ਵਿੱਚ ਹੀ ਰੁਕ ਗਏ ਸਨ ਇੱਕ ਇੱਕ ਹੁੰਦਾ 2 11 ਹੋ ਜਾਂਦੇ ਨੇ ਮੇਰੇ ਤਾਇਆ ਜੀ ਨੂੰ ਮੇਰੇ ਆਉਣ ਨਾਲ ਕਾਫੀ ਹੌਸਲਾ ਹੋਇਆ ਅਸੀਂ ਬਾਕੀ ਟੱਬਰ ਨੂੰ ਦੇਖਣ ਲੱਗੇ ਜੋ ਤਕਰੀਬਨ ਇੱਕ ਮਹੀਨਾ ਬਾਅਦ ਸਾਡੇ ਨਾਲ ਮਿਲਿਆ ਗੱਡਿਆਂ ਤੇ ਕਾਫਲੇ ਨਾਲ ਲਾਉਣ ਵਿੱਚ ਮੁਸ਼ਕਲਾਂ ਤਾਂ ਬਹੁਤ ਸਨ ਪਰ ਫਾਇਦਾ ਇਹ ਹੋਇਆ ਕਿ ਦੋ ਬਲਦ ਤੇ ਇੱਕ ਮੱਝ ਆ ਗਈ ਜਿਸ ਨਾਲ ਜੋ ਮਾੜੀ-ਮੋਟੀ ਜ਼ਮੀਨ ਅਰਜ਼ੀ ਤੌਰ ਤੇ ਅਲਾਟ ਹੋਈ ਸੀ ਉਸ ਵਿੱਚ ਖੇਤੀ ਕਰਨੀ ਆਸਾਨ ਹੋ ਗਈ ਤੇ ਕਿਸੇ ਦੇ ਅੱਗੇ ਹੱਥ ਨਹੀਂ ੱਡਣੇ ਪਏ ਜੋ ਚਾਰ ਪੈਸੇ ਬਚੇ ਸੀ ਉਹਨਾਂ ਨਾਲ ਕਣਕ ਦੀ بجائے ਮੱਕੀ ਤਾਂ ਖਰੀਦ ਲਈ ਜੋ ਸਸਤੀ ਸੀ ਪਰ ਕਿਸੇ ਪਾਸੋਂ ਕੁਝ ਨਹੀਂ ਲਿਆ ਇਸ ਤਰ੍ਹਾਂ گزارਾ ਕੀਤਾ ਕੁਝ ਦਿਨ ਜਦ ਨੂੰ ਅਲਾਟ ਹੋਈ ਜ਼ਮੀਨ ਵਿੱਚੋਂ ਕਮਾਤ ਦੀ ਆਮਦਨੀ ਨਹੀਂ ਅੱਗੇ ਗੱਡੀ ਤੋੜ ਦਿੱਤੀ ਆਦਮੀ ਕਿੰਨਾ નિર્દય ਤੇ ਲਾਲਚੀ ਹੁੰਦਾ ਹੈ ਲੋਕਾਂ ਨੇ ਇਸ ਪਾਸੇ ਮੁਸਲਮਾਨਾਂ ਨੂੰ ਵੱਡੇ ਟੁਕਿਆਂ ਲੁੱਟਿਆ ਤੇ ਉਸ ਪਾਸੇ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਮੈਂ ਦੇਖਿਆ ਵਾਹ ਲੱਗਦੀ ਨੂੰ ਲੋਕਾਂ ਨੇ ਮਕਾਨਾਂ ਦੇ ਸ਼ਤੀਰੀਆਂ ਬਾਲੇ ਤੇ ਦਰਵਾਜ਼ੇ ਖਿੜਕੀਆਂ ਵੀ ਲਾ ਲਏ ਚੰਗੀਆਂ ਚੰਗੀਆਂ ਵਸਤੂਆਂ ਸਰਕਾਰ ਦੀ ਬੇਨਤੀ ਤੇ ਸਖਤੀ ਜਿੰਨੀ ਕੁ ਹੋ ਸਕਦੀ ਸੀ ਦੇ ਹੁੰਦਿਆਂ ਹੋਿਆਂ ਵੀ ਹੜੱਪ ਕਰ ਗਏ ਤੇ ਪੁਰਾਣੀਆਂ ਜੁੱਲੀਆਂ ਵਸਤਰ ਤੇ ਕਟੀਆਂ ਚੀਜ਼ਾਂ ਸ਼ਰਨਾਰਥੀਆਂ ਨੂੰ ਵੰਡਦੇ ਫਿਰਦੇ ਸਨ ਇਹ ਕਮਿੰਗੀ ਤਾਂ ਸਾਡੇ ਲੋਕਾਂ ਨੇ ਫਿਰ ਉਦੋਂ ਵੀ ਕੀਤੀ ਜਦੋਂ 1965 ਦੀ ਲੜਾਈ ਦੌਰਾਨ ਪਾਕਿਸਤਾਨ ਦਾ ਕੁਝ ਇਲਾਕਾ ਲਾਹੌਰ ਦਾ ਇਸ ਪਾਸੇ ਇੱਚੋ ਗਿਲ ਨਹਿਰ ਤੱਕ ਕੁਝ ਦਿਨਾਂ ਲਈ ਭਾਰਤੀ ਫੌਜਾਂ ਦੇ ਕਬਜ਼ੇ ਹੇਠ ਰਿਹਾ ਹੋਰ ਤਾਂ ਹੋਰ ਪੱਕੀਆਂ ਇੱਟਾਂ ਵੀ ਮਕਾਨ ਢਾ ਕੇ ਚੁੱਕ ਲਿਆ ਲੋਕ ਪਾਕਿਸਤਾਨੀ ਲੋਕ ਜਦ ਮੁੜੇ ਮੁੜ ਉੱਥੇ ਵਸੇ ਹੋਣਗੇ ਤਾਂ ਸਾਨੂੰ ਜ਼ਰੂਰ ਸਿੱਖੜੇ ਨੰਗ ਕਹਿੰਦੇ ਹੋਣਗੇ ਮੇਰਾ ਇੱਕ ਬਹਿਨੋਈ ਤਾਈ ਦੀ थी ਦੇ ਘਰ ਵਾਲਾ ਵੀ ਉਦੋਂ ਫੌਜ ਚ ਸੀ ਤੇ ਇਸੇ ਫਰੰਟ ਤੇ ਸੀ ਉਹ ਵੀ ਇੱਕ ਬਹੁਤ ਅੱਛਾ ਚੀਨੀ ਦਾ ਟੀ-ਸ਼ਰਟ ਤੇ ਪੱਖੇ ਆਦ ਲੁੱਟੇ 1968 ਵਿੱਚ ਜਦ ਮੈਂ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਮੈਨੂੰ ਉਸ ਬਹੁਤ ਹੀ ਪਤਲੀ ਚੀਨੀ ਦੇ ਖੂਬਸੂਰਤ ਕਪਾਂ ਵਿੱਚ ਆਪ ਲਾਈ ਪਰ ਮੈਨੂੰ ਤਾਂ ਉਸ ਵਿੱਚਾਂ ਸਵਾਦ ਹੀ ਨਾ ਲੱਗੀ ਤੇ ਮੁਰ ਕਦੀ ਉਸ ਸੈੱਟ ਵਿੱਚ ਮੈਂ ਉਹਨਾਂ ਦੇ ਘਰ ਚਾਹ ਨਹੀਂ ਪੀਤੀ ਮੈਨੂੰ ਤਾਂ ਉਸ ਸੈੱਟ ਵਿੱਚ ਝੋਲਾ ਪੈਂਦਾ ਸੀ ਕਿਸੇ ਭੋਲੀ ਭਾਲੀ ਮੁਸਲਮਾਨ ਔਰਤ ਦੇ ਨਮਾਜ਼ ਪੜਦੀ ਦਾ ਪਰ ਦੁਨੀਆ ਚੱਲਦੀ ਹੈ ਭਾਰਤ ਦੇਸ਼ ਮਹਾਨ ਹੈ ਅਸੀਂ ਭਾਰਤੀ ਤਾਂ ਬਹੁਤ ਹੀ ਮਹਾਨ ਹਾਂ ਕੁਝ ਚਿਰ ਤਾਂ ਪਾਕਿਸਤਾਨ ਤੋਂ ਇੱਧਰ ਆ ਕੇ ਮੈਂ ਖੇਤੀ ਦਾ ਕੰਮ ਕੀਤਾ ਪਰ ਛੇਤੀ 1.5 ਕਿਲੋਮੀਟਰ ਦੇ ਫਾਸਲੇ ਤੇ ਨੂਰਮੈਲ ਦੁਆਬਾ ਆ ਰਿਹਾ ਸਕੂਲ ਚ ਦਾਖਲ ਹੋ ਗਿਆ ਜਿੱਥੇ 10ਵੀਂ ਜਮਾਤ ਮੈਂ ਅਗਸਤ 1948 ਚ ਪਾਸ ਕੀਤੀ। ਹਿੰਦੂ ਸਕੂਲ ਹੋਣ ਕਰਕੇ ਸਵੇਰ ਦੀ ਪ੍ਰਾਰਥਨਾ ਓਮ ਭੂ ਵਭਵੇ ਦੀ ਆਰਤੀ ਨਾਲ ਹੁੰਦੀ ਸੀ। ਉਦੋਂ ਤਾਂ ਇੱਕ ਵਾਰੀ ਸਾਰੀ ਆਰਤੀ ਜ਼ਬਾਨੀ ਯਾਦ ਹੋ ਗਈ ਸੀ। ਖਾਲਸਾ ਸਕੂਲ, ਗਵਰਨਮੈਂਟ ਸਕੂਲ, ਤਿਆਰੀਆ ਸਕੂਲ ਵਿੱਚ ਪੜ੍ਹ ਕੇ ਹਰ ਮਜ਼ਬ ਦੇ ਕੁਝ-ਕੁਝ ਅੰਸ਼ ਪੱਲੇ ਪਏ ਸਨ। ਪਰ ਮਨੁੱਖ ਕਿਸੇ ਇੱਕ ਮਜ਼ਬੀ ਸੰਕਿਰਣਤਾ ਨਾਲ ਨਹੀਂ ਕਰ ਨਹੀਂ ਕੀਤਾ। ਮੈਂ ਸਮਝਦਾ ਇਸ ਪੱਖੋਂ ਬੱਚਾ ਜਾਂ ਤਾਂ ਸਰਕਾਰੀ ਸਕੂਲ ਚ ਪੜਾਉਣਾ ਚਾਹੀਦਾ ਹੈ ਨਹੀਂ ਤਾਂ ਨਿਹਰਾ ਆਪਣੇ ਮਜ਼ਬਬ ਦੇ ਸਕੂਲ ਵਿੱਚ ਹੀ ਨਹੀਂ ਪੜਾਉਣਾ ਚਾਹੀਦਾ ਸਭ ਤੋਂ ਹੋ ਸਕੇ ਤਾਂ ਥੋੜਾ ਥੋੜਾ ਚਿਰ ਮੁੱਖ ਧਰਮਾਂ ਦੇ ਸਕੂਲਾਂ ਚ ਪੜ੍ਹਾਈ ਹੋਣੀ ਲਾਭਦਾਇਕ ਹੋ ਸਕਦੀ ਹੈ ਇਸ ਤਰ੍ਹਾਂ ਕੋਈ ਮਜ਼ਬਬੀ ਜਨੂਨ ਜਾਂ ਸੰਕੀਰਣਤਾ ਬੱਚੇ ਦੇ ਦਿਮਾਗ ਚ ਘਰ ਨਹੀਂ ਕਰਦੀ ਇਹ ਗੱਲ ਮਜ਼ਬਬੀ ਲੋਕਾਂ ਨੂੰ ਤਾਂ ਸ਼ਾਇਦ ਨਾ ਚੱ체 ਪਰ ਮੈਨੂੰ ਹੀ ਠੀਕ ਲੱਗਦੀ ਹੈ ਇਸ ਦੇ ਨਾਲ-ਨਾਲ ਮੈਂ ਇਹ ਵੀ ਯਕੀਨ ਰੱਖਦਾ ਕਿ ਜਵਾਨੀ ਵਿੱਚ ਜਾਂ ਛੋਟੀ ਉਮਰ ਦੇ ਜਿੱਥੋਂ ਤੱਕ ਹੋ ਸਕੇ ਵੱਖ-ਵੱਖ ਮਜ਼ਬਾਂ ਦੇ ਸਾਰੇ ਮੂਲ ਗ੍ਰੰਥ ਪੜ੍ਹਨੇ ਚਾਹੀਦੇ ਹਨ ਇਸ ਨਾਲ ਆਪਣੇ ਮਜ਼ਬਬ ਦੀ ਦੂਸਰੇ ਮਜ਼ਬਾਂ ਦੇ ਪਰਪੇਖ ਵਿੱਚ ਵੱਧ ਸਮਝ ਆ ਜਾਂਦੀ ਹੈ ਉਹਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਖੂਦ ਦੇ ਡੱਡੂ ਵਾਂਗ ਆਪਣੀ ਥੋੜੀ ਜਿਹੀ ਦੁਨੀਆ ਹੀ ਸਭ ਕੁਝ ਤੇ ਸਭ ਤੋਂ ਚੰਗੀ ਨਹੀਂ ਲੱਗਦੀ ਸਗੋਂ ਦੂਸਰੇ ਮਜ਼ਬਾਂ ਦੇ ਚੰਗੇ ਪੱਖ ਸਮਝਣ 'ਚ ਮਦਦ ਮਿਲਦੀ ਹੈ ਇਸ ਨਾਲ ਆਪਣੇ ਤੇ ਦੂਜੇ ਮਜ਼ਬਾਂ ਦੇ ਠੇਕੇਦਾਰਾਂ ਦੇ ਜਨੂਨ ਤੇ ਕਰਤੂਤਾਂ ਨੂੰ ਵੀ ਭਲੀ ਭਾਂਤੀ ਸਮਝਿਆ ਜਾ ਸਕਦਾ ਹੈ ਇਹ ਕੁਰਾਹੇ ਪੈਣ ਤੋਂ ਬਚਿਆ ਜਾ ਸਕਦਾ ਹੈ ਜੇ ਇਨਾਂ ਕੁਝ ਨਾ ਹੋ ਸਕਦਾ ਹੋਵੇ ਤਾਂ ਸੰਕਿਰਣਤਾ ਤੋਂ ਬਚਣ ਲਈ ਮੂਲ ਧਰਮ ਗ੍ਰੰਥ ਤੋਂ ਸਿਵਾਏ ਹੋਰ ਵਚਨ ਤੇ ਲੇਖ ਕਿਤਾਬਾਂ ਬਹੁਤ ਸੰਤੀ ਕਰਕੇ ਪੜ੍ਹਨੇ ਚਾਹੀਦੀਆਂ ਹਨ ਜਨੂਨੀਆਂ ਦੀ ਜ਼ਹਿਰ ਤੋਂ ਤਾਂ ਬਚਿਆ ਜਾ ਸਕਦਾ ਹੈ ਜੇ ਉਹਨਾਂ ਦਾ ਕੁਝ ਵੀ ਲਿਖਿਆ ਨਾ ਪੜਿਆ ਜਾਏ ਨਹੀਂ ਤਾਂ ਬੜੀ ਸਮਰੱਥਾ ਹੁੰਦੀ ਹੈ ਇਹਨਾਂ ਵਿੱਚ ਕੁਰਾਹੇ ਪਾਉਣ ਦੀ ਲੱਗਦਾ ਇੰਜ ਤੁਹਾਡੇ ਹਿੱਤ ਦੀ ਗੱਲ ਕਰਦੇ ਨੇ ਪਰ ਪਾਲਦੇ ਨਹੀਂ ਆਪਣੇ ਸਵਾਰਥ ਇੱਕਵੇਂ ਪਤਾ ਲੱਗੇ ਕਿ ਕਿਹੜੀ ਕਿਤਾਬ ਜਾਂ ਲੇਖ ਜਾਂ प्रवचन ਪੜਿਆ ਜਾਵੇ ਮੈਂ ਤਾਂ ਇਹਦੇ ਦੋ ਟਾਂ ਲੱਬੇ ਹਨ ਇੱਕ ਇਹ ਕਿ ਜੇ ਮੈਂ ਸਮਝਾਂ ਕਿ ਕੋਈ ਲੇਖਕ ਵਿਅਕਤੀ ਕੱਟੜ ਜਨੂਨੀ ਜਾਂ ਮذਬੀ ਸੰਕੇਰਨਤਾ ਦਾ ਸ਼ਿਕਾਰ ਹੈ ਜਾਂ ਲਿਖਣ ਵਾਲੀ ਸੰਸਥਾ ਯੂਜੀ ਹੈ ਤਾਂ ਮੈਂ ਉਹਨਾਂ ਦਾ ਲਿਖਿਆ ਵਾਹ ਲੱਗਦੀ ਨੂੰ ਪੜਦਾ ਹੀ ਨਹੀਂ ਜੇ ਪੜਨ ਵੀ ਲੱਗ ਜਾਵਾਂ ਤਾਂ ਜਿੱਥੇ ਜਨੂਨ ਝਲਕੇ ਉੱਥੋਂ ਛੱਡ ਦਿੰਨਾ ਇਹ ਨਹੀਂ ਕਿ ਮذਬੀ ਲੋਕਾਂ ਦੀ ਗੱਲ ਨਹੀਂ ਸੁਣਦਾ ਹਾਂ ਸੁਣਦਾ ਬੜੇ ਧਿਆਨ ਨਾਲ ਸੁਣਦਾ ਹਾਂ ਪਰ ਜਿੱਥੋਂ ਜਨੂਨ ਜਾਂ ਸੰਕੀਰਣਤਾ ਝਲਕਣ ਲੱਗੇ ਆਪਣੇ ਦਿਮਾਗ ਦਾ ਬਟਨ ਬੰਨ੍ਹਦਾ ਕਰ ਲੈਂਦਾ ਹਾਂ ਮੇਰੇ ਕੁਝ ਬੜੇ ਪਿਆਰੇ ਦੋਸਤ ਪੂਰਨ ਸਿੱਖ ਹਨ ਉਹਨਾਂ ਦੀ ਗੱਲ ਮੈਂ ਬਹੁਤ ਧਿਆਨ ਨਾਲ ਸੁਣਦਾ ਕਿਉਂਕਿ ਉਹਨਾਂ 'ਚ ਕੋਈ ਜਨੂਨ ਜਾਂ ਸੰਕੀਰਣਤਾ ਨਹੀਂ ਉਹ ਹਰ ਇਨਸਾਨ ਨੂੰ ਇਨਸਾਨ ਸਮਝਦੇ ਨੇ ਤੇ ਕਿਸੇ ਮਜ਼ਹਬ ਬਾਰੇ ਕਦੇ ਬੁਰਾ ਨਹੀਂ ਕਹਿੰਦੇ ਇਸੇ ਤਰ੍ਹਾਂ ਮੇਰੇ ਕੁਝ ਹਿੰਦੂ ਬ੍ਰਾਹਮਣ ਤੇ ਮੁਸਲਮਾਨ ਦੋਸਤ ਹਨ ਜਿਨ੍ਹਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਹੈ ਬਜ਼ੁਰਗਾਂ ਮਹਾਪੁਰਖਾਂ ਦੀ ਵੀ ਗੱਲ ਧਿਆਨ ਨਾਲ ਸੁਣਦਾ ਹਾਂ ਪਰ ਪੱਲੇ ਉਹੀ ਬੰਦ ਆ ਹਾਂ ਜੋ ਸੰਕਿਰਨਤਾ ਦੇ दायरे ਤੋਂ ਬਾਹਰ ਹੋਵੇ ਦੂਜਾ ਟੰਗੇ ਹੈ ਕਿ ਜੇ ਨਾ ਪਤਾ ਹੋਵੇ ਕਿ ਲੇਖਕ ਕੀ ਹੋ ਜਾ ਤਾਂ ਜ਼ਰਾ ਇhtiyat ਨਾਲ ਪੜਦਾ ਦਿਲਚਸਕ ਕਿੰਤੂ ਰੱਖ ਕੇ ਪੜਦਾ ਜਿੱਥੇ ਪੁੱਠੀ ਪੌਣੀ ਫਿਰਦੀ ਦਿਸੇ ਉੱਥੋਂ ਪੜਨਾ ਛੱਡ ਦੇਣਾ ਹਾਂ ਆਰਿਆ ਸਕੂਲ ਨੂਰਮਲ ਵਿੱਚ ਭਾਵੇਂ ਮੈਂ ਕੁਝ ਮਹੀਨੇ ਹੀ ਪੜਿਆ ਪਰ ਇਹਨੂੰ ਮੈਂ ਆਪਣਾ ਸਕੂਲ ਮੰਨਦਾ ਹਾਂ ਮਾਸਟਰ ਇੱਥੇ ਵੀ ਮਿਹਨਤੀ ਸਨ ਸਿਚਨ ਕੋਈ ਜਾਣਦਾ ਨਹੀਂ ਸੀ ਜਸ ਸਮਝੋ ਹਾਲਾਂ ਹੀ ਬਿਮਾਰੀ ਵਿਦਿਅਕ ਢਾਂਚੇ ਨੂੰ ਲੱਗੇ ਨਹੀਂ ਸੀ ਕਿਸੇ ਮਾਸਟਰ ਪਾਸ ਜਦ ਮਰਜ਼ੀ ਜਿੱਥੇ ਮਰਜ਼ੀ ਚਲੇ ਜਾਈਏ ਉਹ ਸਮੱਸਿਆ ਸੁਣਦੇ ਤੇ ਉਹਦਾ ਹੱਲ ਕਰਦੇ ਸਨ ਇਮਤਿਹਾਨ ਨੇੜੇ ਹੋਣ ਕਰਕੇ ਕਲਾਸਾਂ ਵੀ ਵਾਧੂ ਲੱਗਦੀਆਂ ਸਨ ਕੋਈ ਮਾਸਟਰ ਘਰ ਨੂੰ ਦੌੜਨ ਦੀ ਕੋਸ਼ਿਸ਼ ਨਹੀਂ ਸੀ ਕਰਦਾ ਮੈਨੂੰ ਆਪਣੇ ਹੈਡਮਾਸਟਰ ਜੀ ਦੀ ਕਈ ਗੱਲ ਬੜੀ ਯਾਦ ਆਉਂਦੀ ਹੈ ਨਤੀਜੇ ਵਾਸਤੇ ਇੱਕ ਨੰਬਰ ਵੀ ਬਹੁਤ ਮਾਇਨੇ ਰੱਖਦਾ ਇਸਦੀ ਮਹੱਤਤਾ ਮੈਨੂੰ ਉਸ ਵੇਲੇ ਯਾਦ ਆਈ ਜਦ ਮੈਂ ਐਮਐਸਸੀ ਐਗਰੀਕਲਚਰ ਵਿੱਚ ਸਿਰਫ ਦੋ ਨੰਬਰਾਂ ਤੋਂ ਆਪਣੀ ਫਰਸਟ ਕਲਾਸ Goa ਵਿੱਚ ਆ ਸਾਡੇ ਹਿਸਾਬ ਦੇ ਮਾਸਟਰ ਜੀ ਮੁੰਡਿਆਂ ਨੂੰ ਇਮਤਿਹਾਨ ਤੋਂ ਕੁਝ ਦਿਨ ਪਹਿਲਾਂ ਚਿੰਤਿਤ ਹੋਇਆ ਵੇਖ ਕੇ ਕਹਿਣ ਲੱਗੇ ਚਿੰਤਾ ਕਾਦੀ ਹੈ ਆਫਤੌਨ ਵਿੱਚ ਤਾਂ ਇੱਕ ਘੰਟਾ ਵੀ ਬਾਕੀ ਹੋਵੇ ਤਾਂ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਕੋਈ ਨਾ ਕੋਈ ਬੰਦੋਸਤ ਹੋ ਜਾਂਦਾ ਇਹ ਕਹਿ ਕੇ ਉਹਨਾਂ ਚਾਰ ਪੰਜ ਦਿਨ ਖੂਬ ਪੜਾਇਆ ਤੇ ਸਮਝਾਇਆ ਅੱਜ ਦੇ ਬਹੁਤੇ ਅਧਿਆਪਕ ਤਾਂ ਕਈ ਮਹੀਨੇ ਪਹਿਲਾਂ ਹੀ ਇਹ ਘਬਰਾਹਟ ਤੇ ਚਿੰਤਾ ਬੱਚਿਆਂ ਦੇ ਦਿਮਾਗ 'ਚ ਪਾ ਦਿੰਦੇ ਹਨ ਤਾਂ ਜੋ ਟਿਊਸ਼ਨ ਰੱਖਣ ਸਕੂਲਾਂ ਵਿੱਚ ਪੜ੍ਹਾਈ ਘੱਟ ਕਰਾਉਂਦੇ ਹੁੰਦੇ ਹਨ ਤੇ ਟਿਊਸ਼ਨਾਂ ਦੇ ਗਰੁੱਪਾਂ ਦੀ ਗਰੁੱਪ ਪੜਾਉਂਦੇ ਹਨ ਟਿਊਸ਼ਨਾਂ ਨਾ ਰੱਖਣ ਵਾਲਿਆਂ ਦੇ ਮਿਲ ਮਿਲਾ ਕੇ ਨੰਬਰ ਘੱਟ ਲਗਵਾ ਦਿੰਦੇ ਹਨ ਤੇ ਟਿਊਸ਼ਨਾਂ ਵਾਲਿਆਂ ਦੇ ਵੱਧ ਇਹ ਨਸੂਰ ਅੱਜ ਦੇ ਸਮਾਜ ਵਿੱਚ ਜ਼ਹਿਰ ਘੋਲੀ ਜਾਂਦਾ ਹੈ ਦੋ ਤਰ੍ਹਾਂ ਦੇ ਬੱਚੇ ਜਾਂ ਨੌਜਵਾਨ ਇਹ ਮਾਸਟਰ ਸਕੂਲਾਂ ਕਾਲਜਾਂ ਵਿੱਚੋਂ ਪੜ੍ਹ ਕੇ ਕੱਢਦੇ ਨੇ ਇੱਕੋ ਜਿਨ੍ਹਾਂ ਦੀਆਂ ਟਿਊਸ਼ਨਾਂ ਇਹ ਮਾਸਟਰ ਜਾਂ ਪ੍ਰੋਫੈਸਰ ਪੜਾਉਂਦੇ ਨੇ ਇਹਨਾਂ ਬੱਚਿਆਂ ਨੂੰ ਦੂਜਿਆਂ ਨਾਲੋਂ ਵੱਧ ਤਰਜੀਹ ਦੇ ਕੇ ਅਤੇ ਇਮਤਿਹਾਨ ਲੈਣ ਵਾਲਿਆਂ ਨਾਲ ਮਿਲ ਮਿਲਾ ਕੇ ਇਹਨਾਂ ਨੂੰ ਵੱਧ ਨੰਬਰ ਦਵਾ ਕੇ ਜਾਂ ਨਾਜਾਇਜ਼ੀ ਪਾਸ ਕਰਾ ਕੇ ਕਲੋਂ ਤਾਂ ਉਸਤਾਦ ਆਪਣੀ ਇੱਜ਼ਤ ਘਟੇ ਚ ਮਲਾਉਂਦੇ ਨੇ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਕੀ ਇਹ ਮਾਸਟਰ ਜਾਂ ਪ੍ਰੋਫੈਸਰ ਆਪਣੀਆਂ ਨਜ਼ਰਾਂ 'ਚ ਵੀ ਗire ਹੋਏ ਹੁੰਦੇ ਨੇ ਤੇ ਇਹਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਸ਼ਖਸੀਅਤ ਤੇ ਪੈਂਦਾ ਹੈ ਇਹ ਬੱਚੇ ਜਾਂ ਨੌਜਵਾਨ ਜਦ ਸਕੂਲ ਜਾਂ ਕਾਲਜ ਤੋਂ ਨਿਕਲਦੇ ਹਨ ਦੈਨ ਉਹ ਦੇ ਮਨ ਚ ਪੱਕੀ ਤਰ੍ਹਾਂ ਹੀ ਘਰ ਕਰ ਗਿਆ ਘਰ ਕਰ ਜਾਂਦਾ ਹੈ ਯਾ ਬੇਈਮਾਨੀ ਤੇਰਾ ਹੀ ਆਸਰਾ ਇਹ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਬੇਈਮਾਨੀ ਤੇ ਭ੍ਰਿਸ਼ਟਾਚਾਰ ਤੋਂ ਨਹੀਂ ਕਤਰਾਂਦੇ ਸਗੋਂ ਬਹੁਤ ਸਾਰਿਆਂ ਨੂੰ ਤਾਂ ਭ੍ਰਿਸ਼ਟਾਚਾਰ ਦਾ ਜਾਗ ਇਹਨਾਂ ਟਿਊਸ਼ਨਾਂ ਤੋਂ ਹੀ ਲੱਗਦਾ ਦੂਜੀ ਕਿਸਮ ਦੇ ਵਿਦਿਆਰਥੀ ਉਹ ਹਨ ਜੋ ਜਾਂ ਤਾਂ ਜ਼ਹੀਨ ਹਨ ਜਾਂ ਗਰੀਬ ਕਰਾਂਦੇ ਹਨ ਟਿਊਸ਼ਨਾਂ ਨਾ ਰੱਖਣ ਤੇ ਜੋ ਮਾਸਟਰ ਤੇ ਪ੍ਰੋਫੈਸਰ ਇਹਨਾਂ ਨਾਲ ਵਰਤਾਰਾ ਕਰਦੇ ਨੇ ਉਹੀ ਕ락 ਤੋਂ ਗਿਰਿਆ ਹੋਇਆ ਹੁੰਦਾ ਤੇ ਕਿਸੇ ਉਸਤਾਦ ਨੂੰ ਸੋਭਾ ਨਹੀਂ ਦਿੰਦਾ ਇਹਨਾਂ ਵਿਦਿਆਰਥੀਆਂ ਦੇ ਮਨ ਚ ਪੂਰੀ ਤਰ੍ਹਾਂ ਵਸ ਜਾਂਦਾ ਹੈ ਕਿ ਪੈਸਾ ਤੇ ਬੇਈਮਾਨੀ ਹੀ ਪ੍ਰਧਾਨ ਹੈ ਇਮਾਨਦਾਰ ਤੇ ਗਰੀਬ ਨੂੰ ਕੋਈ ਨਹੀਂ ਪੁੱਛਦਾ ਇਹ ਅਹਿਸਾਸ ਇਹਨਾਂ ਦੇ ਦਿਲਾਂ ਵਿੱਚੋਂ ਬੜੀ ਮੁਸ਼ਕਿਲ ਨਾਲ ਨਿਕਲਦਾ ਹੈ ਜਾਂ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਮੈਨੂੰ ਡਰਾਮੇ ਚ ਭਾਗ ਲੈਣ ਦਾ ਕਾਫੀ ਸ਼ੌਕ ਹੁੰਦਾ ਸੀ ਸਾਡੇ ਸਾਇੰਸ ਮਾਸਟਰ ਜੋ ਡਰਾਮੇ ਦੇ ਇਨਚਾਰਜ ਹੁੰਦੇ ਸਨ ਨੇ ਸਲਾਹ ਦਿੱਤੀ ਕਿ 10ਵੀਂ ਪਾਸ ਕਰਕੇ ਡਰਾਮੇ ਦਾ ਕੋਈ ਡਿਪਲੋਮਾ ਕਰ ਲਵਾਂ ਤਾਂ ਫਿਲਮਾਂ 'ਚ ਜਾ ਸਕਦਾ ਸੀ ਮੈਂ ਤਿਆਰ ਹੋ ਗਿਆ ਪਰ ਹੈਡਮਾਸਟਰ ਨੇ ਝਿੜਕ ਦਿੱਤਾ ਤੇ ਮੈਨੂੰ ਅੱਗੋਂ ਪੜਨ ਲਈ ਜ਼ੋਰਦਾਰ ਸਲਾਹ ਦਿੱਤੀ ਡਰਾਮੇ ਵਿੱਚ ਭਾਗ ਲੈਣ ਦਾ ਫਾਇਦਾ ਮੈਂ ਸਮਝਦਾ ਹੀ ਹੋਇਆ ਕਿ ਜ਼ਿੰਦਗੀ ਵਿੱਚ ਬੋਲਣ ਜਾਂ ਕਿਸੇ ਮੁੱਦੇ ਨੂੰ ਪੇਸ਼ ਕਰਨ ਵਿੱਚ ਚਾਹੇ ਉਹ ਕਿਸੇ ਅਫਸਰ ਅੱਗੇ ਹੋਵੇ ਕਾਨਫਰੰਸ ਸੈਮੀਨਾਰ ਹੋਵੇ ਕਲਾਸ ਵਿੱਚ ਹੋਵੇ ਜਾਂ ਪਬਲਿਕ 'ਚ ਹੋਵੇ ਝਿਜਕ ਖਤਮ ਹੋ ਗਈ ਇੱਕ ਕਿਸਮ ਦਾ ਸਮੂਹਾ ਇਕੱਠਾਂ ਵਿੱਚ ਵਿਚਰਨ ਤੇ ਬੋਲਣ ਦਾ ਸਵੈ ਵਿਸ਼ਵਾਸ ਪੈਦਾ ਹੋ ਗਿਆ ਇਹ ਮੇਰੇ ਕਾਲਜ ਤੇ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਕੰਮ 'ਚ ਬਹੁਤ کارਗਰ ਸਾਬਤ ਹੋਇਆ ਮੈਨੂੰ ਸਿਰਫ ਬੋਲਣ ਤੇ ਕਿਸੇ ਵਿਸ਼ੇ ਨੂੰ ਠੋਕਵੇਂ ਤੌਰ ਤੇ ਪੇਸ਼ ਕਰਨ ਵਿੱਚ ਫਰਕ ਦੀ ਸਮਝ ਲੱਗ ਗਈ ਮੇਰੇ ਅੱਗੇ ਇੱਕ ਮਿਸਾਲ ਹੈ ਕਾਲਜ ਦੇ ਦਿਨਾਂ 'ਚ ਬਹੁਤ ਹੀ ਖੁਸ਼ਕ ਜਿਹਾ ਅਧਿਆਪਕ ਜਿਨੇ ਮੈਨੂੰ ਇੱਕ ਸਾਲ ਪੜਾਇਆ ਵੀ ਤੇ ਪਿੱਛੋਂ ਮੇਰਾ ਸਾਥੀ ਅਧਿਆਪਕ ਵੀ ਰਿਹਾ ਬੁਰੀ ਤਰ੍ਹਾਂ ਨਾਕਾਮ ਨਾਕਾਮਯਾਬ ਸਾਬਤ ਹੋਇਆ ਉਹ ਲਿਖੇ ਹੋਏ ਲੈਕਚਰ ਹੀ ਬੋਲ ਕੇ ਲਿਖਾ ਸਕਦਾ ਸੀ ਕਲਾਸ 'ਚ ਸਿੱਖਦਣ ਕਿ ਆਖੀ ਅਸੀਂ ਲੈਕਚਰ ਨਹੀਂ ਲਿਖਣੇ ਤੁਸੀਂ ਸਾਨੂੰ ਲੈਕਚਰ ਦਿਓ ਜਦ ਅਸੀਂ ਉਹਦੇ ਬਾਰ-ਬਾਰ ਕਹਿਣ ਤੇ ਵੀ ਨਾ ਮੰਨੇ ਤਾਂ ਆਖਰ ਉਹ ਬੋਲਣ ਲੱਗਾ ਛੱਤ ਵੱਲ ਮੂੰਹ ਕਰਕੇ ਤਿੰਨ-ਚਾਰ ਫਿਕਰੇ ਅੰਗਰੇਜ਼ੀ ਦੇ ਬੋਲੇ ਤਾਂ ਅੱਖਾਂ 'ਚੋਂ ਹੰਝੂ ਗਰਨ ਲੱਗ ਪਏ ਅਸੀਂ ਆਖਰ ਕਿ ਆਛਾ ਪ੍ਰੋਫੈਸਰ ਸਾਹਿਬ ਲਿਖਾਈ ਦਿਓ ਫਿਰ ਅਸੀਂ ਕਦੀ ਵੀ ਉਹਨੂੰ ਲੈਕਚਰ ਕਰਨ ਨੂੰ ਨਹੀਂ ਸੀ ਗਿਆ ਇਕਵਰੁਨੀ ਕਾਲਜ ਦੇ ਸਾਰੇ ਡਿਪਾਰਟਮੈਂਟ ਵਿੱਚ ਹੀ ਮਜਬੂਰਨ ਕਲਾਸ ਤੇ ਅਧਿਆਪਕਾਂ ਦੇ ਇਕੱਠ ਵਿੱਚ ਸੈਮੀਨਾਰ ਦਿੱਤਾ। ਉਦੋਂ ਮੈਂ ਖੁਦ ਅਧਿਆਪਕ ਸੀ। ਮੈਂ ਹੈਰਾਨ ਹੋ ਗਿਆ ਕਿ ਉਦੋਂ ਵੀ 20 ਕੁ ਮਿੰਟ ਜੋ ਵੀ ਬੋਲਿਆ ਸੋ ਬੋਲਿਆ ਪਰ ਜਿੱਥੇ ਸ਼ੁਰੂ ਵਿੱਚ ਤਕਰੀਬਨ 45 ਡਿਗਰੀ ਤੇ ਨਿਗਾਹ ਟਿਕਾ ਲੇ ਉੱਥੋਂ ਨਹੀਂ ਹਟਾਈ ਤੇ ਕਿਸੇ ਸਵਾਲ ਦਾ ਬਾਅਦ ਵਿੱਚ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਸਾਫ਼ ਸੀ ਕਿ ਅਧਿਆਪਕ ਸਿਰਫ ਬੋਲਦਾ ਸੀ। ਪੇਸ਼ਕਾਰੀ ਬਿਲਕੁਲ ਨਹੀਂ ਸੀ ਸੰਬੋਧਨ ਨਹੀਂ ਸੀ ਕਰਦਾ ਕਿਸੇ ਨੂੰ ਧਿਆਨਕਰਸ਼ਿਤ ਨਹੀਂ ਸੀ ਕਰ ਸਕਦਾ ਬੋਲਦਾ ਸੀ ਤੇ ਸਿਰਫ ਬੋਲਦਾ ਸੀ ਇਸ ਕਰਕੇ ਕਲਾਸ ਨੂੰ ਕੰਟਰੋਲ ਨਹੀਂ ਸੀ ਕਰ ਸਕਦਾ ਡਰਾਮਾ ਕਿਸੇ ਮੁੱਦੇ ਵਿਸ਼ੇ ਤੇ ਇੱਕ ਨੁਕਤਾ ਨਿਗਾਦੀ ਪੇਸ਼ਕਾਰੀ ਹੈ ਸੁਣਨ ਵੇਖਣ ਵਾਲੇ ਨੂੰ ਸੰਬੋਧਨ ਕਰਨਾ ਹੈ ਧਿਆਨ ਆਕਰਸ਼ਿਤ ਕਰਨਾ ਹੈ ਇਹ ਡਰਾਮੇ ਵਿੱਚ ਭਾਗ ਲੈ ਕੇ ਸਿੱਖਿਆ ਜਾ ਸਕਦਾ ਹੈ ਵੱਡੇ-ਵੱਡੇ ਖੋਜਕਾਰ ਪ੍ਰੋਫੈਸਰ ਅਧਿਆਪਕ ਜੋ ਮੰਨੇ ਪਰਮੰਨੇ ਵਿਅਕਤੀ ਸਨ ਵਿਦਿਆਰਥੀਆਂ ਨੂੰ ਪੜਾਉਣ ਵਿੱਚ ਨਾਕਾਮਯਾਬ ਸਾਬਤ ਹੋਏ ਹਨ ਇਸੇ ਕਰਕੇ ਉਹਨਾਂ ਕਦੀ ਬੋਲਣ ਤੇ ਪੇਸ਼ਕਾਰੀ ਵਿੱਚ ਫਰਕ ਨੂੰ ਨਹੀਂ ਸਮਝਿਆ ਕਈਆਂ ਨੇ ਤਾਂ ਡਰਾਮੇ ਵਿੱਚ ਭਾਗ ਲੈਣਾ ਤਾਂ ਇੱਕ ਪਾਸੇ ਇਹਨੂੰ ਫਜ਼ੂਲ ਵਕਤ ਜ਼ਾਇਆ ਕਰਨਾ ਵੀ ਸਮਝਿਆ ਪਰ ਯਕੀਨ ਹੈ ਕਿ ਇੱਕ अच्छे ਅਧਿਆਪਕ ਜਾਂ ਬੁਲਾਰੇ ਲਈ ਡਰਾਮੇ ਵਾਲੀ ਪੇਸ਼ਕਾਰੀ ਨੂੰ ਸਮਝਣਾ ਤੇ ਅਪਣਾਉਣਾ ਬਹੁਤ ਜ਼ਰੂਰੀ ਹੈ ਨਹੀਂ 10ਵੀਂ ਜਮਾਤ ਵਿੱਚ ਬੰਦਾ ਜਵਾਨ ਹੁੰਦਾ ਸਕੂਲ ਦੀ ਜ਼ਿੰਦਗੀ ਉਸ ਵਕਤ ਵੀ ਕਿੰਨੀ ਸਾਦੀ ਤੇ ਅਨਪੋਲ ਸੀ ਕਿ ਮੇਰੀ 10ਵੀਂ ਕਲਾਸ ਦੀ ਫੋਟੋ ਜੋ 9ਵੀਂ ਜਮਾਤ ਦੀ 10ਵੀਂ ਨੂੰ ਵਿਦਾਇਗੀ ਦੇਣ ਵਾਲੇ ਖਿੱਚੀ ਸੀ ਕੁਰਤੇ ਚਾਦਰੇ ਤੇ ਲੜ ਛੱਡ ਕੇ ਬੰਨੀ ਹੋਈ ਪੱਗ ਨਾਲ ਐ ਉਦੋਂ ਸਕੂਲ ਵਿੱਚ ਜੋ ਕੱਪੜਾ ਕਿਸੇ ਦਾ ਜੀ ਕਰੇ ਪਾ ਲੈਂਦਾ ਸੀ ਆਮ ਤੌਰ ਤੇ ਨਿਕਰਾਂ ਤੇ ਪਜਾਮੀਆਂ ਨਾਲ ਸਕੂਲ ਜਾਈਦਾ ਸੀ ਜੇ ਕਿਤੇ ਕੋਈ ਤੰਬਾ ਲਗਾ ਕੇ ਆਜਾਇ ਤਾਂ ਮਾਸਟਰ ਕੋਲ ਖਾਸ ਨਹੀਂ ਸੀ ਕਹਿੰਦੇ ਪੈਂਟ ਤਾਂ ਸਾਰੇ ਸਕੂਲ 'ਚ ਇੱਕ ਦੋ ਮੁੰਡਿਆਂ ਦੇ ਹੀ ਪਾਈ ਹੁੰਦੀ ਸੀ ਮੈਂ ਅੱਜ ਦੀਆਂ ਪਹਿਲੀ ਜਮਾਤ ਤੋਂ ਹੀ ਵਰਦੀਆਂ ਦੇ ਖਿਲਾਫ ਤਾਂ ਨਹੀਂ ਇਹਨਾਂ ਵਰਦੀਆਂ ਦਾ ਫਾਇਦਾ ਇਹ ਹੈ ਕਿ ਅਮੀਰ ਗਰੀਬ ਦੇ ਬੱਚੇ ਇੱਕੋ ਜਿਹੇ ਕੱਪੜਾ ਪਹੁੰਦੇ ਹਨ ਤੇ ਸਕੂਲ ਵਿੱਚ ਮਾਪਿਆਂ ਦੇ ਪੈਸੇ ਵਾਲੇ ਹੋਣ ਜਾਂ ਨਾ ਹੋਣ ਦਾ ਮੈਂ ਫਰਕ ਮਿਟ ਜਾਂਦਾ ਹੈ ਅਤੇ ਕਿਸੇ ਬੱਚੇ ਨੂੰ ਕਿਸੇ ਕਿਸਮ ਦਾ ਕੋਈ ਮਾਨਸਿਕ ਘਟਿਆਕਨ ਮਹਿਸੂਸ ਨਹੀਂ ਹੁੰਦਾ ਪਰ ਕਿ ਇਹ ਜ਼ਰੂਰੀ ਹੈ ਕਿ April May ਦੀ ਤਪਦੀ ਧੁੱਪ ਤੇ July August ਦੇ ਹੁੱਸੜ ਵਿੱਚ ਵੀ ਨਿੱਕੇ ਨਿੱਕੇ ਬੱਚਿਆਂ ਦਾ ਗਲਾ ਟਾਈਆਂ ਲਾ ਕੇ ਘਟਿਆ ਜਾਏ। ਕਿਹੜੇ ਸਕੂਲ ਵਿੱਚ 에어 ਕੰਡੀਸ਼ਨਰ ਲੱਗੇ ਹੋਏ ਨਹੀਂ ਤਾਂ ਜੋ ਬੱਚੇ ਵਰਦੀਆਂ ਪਾ ਕੇ ਤੰਗੀ ਮਹਿਸੂਸ ਨਾ ਕਰੇ। ਮਾਸਟਰ ਆਪ ਤਾਂ ਇਹੋ ਜਿਹੀਆਂ ਵਰਦੀਆਂ ਪਾਉਂਦੇ ਨਹੀਂ। ਇਹ ਤਸੀਹੇ ਬੱਚਿਆਂ ਨੂੰ ਹੀ ਕਿਉਂ ਦਿੱਤਾ ਜਾਂਦਾ? ਜੇ ਵਰਦੀ ਪਾਉਣੀ ਹੈ ਜੋ ਕਿ ਅੱਛੀ ਗੱਲ ਹੈ ਤਾਂ ਖੁੱਲੇ ਗਲੇ ਦੀ ਕਮੀਜ਼ ਨਾਲ ਤੇ ਪਜਾਮੇ ਨਾਲ ਕੀ ਵਰਦੀ ਨਹੀਂ ਬਣਦੀ? ਜੇ ਗਰਮੀਆਂ ਨੂੰ ਬੱਚਿਆਂ ਦੇ ਇੱਕੋ ਜਿਹੇ ਕੁਰਤੇ ਪਜਾਮੇ ਵੀ ਪਵਾ ਦਿੱਤੇ ਜਾਂ ਤਾਂ ਕਿ ਘੱਟ ਸੋਹਣੇ ਲੱਗਣਗੇ ਇਸ ਨਾਲ ਵਰਦੀ ਵੀ ਬਣ ਜਾਏਗੀ ਤੇ ਬੱਚੇ ਸੌਖੇ ਵੀ ਹੀ ਰਹਿਣਗੇ ਮੈਨੂੰ ਇਸ ਸੰਬੰਧ ਵਿੱਚ ਇੱਕ ਕਹਾਣੀ ਯਾਦ ਆ ਗਈ ਇਹ ਦਿੱਲੀ ਚ ਕਨਾਟ ਪੈਲੇਸ ਤੇ ਇੱਕ ਕਨਾਟ ਪਲੇਸ ਤੇ ਇੱਕ ਬੈਂਕ ਚ ਵਾਪਰੇ ਦੋ ਸ਼ਕੀਨ ਬਾਬੂ ਅਪ੍ਰੈਲ ਦੇ ਆਖਰ ਵਿੱਚ ਵੀ ਟਾਈਆਂ ਲਾਈ ਕਾਊਂਟਰ ਤੇ ਖੜੇ ਸਨ ਇੱਕ ਗੋਰਾ हिप्पी ਆ ਗਿਆ ਜਿਹਨੂੰ ਖੁੱਲਾ ਜਿਹਾ ਬੇਸੁਰਾ ਜਿਹਾ ਪਜਾਮਾ ਤੇ ਢਿੱਲਾ ਜਿਹਾ ਕੁਰਤਾ ਪਾਇਆ ਸੀ ਉਸ ਹੀਪੀ ਨੂੰ ਵੇਖ ਕੇ ਆਪੋ ਵਿੱਚ ਬਾਬੂ ਮੁਸਕੜੀਆਂ ਹੱਸਣ ਲੱਗੇ ਕਿ ਇਹ ਕਾਰਟੂਨ ਜੇ ਬਣਿਆ ਹੋਇਆ ਹੈ। ਇਹ ਹੀਪੀ ਮਾੜੀ-ਮੋਟੀ ਹਿੰਦੀ ਜਿ ਸਮਝਦਾ ਸੀ ਉਸ ਮੋੜ ਕੇ ਜਵਾਬ ਦਿੱਤਾ ਕਾਰਟੂਨ ਆਪੋ じゃ ਮੈਂ। ਹਿੰਦੁਸਤਾਨ ਦੀ ਆਪੋ ਹਵਾ ਹੀ ਐਸੀ ਨਹੀਂ ਜੋ ਗਰਮੀਆਂ ਚ ਟਾਈ ਪੈਂਟ ਪਾਈ ਜਾਵੇ। ਪਜਾਮਾ ਕੁੜਤਾ ਹੀ ਸਾਬੂ ਹਵਾ ਦਾ ਦੀ ਸਹੀ ਪਛਾਣ ਹੈ। ਬਾਬੂਆਂ ਕੋਲ ਕੋਈ ਜਵਾਬ ਨਹੀਂ ਸੀ ਉਹ ਛਿੱਥੇ ਪੈ ਗਏ। ਮੇਰਾ ਮਤਲਬ ਹੈ ਕਿ ਆਪਣੇ ਬੱਚਿਆਂ ਨੂੰ ਕਿਉਂ ਗਰਮੀਆਂ ਵਿੱਚ ਕਾਰਟੂਨ ਬੜਾਈ ਫਿਰਦੇ ਆ। ਉਵੀ奥ਖੇ ਤੇ ਮਾਂ ਵੀ ਮਾਪੇ ਵੀ ਆਖੇ 10ਵੀਂ ਜਮਾਤ ਵਿੱਚ ਵੀ ਘਰ ਦਾ ਖੇਤੀ ਦਾ ਪੂਰਾ ਕੰਮ ਮੈਥੋਂ ਕਰਵਾਇਆ ਜਾਂਦਾ ਸੀ ਮੇਰਾ ਯਕੀਨ ਹੈ ਕਿ ਕੰਮ ਕਰਦਾ ਬੰਦਾ ਕਦੀ ਨਹੀਂ ਮਰਦਾ ਵਿਲੜ ਜੋ ਆਪਣੇ ਹੱਥ ਗੰਦੇ ਨਹੀਂ ਕਰਦਾ ਛੇਤੀ ਹੌਸਲਾ ਛੱਡ ਜਾਂਦਾ ਹੈ ਅਤੇ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਹੌਸਲੇ ਨਾਲ ਨਹੀਂ ਕਰ ਸਕਦਾ ਜਦ ਮੈਂ ਅਕਤੂਬਰ 1948 ਵਿੱਚ ਅੰਮ੍ਰਿਤਸਰ ਗਵਰਨਮੈਂਟ ਐਗਰੀਕਲਚਰਲ ਕਾਲਜ ਵਿੱਚ ਦਾਖਲ ਹੋ ਗਿਆ ਉਦੋਂ ਇਹ ਕਾਲਜ ਬਟਵਾਰੇ ਪਿੱਛੋਂ ਖਾਲਸਾ ਕਾਲਜ ਵਿੱਚ ਕਿਰਾਏ ਦੀ ਬਿਲਡਿੰਗ ਤੇ ਉਹਨਾਂ ਦੇ ਫਾਰਮ ਤੇ ਆਪਣਾ ਕੰਮ ਚਲਾਉਂਦਾ ਸੀ ਤਾਂ ਸワイ ਇੱਕ ਦੋ ਵਰ੍ਹੇ ਛੁੱਟੀਆਂ 'ਚ ਘਰ ਆਉਣ ਵੇਲੇ ਖੇਤੀ ਦਾ ਕੰਮ ਇੱਕ ਸਾਲ ਲਈ ਮੈਂ ਨਹੀਂ ਕੀਤਾ ਪਰ ਇਹ ਘਾਟਾ ਕਾਲਜ ਦੇ ਪ੍ਰੈਕਟੀਕਲਸ ਵਿੱਚ ਪੂਰਾ ਹੋ ਜਾਂਦਾ ਸੀ ਅਗਲੇ ਸਾਲ 1949 ਵਿੱਚ ਇਹ ਕਾਲਜ ਕਿਰਾਏ ਦੀ ਬਿਲਡਿੰਗ ਵਿੱਚ ਲੁਧਿਆਣੇ ਆ ਗਿਆ ਤੇ ਮੈਂ ਹਰ ਸ਼ਨੀਵਾਰ ਨੂੰ ਛੁੱਟੀ ਤੋਂ ਬਾਅਦ ਘਰ ਚਲਾ ਜਾਂਦਾ ਸੀ ਤੇ ਤੀਜੇ ਦਿਨ ਸਵੇਰੇ ਕਾਲਜ ਆ ਜਾਂਦਾ ਸੀ ਹਰ ਛੁੱਟੀ ਨੂੰ ਇਹ ਸਿਲਸਿਲਾ ਜਾਰੀ ਰਹਿੰਦਾ ਸੀ ਨਤੀਜੇ ਵਜੋਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਤੱਕ ਖੇਤੀ ਦਾ ਕੰਮ ਕਰਨ ਦੀ ਆਦਤ ਜੀ ਬਣ ਗਈ ਸੀ ਤੇ ਸ਼ੌਕ ਪੈਦਾ ਹੋ ਗਿਆ ਸੀ ਜਦ ਬਜ਼ੁਰਗਾਂ ਦੇ ਖੱਦਰ ਦੇ ਕੱਪੜੇ ਧੋ ਕੇ ਚਿੱਟੇ ਨਖਾਰ ਦਿੰਦਾ ਸੀ ਤਾਂ ਮੇਰਾ ਮਨ ਵਿਖੜ ਜਾਂਦਾ ਸੀ ਮੈਂ ਸਮਝਦਾ ਇਸ ਨਾਲ ਬਜ਼ੁਰਗਾਂ ਦੀ ਖੁਸ਼ੀ ਤੇ ਅਸੀਸ ਵੀ ਮੇਰੇ ਨਾਲ ਹੁੰਦੀ ਸੀ ਇੱਕ ਕੰਮ ਦੀ ਆਦਤ ਐਸੀ ਬਣੀ ਕਿ ਮੈਂ ਕਿਸੇ ਵੀ ਕੰਮ ਨੂੰ ਹੱਥ ਪਾਉਣੋਂ ਨਹੀਂ ਝਿਜਕਦਾ ਤੇ ਕੋਈ ਵੀ ਕੰਮ ਸਫਾਈ ਨਾਲ ਨਾ ਕੀਤਾ ਹੋਵੇ ਤਾਂ ਮੇਰੇ ਪਸੰਦ ਨਹੀਂ ਆਉਂਦਾ ਮੈਂ ਸ਼ੁਰੂ ਤੋਂ ਹੀ ਆਪਣੇ ਕੱਪੜੇ ਆਪ ਧੋਣ ਦੀ ਆਦਤ ਪਾ ਲਈ ਸੀ ਜੋ ਅੱਜ ਤੱਕ ਕਾਇਮ ਹੈ ਪ੍ਰੈਸ ਕਿਸੇ ਨੇ ਕਰ ਦਿੱਤੇ ਤਾਂ ਠੀਕ ਹੈ ਨਹੀਂ ਤਾਂ ਉਹ ਵੀ ਮੈਂ ਆਪ ਹੀ ਕਰ ਲੈਂਦਾ ਇਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮੈਂ ਹਲਕਾ ਜਿਹਾ ਹੈਂਡ ਬੈਗ ਲੈ ਕੇ ਲੰਬੇ ਅਰਸੇ ਲਈ ਵੀ ਸਫ਼ਰ ਕਰ ਲੈਂਦਾ ਇਸ ਛੋਟੇ ਬਕਸੇ ਵਿੱਚ ਛੋਟੀ ਜੀ ਤੈਅ ਹੋ ਜਾਣ ਵਾਲਾ ਇੱਕ ਪ੍ਰੈਸ ਤੇ ਸਾਬਣ ਹਮੇਸ਼ਾ ਮੇਰੇ ਪਾਸ ਹੁੰਦਾ ਹੈ। ਸ਼ਾਮ ਨੂੰ ਸੌਣ ਲੱਗਾ ਮੈਂ ਸਾਰੇ ਧੋਣ ਵਾਲੇ ਕੱਪੜੇ ਧੋ ਦਿੰਦਾ ਤੇ ਸਵੇਰੇ ਪ੍ਰੈਸ ਕਰ ਲੈਂਦਾ। ਭਾਵੇਂ ਕੋਈ ਵੀ ਹੋਰ ਕਪੜਾ ਨਾ ਹੋਵੇ ਮੈਂ ਰੋਜ਼ ਤਾਜ਼ਾ ਪ੍ਰੈਸ ਕੀਤੇ ਕੱਪੜੇ ਪਾਉਂਦਾ ਹਾਂ। ਵੱਡੀਆਂ-ਵੱਡੀਆਂ ਰਸਮੀ ਮੀਟਿੰਗਾਂ ਤੇ ਸੈਮੀਨਾਰਾਂ ਕਾਨਫਰੰਸਾਂ ਤੇ ਵੀ ਤਾਜ਼ੇ, ਸਾਫ਼, ਪ੍ਰੈਸ ਕੀਤੇ ਕੱਪੜੇ ਪਾਉਣ ਚ ਕੋਈ ਦਿੱਕਤ ਨਹੀਂ ਹੁੰਦੀ। ਭਾਵੇਂ ਕਿੰਨੇ ਦਿਨ ਘਰੋਂ ਬਾਹਰ ਰਹਾ। ਇੱਕ ਛੋਟੇ ਹੈਂਡਬੈਗ ਨਾਲ ਭਾਵੇਂ ਮੈਂ ਸਾਲ ਭਰ ਵੀ ਘਰੋਂ ਬਾਹਰ ਰਹਾ। ਕੋਈ ਮੁਸ਼ਕਿਲ ਨਹੀਂ ਦੂਸਰਾ ਫਾਇਦਾ ਇਹ ਹੈ ਕਿ ਕਿਸੇ ਹੋਰ ਨਾਲ ਮਗਜ਼ ਘਪਾਈ ਨਹੀਂ ਕਰਨੀ ਪੈਂਦੀ ਕਿ ਕਪੜਾ ਸਾਫ ਨਹੀਂ ਧੋਇਆ ਜਾਂ ਪ੍ਰੈਸ ਠੀਕ ਨਹੀਂ ਕੀਤਾ ਕਿਸੇ ਦਾ ਤੋਤਾ ਤੇ ਪ੍ਰੈਸ ਕੀਤਾ ਕਪੜਾ ਮੇਰੇ ਘਟ ਹੀ ਪਸੰਦ ਆਉਂਦਾ ਹੈ ਹਰ ਵਕਤ ਹਰ ਕਪੜਾ ਤੋਤਾ ਹੋਇਆ ਤਿਆਰ ਬਰ ਤਿਆਰ ਵੇਖ ਕੇ ਆਦਮੀ ਨੂੰ ਇੱਕ ਖਾਸ ਕਿਸਮ ਦੀ ਤਸੱਲੀ ਹੁੰਦੀ ਹੈ ਕੋਈ ਗੰਦਾ ਕਪੜਾ ਨਾ ਹੋਵੇ ਤਾਂ ਆਲਾ ਦੁਆਲਾ ਸਾਫ ਰਹਿੰਦਾ ਹੈ ਸਿਆਲ ਦੇ ਦਿਨਾਂ 'ਚ ਗਰਮ ਕੋਟ ਪੈਂਟ ਆਦਾਂ ਧੋਣੇ ਨਹੀਂ ਹੁੰਦੇ ਸਿਰਫ ਕਮੀਜ਼ ਤੇ ਕੱਛਾ ਬਣਾਣੀ ਧੋਣ ਵਾਲੇ ਹੁੰਦੇ ਨੇ ਨਹਾਉਣ ਵੇਲੇ ਸਿਰਫ 5 ਮਿੰਟ ਵਾਧੂ ਲੱਗਦੇ ਨੇ ਬੰਦਾ ਆਤਮ ਨਿਰਭਰ ਹੋ ਜਾਂਦਾ ਇਸ ਪੱਖੋਂ ਪਗੜੀ ਬਹੁਤ ਦੇਰ ਤੋ ਮੈ ਕੈਲਿਕੋਦੀ ਆਰਕੰਡੀ ਦੀ ਬੰਨਣਾ ਜਿਹਦਾ ਰੰਗ ਲੜਾਂ ਤੋਂ ਪੱਗ ਫਟਦੀ ਤੱਕ ਵੀ ਖਰਾਬ ਨਹੀਂ ਹੁੰਦਾ ਤੇ ਪੱਗ ਫੁੱਲ ਵਰਗੀ ਹਲਕੀ ਹੁੰਦੀ ਹੈ ਇਹਨੂੰ ਮਾਵਾ ਦੇਣ ਦੀ ਵੀ ਜ਼ਰੂਰਤ ਨਹੀਂ ਸਿਰਫ਼ ਧੋ ਕੇ ਸੁਕਣੀ ਪਾਦੇ ਉਹ ਤਾਂ ਪੱਗ ਤਾਜ਼ਾ ਦੀ ਤਾਜ਼ਾ ਹੁੰਦੀ ਹੈ। ਗਰਮੀਆਂ ਵਿੱਚ ਪੈਂਟਾਂ ਮੈਂ ਸਾਬਣ ਨਾਲ ਧੋ ਕੇ ਸੁਕਣ ਵਾਲੀਆਂ ਹੀ ਪਹਿਂਦਾ ਹਾਂ। ਇਸੇ ਕਰਕੇ ਕੱਪੜੇ ਸਾਰੇ ਦੇ ਸਾਰੇ ਰੋਜ਼ਾਨਾ ਸਾਫ਼ ਕਰਨ ਤੇ ਪ੍ਰੈਸ ਕਰਨ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਇਹ ਮੇਰੀ ਆਦਤ ਦੇਸ਼ ਵਿਦੇਸ਼ ਹਰ ਪਦਵੀ ਤੇ ਜਗ੍ਹਾ ਤੇ ਬਣੀ ਰਹੀ ਹੈ। ਮੈਨੂੰ ਕਦੀ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਈ ਸਿਵਾਏ ਜਦ ਮੈਂ ਕਦੀ ਬਿਮਾਰ ਹੋ ਜਾਵਾਂ। ਅੱਜ ਤੱਕ ਮੈਂ ਆਪਣਾ ਕੱਛਾ ਬਣਾਉਣ ਤਾਂ ਕਿਸੇ ਪਾਸੋਂ ਕਦੀ ਵੀ ਨਹੀਂ ਤਲਵਾਇਆ ਕਿਸੇ ਤੋਂ ਜੁੱਤੀ ਪਾਲਿਸ਼ ਕਰਵਾਉਣਾ ਮੈਂ ਦੂਜੇ ਇਨਸਾਨ ਨੂੰ ਨੀਵਾਂ ਸਮਝਣਾ ਜਾਂ ਨੀਵਾਂ ਦਿਖਾਉਣਾ ਮਹਿਸੂਸ ਕਰਦਾ ਹਾਂ ਜੋ ਮੇਰੀ ਆਤਮਾ ਨੂੰ ਮਨਜ਼ੂਰ ਨਹੀਂ ਇਸ ਕਰਕੇ ਮੈਂ ਆਪਣੀ ਜੁੱਤੀ ਕਦੇ ਕਿਸੇ ਤੋਂ ਪਾਲਿਸ਼ ਨਹੀਂ ਕਰਾਈ ਹਮੇਸ਼ਾ ਆਪ ਕਰਦਾ ਹਾਂ ਹਾਂ ਪਰ ਸਫਰ ਉਤੇ ਸਟੇਸ਼ਨ ਆਤੇ ਜੇ ਕੋਈ ਮੁੰਡਾ ਪਾਲਿਸ਼ ਵਾਲਾ ਮਿਲ ਜਾਏ ਤੇ ਜੁੱਤੀ ਪਾਲਿਸ਼ ਕਰਨ ਨੂੰ ਜ਼ਿੱਦ ਕਰੇ ਤਾਂ ਕਰਵਾ ਵੀ ਲੈਂਦਾ ਹਾਂ ਭਾਵੇਂ ਮੈਂ ਪਹਿਲੋਂ ਹੀ ਆ ਪਾਲਿਸ਼ ਕਿਉਂ ਨਾ ਕੀਤੀ ਹੋਈ ਹੋਵੇ ਇਹ ਮੇਰਾ ਉਸ ਬੱਚੇ ਦੀ ਸ਼ਲਾਘਾ ਦਾ ਤਰੀਕਾ ਹੈ ਜੋ ਮੰਗਣ ਦੀ ਬਜਾਏ ਮਿਹਨਤ ਨਾਲ ਰੋਟੀ ਕਮਾਉਣ ਦਾ ਯਤਨ ਕਰਦਾ ਹੈ ਮੈਂ ਸਮਝਦਾ ਹਾਂ ਜੇ ਇਹ ਆਦਤ ਪਾ ਲਈਏ ਤਾਂ ਜ਼ਿੰਦਗੀ ਸੁਖੱਦੀ ਤੇ ਬਾ ਤਰਤੀਬ ਹੋ ਜਾਂਦੀ ਹੈ ਘਰਦਿਆਂ ਤੇ ਤੁਹਾਡਾ ਕੋਈ ਬੋਝ ਨਹੀਂ ਰਹਿੰਦਾ ਖਰਚ ਘਟ ਜਾਂਦੇ ਨੇ ਤੇ ਆਤਮ ਨਿਰਭਰਤਾ ਦੇ ਅਸਾਸਨਲ ਬੰਦੇ ਦੀ ਜ਼ਿੰਦਗੀ ਭਰੀ ਭਰੀ ਜੀ ਮਹਿਸੂਸ ਹੁੰਦੀ ਹੈ ਕਿਹਾ ਜਾਂਦਾ ਕਿ ਕਰਤੂਤ ਸ਼ਬਦ ਨਾਲੋਂ ਉੱਚੀ ਬੋਲਦੀ ਹੈ ਪਰ ਮੇਰੀਆਂ ਹੀ ਕਰਤੂਤਾਂ ਦੀ ਆਵਾਜ਼ ਸਾਡੇ ਘਰ ਚ ਕਿਸੇ ਬੱਚੇ ਦੇ ਕੰਨੀਆਂ ਨਹੀਂ ਪਈ ਕੋਈ ਆਪਣੇ ਕੱਪੜੇ ਆਪ ਨਹੀਂ ਧੋਣਾ ਕੱਛਾ ਬਣਾਉਣ ਨਾਂ ਪਾਣਾ ਦਾ ਮਨਜ਼ੂਰ ਹੈ ਧੋਣਾ ਮਨਜ਼ੂਰ ਨਹੀਂ ਇਹ ਕੰਮ ਕਰਦੀਆਂ ਔਰਤਾਂ ਦਾ ਹੀ ਸਮਝਦੇ ਨੇ ਜੋ ਮੇਰੇ ਖਿਆਲ ਚ ਸਰਾ ਸਰ ਘਟੀਆ ਵਿਚਾਰ ਜਾਂ ਆਦਤ ਹੈ ਆਪਣੀ ਜੁੱਤੀ ਪਾਲਿਸ਼ ਕਰਨ ਦਾ ਤਾਂ ਸਵਾਲ ਹੀ ਨਹੀਂ ਜੇ ਕੋਈ ਨਹੀਂ ਕਰਦਾ ਤਾਂ ਕਰਨੀ ਹੀ ਨਹੀਂ ਮਿੱਟੀ ਨਾਲ ਭਰੇ ਖੌਂਸੜੇ ਉੰਜੀ ਕਿਸੇ ਟੀ ਫਿਰਦੇ ਹਨ ਮੇਰੇ ਬੇਟੇ ਦੀ ਇਹ ਆਦਤ ਮੇਰੀ ਆਦਤ ਤੋਂ 180 ਡਿਗਰੀ ਉਲਟ ਹੈ ਇਹਦੀ ਵਜ੍ਹਾ ਜਾਂ ਕਾਰਨ ਲੱਭਣ ਤੋਂ ਮੈਂ ਅਸਮਰਥ ਰਿਹਾ ਹਾਂ ਇੱਕ ਵਾਰ ਮੈਂ ਆਪਣੇ ਬੇਟੇ ਨੂੰ ਕਿਹਾ ਉਦੋਂ ਸਕੂਲ ਚ ਪੜਦਾ ਸੀ ਕਿ ਤੇਰਾ ਇਹ ਸੁੱਕ ਦਾ ਕੱਚਾ ਮੈਲਾ ਜਿਹਾ ਹੈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਰ ਚਿੱਟਾ ਨਿਕਲ ਆਏਗਾ ਮੈਨੂੰ ਨੇ ਜਵਾਬ ਦਿੱਤਾ ਪਾਪਾ ਜੀ ਇਹ ਤਾਂ ਸਾਫ਼ ਹੀ ਹੈ ਤੁਸੀਂ ਅਜਮੇਰ ਸਾਡਾ ਇੱਕ ਰਿਸ਼ਤੇਦਾਰਾਂ ਦਾ ਮੁੰਡਾ ਸੀ ਦਾ ਕੱਛਾ ਨਹੀਂ ਵੇਖਿਆ ਇਹ ਤੁੱਕ ਕਿਤੇ ਗੰਦਾ ਹੈ ਮੈਂ ਸੋਚਦਾ ਕਿ ਮੇਰੇ ਸਾਫ਼ ਧੋਤੇ ਕੱਛਾ ਬਣਾਉਣ ਤਾਂ ਦਿਸੇ ਨਹੀਂ ਜੋ ਇਹ ਰੋਜ਼ ਵੇਖਦਾ ਪਰ ਅਜਮੇਰ ਦਾ ਗੰਦਾ ਕੱਛਾ ਬੜੀ ਛੇਤੀ ਦਿਸਿਆ ਜਿਸ ਕੋਲ ਸ਼ਾਇਦ ਇਹ ਇੱਕ ਦਿਨ ਹੀ ਰਹਿ ਕੇ ਆਇਆ ਸੀ ਉਸ ਕਰਤੂਤ ਦੀ ਆਵਾਜ਼ ਮੇਰੀ ਕਰਤੂਤ ਦੀ ਆਵਾਜ਼ ਨਾਲੋਂ ਕਿਵੇਂ ਉੱਚੀ ਸੁਣਾਈ ਦੇ ਗਈ ਇਹ ਸਵਾਲ ਅਜ ਵੀ ਮੇਰੇ ਦਿਮਾਗ ਵਿੱਚ ਹੈ ਜਿਹਦਾ ਮੈਂ ਉੱਤਰ ਨਹੀਂ ਲੱਭ ਸਕਿਆ ਪਰ ਮੇਰੀ ਇਹ ਸਾਦਤ ਦੀ ਆਵਾਜ਼ ਮੇਰੇ ਸੰਡਾਂ ਦੇ بیٹے ਅਮਰੀਕ ਸਿੰਘ ਦੇ ਕੰਨਾਂ ਜ਼ਰੂਰ ਪਈ ਹੈ ਜੋ ਤਕਰੀਬਨ 14-15 ਸਾਲ ਮੇਰੇ ਕੋਲ ਰਹਿ ਕੇ ਪੜਿਆ ਉਹ ਆਪਣਾ ਕੱਛਾ ਬਣਾਉਣ ਰੋਜ਼ ਆਪ ਧੁੰਦਾ ਹੈ ਤੇ ਸ਼ਾਇਦ ਜੁੱਤੀ ਵੀ ਆਪ ਹੀ ਪਾਲਿਸ਼ ਕਰਦਾ ਹੈ ਬੈਂਕ ਦੀ ਕੁੱਚੀ ਪਦਵੀ ਤੇ ਤਾਇਨਾਤ ਹੋਣ ਦੇ ਬਾਵਜੂਦ ਜਿਵੇਂ ਮੈਂ ਪਹਿਲੇ ਦੱਸ ਚੁੱਕਾ ਹਾਂ ਰੇਡੀਓ ਦੀ ਬ੍ਰਾਡਕਾਸਟ ਸੁਣਨ ਲਈ ਰਿਸਿਵਰ ਸੈੱਟ ਹੋਣਾ ਜ਼ਰੂਰੀ ਹੈ ਜਿਸ ਕੋਲ ਰਿਸਿਵਰ ਸੈੱਟ ਨਾ ਹੋਵੇ ਉਹ ਰੇਡੀਓ ਸਟੇਸ਼ਨ ਦੀ ਆਵਾਜ਼ ਜਾਂ ਪ੍ਰੋਗਰਾਮ ਨਹੀਂ ਸੁਣ ਸਕਦਾ ਇਹੋ ਹਾਲ ਕਰਤੂਤ ਦੀ ਆਵਾਜ਼ ਦਾ ਹੈ ਕੋਈ ਰਿਸਿਵਰ ਸੈੱਟ ਵਾਲਾ ਸੁਣ ਲੈਂਦਾ ਹੈ ਤੇ ਜਿਸ ਕੋਲ ਨਾ ਹੋਵੇ ਉਹ ਨਹੀਂ ਸੁਣਦਾ ਜਾਂ ਉਹ ਆਪਣਾ ਰਿਸਿਵਰ ਸੈੱਟ ਕਿਸੇ ਹੋਰ ਮੀਟਰ ਤੇ ਸੈੱਟ ਕਰ ਲੈਂਦਾ ਮੈਂ ਕਈ ਵਾਰ ਆਪਣੇ ਬੱਚਿਆਂ ਨੂੰ ਜਦੋਂ ਕਾਲਜ ਸਕੂਲ ਵਿੱਚ ਪੜ੍ਹਦੇ ਸਨ ਆਪਣੀ ਸਕੂਲ ਦੀ ਜ਼ਿੰਦਗੀ ਦੇ ਹਾਲਾਤ ਦੱਸਦਾ ਸਾਂ ਕਿ ਕਿੰਨਾ ਮੁਸ਼ਕਲਾਂ ਤੇ ਸਖਤੀਆਂ ਵਿੱਚੋਂ ਦੀ ਲੰਘ ਕੇ ਮੈਂ ਪੜਿਆ ਹੋਲੀ ਮੇਰੀ ਬੇਟੀ ਜਸਵਿੰਦਰ ਨੂੰ ਮੈਂ ਸਾਈਕਲ ਲੈ ਦਿੱਤਾ ਤਾਂ ਜੋ ਮੋਡਲ ਟਾਊਨ ਸਕੂਲ ਜੋ ਸਾਡੇ ਘਰਾਂ ਘਰੋਂ 2 ਕਿਲੋਮੀਟਰ ਤੋਂ ਵੀ ਘੱਟ ਸੀ ਸੌਖਿਆਂ ਚਲੀ ਜਾਇਆ ਕਰੇ ਪਰ ਗਰਮੀਆਂ ਦੇ ਦਿਨਾਂ 'ਚ ਇੱਕ ਦਿਨ ਸਕੂਲੋਂ ਸਾਈਕਲ ਤੇ ਗਰਮੀੋਂ ਗਰਮੀ ਹੋਈ ਆਈ ਤਾਂ ਰੋ ਪਈ ਮੈਨੂੰ ਤਰਸ ਆਇਆ ਤਾਂ ਦੂਜੇ ਦਿਨ ਤੋਂ ਰਿਕਸ਼ਾ ਲਵਾ ਦਿੱਤਾ ਪਰ ਮੈਂ ਆਪਣੀ ਬਚਪਨ ਦੀ ਸਕੂਲ ਦੀ ਜ਼ਿੰਦਗੀ ਦਾ ਪਟਾ ਜ਼ਰੂਰ ਚੜ੍ਹਾ ਜ਼ਰੂਰ ਦਿੱਤਾ ਕਿ ਕਿਸ ਤਰ੍ਹਾਂ ਗਰਮੀਆਂ ਨੂੰ ਸਕੂਲ ਤਿੰਨ ਮੀਲ ਨੰਗੇ ਪੈਰੀਂ ਤੁਰ ਕੇ ਚਾਹੀਦਾ ਸੀ ਤਪ ਦੀ ਧਰਤੀ ਤੇ ਜਦ ਪੈਰ ਸੜਦੇ ਸਨ ਤਾਂ ਦੌੜ ਕੇ ਘਾਵ ਵਾਲੀ ਥਾਂ ਜਾਂ ਪਸ਼ੂਆਂ ਦੇ ਗੋਹੇ ਤੇ ਪੈਰ ਰੱਖ ਠੰਡੇ ਕਰੀ ਦੇ ਸੀ ਘਰ ਦੇ ਜੇ ਕਦੀ ਮੋਜੇ ਜੁੱਤੀ ਲੈ ਦਿੰਦੇ ਤਾਂ ਤਿੰਨਾਂ ਚੌਂ ਦਿਨਾਂ ਵਿੱਚ ਹੀ ਗਵਾ ਲਈਦੀ ਸੀ ਕਿਉਂਕਿ ਜੁੱਤੀ ਪਾਉਣ ਦੀ ਆਦਤ ਨਹੀਂ ਸੀ ਜੁੱਤੀ ਗਵਾ ਕੇ ਘਰ ਦੱਸੇ ਦਾ ਹੀ ਨਹੀਂ ਸੀ ਕਿਉਂਕਿ ਮੁਰੰਮਤ ਹੋ ਜਾਣ ਦਾ ਡਰ ਹੁੰਦਾ ਸੀ ਸਾਰਾ ਦਿਨ ਪੜ ਕੇ ਦੁਪਹਿਰੇ ਘਰ ਆਉਣਾ ਦੁਪਹਿਰੋਂ ਦੁਪਹਿਰ ਕੰਮ ਕਰ ਰਕੇ ਸ਼ਾਮ ਨੂੰ ਘਰਦਿਆਂ ਨਾਲ ਕੰਮ ਕਰਾਉਣਾ ਸਭ ਨੂੰ ਸਵੇਰੇ ਜਾਂਦੇ ਹੋਏ ਵੀ ਕਈ ਵਾਰ ਮੁਰੱਬੀ ਰੋਟੀ ਦੇਖੇ ਜਾਈਦਾ ਸੀ ਹੋਰ ਔਖਿਆ ਔਖੀਆਂ ਦੱਸਦੇ ਇਹ ਵੀ ਸੁਣਾਉਣਾ ਕਿ ਮੈਨੂੰ ਤਾਂ 8ਵੀਂ ਜਮਾਤ ਚ ਜਾ ਕੇ ਕਿਤੇ ਪਜਾਮਾ ਉਹ ਵੀ ਖੱਦਰ ਦਾ ਮਿਲਿਆ ਸੀ ਤੁਹਾਨੂੰ ਜਮਦਿਆਂ ਨੂੰ ਉਹਦੇ ਕੱਪੜੇ ਪੈਂਟ ਕੋਟਸ ਸਵਟਰ ਮਿਲਦੇ ਨੇ ਇਹੋ ਜੀਆਂ ਕਹਾਣੀਆਂ ਮੈਂ ਕਈ ਸਾਲ ਜਦੋਂ ਵੀ ਬੱਚਿਆਂ ਨੂੰ ਤਾੜਨਾ ਕਰਨੀ ਹੋਵੇ ਸੁਣਾਉਂਦਾ ਰਿਹਾ ਸੁਣਦੇ ਸੁਣਦੇ ਬੱਚੇ ਜਵਾਨ ਹੋ ਗਏ ਇੱਕ ਦਿਨ ਸਲਾਹ ਕਰਕੇ ਮੈਨੂੰ ਇਹਨਾਂ ਨੇ ਜਵਾਬ ਦਿੱਤਾ ਪਾਪਾ ਜੀ ਤੁਹਾਡਾ ਸਾਡਾ ਬਹੁਤ ਫਰਕ ਹੈ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਕਿੱਥੇ ਅਸੀਂ ਕਿੱਥੇ ਤੁਸੀਂ ਤੁਸੀਂ ਇੱਕ ਪਿੰਡੂ ਜੱਟ ਦੇ ਬੱਚੇ ਹੋ ਅਸੀਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਬੱਚੇ ਹਾਂ ਮੈਂ ਮੁਰ ਆਪਣੀਆਂ ਕਹਾਣੀਆਂ ਬੱਚਿਆਂ ਨੂੰ ਨਹੀਂ ਸੁਣਾਈਆਂ ਜਵਾਬ ਟਕਵਾਂ ਸੀ ਮੇਰੇ پاس ਉੱਤਰ ਨਹੀਂ ਸੀ ਇਹ ਨਹੀਂ ਕਿ ਮੇਰੇ ਬੱਚਿਆਂ ਨੇ ਆਪਣੀ ਜ਼ਿੰਦਗੀ ਕਾਮਯਾਬ ਨਹੀਂ ਬਣਾਈ ਪਰ ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਬੱਚੇ ਹੰਤੇ ਲੋੜੀਂਦੀ ਸਖਤੀ ਕਰਕੇ ਛੋਟੀ ਉਮਰੀ ਹੱਥੀ ਕੰਮ ਕਰਨ ਦੀ ਉਨੀ ਚੇਟਕ ਨਹੀਂ ਪਾ ਸਕਿਆ ਜਿੰਨੀ ਮੇਰੇ ਬਜ਼ੁਰਗਾਂ ਨੇ ਮੇਰੇ ਵਿੱਚ ਪਾਇਆ ਕੀਤੀ ਹੈ ਲੋੜ ਪਵੇ ਤਾਂ ਮੇਰੇ ਬੱਚੇ ਹਰ ਕੰਮ ਕਰ ਲੈਂਦੇ ਹਨ ਸਿਰ ਸੁੱਟ ਕੇ ਵੀ ਜਾਨ ਮਾਰ ਕੇ ਵੀ ਪਰ ਘਰ ਦਾ ਹੱਥੀ ਕੰਮ ਕਰਨ ਚ ਉਹਨਾਂ ਸ਼ੌਕ ਨਹੀਂ ਜਿੰਨਾ ਮੈਂ ਉਹਨਾਂ 'ਚ ਵੇਖਣਾ ਚਾਹੁੰਦਾ ਸੀ ਪਰ ਫਿਰ ਸੋਚਦਾ ਕਿ ਉਹਨਾਂ ਦੀ ਜ਼ਿੰਦਗੀ ਹੈ ਤੇ ਕਾਮਯਾਬ ਜ਼ਿੰਦਗੀ ਹੈ ਆਪਣੀ ਪੱਖੋਂ ਹੋ ਸਕਦਾ ਮੈਂ ਹੀ ਗਲਤ ਹੋਵਾਂ ਮੇਰੀ ਪਹੁੰਚ ਹੀ ਠੀਕ ਨਾ ਹੋਵੇ ਇਸੇ ਲਈ ਮੇਰੇ ਪ੍ਰਸਾਰਣ ਲਈ ਉਹ ਰਿਸੀਵਰ ਸੈੱਟ ਦੀ ਸਵਿਚ ਬੰਦ ਕਰ ਦਿੰਦੇ ਹਾਂ ਇਸ ਸੰਦਰਭ ਵਿੱਚ ਜਨਮੇਜੇ ਦਾ ਕਹਿਣਾ ਟੁਕਵਾ ਹੀ ਲੱਗਦਾ ਉਹ ਕਹਿੰਦਾ ਹੈ ਕਿ ਆਪਣੇ ਪਿਓ ਦਾ ਬਹੁਤਾ ਕਹਿਣਾ ਨਹੀਂ ਮੰਨਣਾ ਚਾਹੀਦਾ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਕਹਿੰਦਾ ਹੈ ਕਿ ਜੇ ਬਾਬਾ ਨਾਨਕ ਆਪਣੇ ਪਿਤਾ ਦਾ ਕਹਿਣਾ ਮੰਨ ਲੈਂਦਾ ਤਾਂ ਅੱਜ ਬਾਬਾ ਨਾਨਕ ਨਾ ਹੁੰਦਾ ਸ਼ਾਇਦ ਕਿਸੇ ਬੇਦੀ ਜਨਰਲ ਸਟੋਰ ਦਾ ਮਾਲਕ ਹੋ ਮੁਕਦਾ ਜਦ ਅਸੀਂ ਨੀਲੀ ਬਾਹਰ ਵਿੱਚੋਂ ਬਟਵਾਰੇ ਤੋਂ ਬਾਅਦ ਆਏ ਤਾਂ ਇੱਧਰ ਉਸ ਵੇਲੇ ਪੌਸਤ ਬੀਜਣ ਲਈ ਕੋਟਾ ਮਿਲਦਾ ਹੁੰਦਾ ਸੀ ਸਾਨੂੰ ਵੀ ਇੱਕ ਖੇਤ ਦਾ ਕੋਟਾ ਮਿਲ ਗਿਆ ਜਦ ਸਮਝੋ ਮਿਲ ਮਲਾ ਕੇ ਰਸੂਖ ਨਾਲ ਲੈ ਲਿਆ ਦੋ ਸਾਲ ਪੌਸਤ ਬੀਜਿਆ ਪਰ ਫਿਰ ਸਰਕਾਰ ਨੇ ਸਾਰਿਆਂ ਨੂੰ ਹੀ ਕੋਟਾ ਦੇਣਾ ਬੰਦ ਕਰ ਦਿੱਤਾ ਤੇ ਪੌਸਤ ਬੀਜਣਾ ਅਪਰਾਧ ਗਿਣਿਆ ਜਾਣ ਲੱਗ ਪਿਆ ਜਦ ਪੌਸਤ ਬੀਜਦੇ ਸੀ ਤਾਂ ਬਹੁਤ ਸਾਰੇ ਲੋਕ ਪੁਸਤੀ ਹੋ ਜਾਂਦੇ ਸੀ ਮਾਨੂੰ ਯਾਦ ਸਾਡੇ ਜੱਦੀ ਪਿੰਡ ਜਿੰਡਿਆਲੇ ਚ ਧਰਮਸ਼ਾਲਾ ਚ ਪੋਸਤੀਆਂ ਲਈ ਪੋਸਤ ਮੜਨ ਲਈ ਪੱਕੇ ਬੱਠਲ ਬਣੇ ਹੋਏ ਸਨ ਤੇ ਖੁੱਲੇ ਗੱਫੇ ਲੱਗਦੇ ਸਨ ਸਾਡੇ ਬਜ਼ੁਰਗਾਂ ਨੇ ਕਿਤੇ ਕਿਤੇ ਤੇ ਕਈ ਵਾਰ ਕਦੀ ਕਦੀ ਦਿਨ ਕਈ ਕਈ ਦਿਨ ਲਗਾਤਾਰੀ ਪੋਸਤ ਪੀਣਾ ਇਸ ਲਈ ਕਹਿੰਦੇ ਸਨ ਕਿ ਪੋਸਤ ਦੇ ਨਸ਼ੇ ਨਾਲ ਆਦਮੀ ਕੰਮ ਬਹੁਤਾ ਕਰਦਾ ਸੀ ਥੱਕਦਾ ਨਹੀਂ ਪਰ ਸਾਡੇ ਬਜ਼ੁਰਗਾਂ ਨੇ ਇਹ ਅਮਲ ਫੜਿਆ ਨਹੀਂ 2-4 ਦਿਨ ਕੰਮ ਵਾਲੇ ਦਿਨਾਂ ਚ ਪੀ ਕੇ ਫਿਰ ਹਫਤਾ 10 ਦਿਨ ਮੂਹ ਨਹੀਂ ਲਾਉਣਾ ਇਸ ਤਰ੍ਹਾਂ ਅਮਲ ਨਹੀਂ ਸੰ ਲੱਗਣ ਦਿੰਦੇ ਮੇਰੇ ਪਿਤਾ ਜੀ ਤੋਂ ਬਹੁਤ ਹੀ ਡ੍ਰਿਹੜੇ ਇਰਾਦੇ ਦੇ ਸਨ ਕਈ ਵਾਰ ਲਗਾਤਾਰ 15-20 ਦਿਨ ਪੀ ਕੇ ਵੀ ਇੱਕਦਮ ਬੰਦ ਕਰ ਦਿੰਦੇ ਸਨ ਸ਼ਰਾਬ ਦਾ ਸ਼ੌਕ ਉਹਨਾਂ ਨੂੰ ਜ਼ਿਆਦਾ ਸੀ ਹੁਣ ਵੀ ਉਮਰ 1 ਸਾਲ 2 ਸਾਲ ਪੂਰੀ ਕਰਨ ਤੋਂ ਬਾਅਦ ਸ਼ਾਮ ਨੂੰ ਰੋਟੀ ਘਟੋ ਘਟ ਇੱਕ ਪਾਇਆ ਸ਼ਰਾਬ ਪੀ ਕੇ ਖਾਂਦੇ ਹਨ ਇਹਨਾਂ ਦਾ ਬੜਾ ਅਜੀਬ ਢੰਗ ਹੈ ਖਾਣ ਪੀਣ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇੱਕ ਜਾਂ ਦੋ ਗਲਾਸ ਕੱਚਾ ਤਾਜ਼ਾ ਚੋਏ ਹੋਏ ਦੁੱਧ ਵਿੱਚ ਨਮਕ ਪਾ ਕੇ ਪੀਣਾ ਫਿਰ ਨਾਸ਼ਤਾ ਥੋੜਾ ਠਹਿਰ ਕੇ ਦੋ ਪਰਾਂਠੇ ਤੇ ਮੱਖਣ ਨਾਲ ਕਰਨਾ ਦੁਪਹਿਰ ਨੂੰ ਰੋਟੀ ਪੂਰੀ ਖਾਣੀ ਹੈ ਸ਼ਾਮ ਨੂੰ ਰੋਟੀ ਜਾਂ ਖਾਣੀ ਨਹੀਂ ਜਾਂ ਸਿਰਫ ਇੱਕ ਹੀ ਰੋਟੀ ਦਾਲ ਸਬਜ਼ੀ ਨਾਲ ਖਾਣੀ ਹੈ ਜਦ ਜਵਾਨ ਹੁੰਦੇ ਸੀ ਉਦੋਂ ਇਹ ਨਿਯਮ ਨਹੀਂ ਸੀ ਉਦੋਂ ਤਾਂ ਜੋ ਆਇਆ ਸੋ ਬੰਨੇ ਵਾਲੀ ਗੱਲ ਹੁੰਦੀ ਸੀ ਕਈ ਵਾਰ ਜਦ ਮੇਰੇ ਬਜ਼ੁਰਗ ਕੰਮ ਵਿੱਚ ਰੁੱਝੇ ਹੋਏ ਹੁੰਦੇ ਸਨ ਤਾਂ ਪੋਸਤ ਮਲਣ ਤੇ ਤਿਆਰ ਕਰਨ ਦੀ ਮੇਰੀ ਡਿਊਟੀ ਲੱਗ ਜਾਂਦੀ ਸੀ ਵੈਸੇ ਮੈਨੂੰ ਪੋਸਤ ਪੀਣ ਲਈ ਕਦੀ ਨਹੀਂ ਕਿਹਾ ਤੇ ਨਾ ਹੀ ਮੈਂ ਕਦੇ ਪੀਤਾ ਸੀ ਸਿਰਫ ਇੱਕ ਵਾਰ ਮੈਂ ਆਪਣੇ ਪਿਤਾ ਜੀ ਨਾਲ ਆਪਣੇ ਜੱਦੀ ਪਿੰਡ ਜੰਡੇ ਵਾਲੇ ਗਿਆ ਤਾਂ ਖੂਤੇ ਚਾਰ ਪੰਜ ਬੰਦਿਆਂ ਨੇ ਪੋਸਤ ਮਲਿਆ ਹੋਇਆ ਸੀ ਮੈਨੂੰ ਵੀ ਪੰਜ ਸੱਤ ਘੁੱਟ ਪੀਣ ਨੂੰ ਦੇ ਦਿੱਤਾ ਅਸਲ 'ਚ ਇੰਨਾ ਪੋਸਤ ਮੇਰੇ ਵਿੱਤੋਂ ਬਾਹਰ ਸੀ ਪਿਤਾ ਜੀ ਨੇ ਵੀ ਨਹੀਂ ਰੋਕਿਆ ਮੈਂ ਪੀ ਗਿਆ ਕੋੜਾ ਤਾਂ ਨਹੀਂ ਸੀ ਬਕ ਬਕਾ ਜਿਆ ਸੀ ਪਰ ਫਿਰ ਵੀ ਇੰਨਾ ਬੇਸਵਾਦਾ ਨਹੀਂ ਸੀ ਇਹ ਮੇਰਾ ਪੋਸਤ ਪੀਣ ਦਾ ਪਹਿਲਾ ਤਜਰਬਾ ਸੀ ਕਿਉਂਕਿ ਕਾਫੀ ਸਾਰਾ ਪੀ ਗਿਆ ਸੀ ਇਸ ਨਾਲ ਮਿਰਟੇ ਡਾਫਰ ਗਿਆ ਮੈਂ ਸ਼ਾਮ ਤੱਕ ਬਹੁਤ ਤੰਗ ਹੋ ਗਿਆ ਨਸ਼ੇ ਨੂੰਸ਼ੇ ਦਾ ਤਾਂ ਪਤਾ ਨਹੀਂ ਲੱਗਾ ਤਕਲੀਫ ਬਹੁਤ ਈ ਸ਼ਾਮ ਤੱਕ ਦੋ ਵਾਰ ਤਕੜੀ ਚਾਹ ਬਣਾਵਣਾ ਕੇ ਪੀਤੀ ਤਾਂ ਕਿਤੇ ਸਾਚ ਸਾ ਆਇਆ ਇਸ ਤੋਂ ਮੈਨੂੰ ਪਤਾ ਲੱਗਾ ਕਿ ਚਾਹ ਨਾਲ ਡੋਡਿਆਂ ਦਾ ਨਸ਼ਾ ਖਿੜਦਾ ਹੈ ਮੁਰਕਦੀ ਮੈਂ ਪੋਸ ਤੋਂ ਚੱਕ ਕੇ ਨਹੀਂ ਵੇਖਿਆ ਮੈਨੂੰ ਕਈ ਵਾਰ ਇਸ ਤੋਂ ਬਾਅਦ ਪਿਤਾ ਜੀ ਨੇ ਪੁੱਛਿਆ ਕਿ ਡੋਡੇ ਪੀਣੇ ਹਨ ਤਾਂ ਪੀ ਲੈ ਮੈਂ ਸਮਝਦਾ ਕਿ ਇਹ ਮੈਨੂੰ ਸਿਰਫ ਪਰਖਣ ਵਾਸਤੇ ਕਿਹਾ ਜਾਂਦਾ ਸੀ ਪਹਿਲੀ ਵਾਰ ਵੀ ਜੇ ਉਹਨਾਂ ਮੈਨੂੰ ਕਾਫੀ ਸਾਰਾ ਪੋਸਟ ਦਾ ਪਾਣੀ ਪੀਣੋਂ ਨਹੀਂ ਰੋਕਿਆ ਮੇਰੀ ਸਮਝੇ ਉਹਦਾ ਵੀ ਮਤਲਬ ਸੀ ਉਹਨਾਂ ਨੂੰ ਖਿਆਲ ਸੀ ਤੇ ਖਿਆਲ ਠੀਕ ਵੀ ਨਿਕਲਿਆ ਕਿ ਜੇ ਵੱਧ ਪੋਸਟ ਪੀਣ ਨਾਲ ਮੈਂ ਤੰਗ ਹੋਵਾਂਗਾ ਤਾਂ ਇਸ ਨਸ਼ੇ ਤੋਂ ਮੈਂ ਮੋੜ ਜਾਵਾਂਗਾ ਉਹ ਆਪ ਤਾਂ ਮੈਂ ਪੀ ਜਾਂਦੇ ਸਨ ਪਰ ਇਸ ਨਸ਼ੇ ਨੂੰ ਚੰਗਾ ਨਹੀਂ ਸੀ ਸਮੇਂ ਦੀ ਸੁ ਕੁਦਰਤੀ ਮੈਨੂੰ ਚੰਗਾ ਸਬਕ ਮਿਲਿਆ ਤੇ ਮੈਨੂੰ ਇਸ ਨਸ਼ੇ ਤੋਂ ਇੱਕ ਕਿਸਮ ਦੀ ਘਿਰਨਾ ਜੀ ਹੋ ਗਈ ਮੇਕ ਵਰਕ ਭੰਗ ਦਾ ਮਸ਼ਾਵੀ ਕੀਤਾ ਅਸੀਂ 3-4 ਮੁੰਡੇ ਮਿਲ ਕੇ ਨੂਰਮੈਲ ਚੇਂਜ ਵੇਖਣ ਗਏ ਉੱਥੇ ਇੱਕ ਦੁਕਾਨ ਤੋਂ ਅਸੀਂ ਵੀ ਭੰਗ ਦੇ ਪਕੌੜੇ ਲੈ ਲਏ ਭੰਗ ਦੇ ਪਕੌੜੇ ਸਵਾਦਲੇ ਬਹੁਤ ਹੁੰਦੇ ਹਨ ਸਾਡੇ ਗੁਆੜ ਦੇ ਇੱਕ ਮੁੰਡੇ ਨੇ ਕਦੀ ਖਾਧੇ ਨਹੀਂ ਸਨ ਉਹ ਜ਼ਿਆਦਾ ਖਾ ਗਿਆ ਉਹਦੇ ਭਰਾ ਨੇ ਵੀ ਖਾ ਲਏ ਪਰ ਥੋੜੇ ਖਾਦੇ ਸਾਨੂੰ ਤਾਂ ਪਕੌੜੇ ਖਾਦੋਂ ਭੁੱਲ ਵੀ ਗਏ ਪਰ ਜਦ ਸ਼ਾਮ ਹੋਈ ਰੋਟੀ ਰਾਟੀ ਖਾ ਕੇ ਸੌਣ ਹੀ ਲੱਗੇ ਸਾਂ ਕਿ ਗੁਆੜ ਚ ਚਿਕਾ ਪੈਣੀਆਂ ਸ਼ੁਰੂ ਹੋ ਗਈਆਂ ਕੱਕੇ ਦਾ ਵੱਡਾ ਭਰਾ ਚਿੱਕਾ ਮਰੇ ਬਾਪੂ ਗੱਡੀ ਆਈ ਏ ਭੰਗ ਦੇ ਅਸਰ ਹੇਟ ਜਿਉਂ ਆਦਮੀ ਇੱਕ ਗੱਲ ਮੂੰਹ ਕੱਢ ਦੇਵੇ ਤੇ ਮੁਰਮੁਰ ਉਹੀ ਦੁਹਰਾਇ ਜਾਂਦਾ ਹੈ ਘਰਦਿਆਂ ਨੂੰ ਫਿਕਰ ਪੈ ਗਿਆ ਕਿ ਮੁੰਡੇ ਨੂੰ ਕੀ ਹੋ ਗਿਆ ਹੱਥ ਹਵਾਲਾ ਕਰਨ ਵਾਲਾ ਵੀ ਬੁਲਾਇਆ ਛੋਟਾ ਡਰਦਾ ਦੱਸੇ ਨਾ ਕਿ ਭੰਗ ਖਾਧੀ ਹੋਈ ਹੈ ਸਿਆਣਾ ਕਹੇ ਕਿ ਕਿਸੇ ਸ਼ਕਤੀ ਵਾਲੀ ਜਗ੍ਹਾ ਥਾਈ ਲੰਘ ਆਇਆ ਜਦ ਘਰ ਚ ਤਰਥੱਲੀ ਮਚ ਗਈ ਤਾਂ ਮੈਨੂੰ ਪੁੱਛਿਆ ਗਿਆ ਕਿ ਕਿੱਥੇ ਗਏ ਸੀ ਮੈਂ ਸੋਚਿਆ ਕਿਤੇ ਐਸੀ ਵੈਸੀ ਥਾਂ ਤੇ ਗਏ ਤਾਂ ਨਹੀਂ ਸੀ ਅਚਾਨਕ ਖਿਆਲ ਆਇਆ ਕਿ ਅਸੀਂ ਭੰਗ ਦੇ ਪਕੌੜੇ ਖਾਦੇ ਸੀ ਤਾਂ ਕਿਤੇ ਜਾ ਕੇ ਘਰਦਿਆਂ ਦਾ ਸਾਚ ਸਾ ਆਇਆ ਤੇ ਖੂਬ ਝਟਕਾਂ ਪਈਆਂ ਕਿ ਭੰਗ ਕਿਉਂ ਖਾਧੀ ਸੀ ਤੇ ਜੇ ਖਾਧੀ ਸੀ ਤਾਂ ਦੱਸਿਆ ਕਿਉਂ ਨਹੀਂ ਮੇਰੇ ਦੱਸਣ ਤੇ ਮੈਨੂੰ ਘਰੋਂ ਤਾਂ ਕਿਸੇ ਨੇ ਕੁਝ ਨਾ ਕਿਹਾ ਕਿਉਂਕਿ ਸਾਡੇ ਬਜ਼ੁਰਗ ਇਹੋ ਜਿਹੀਆਂ ਖਾਧੀਆਂ ਪੀਤੀਆਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦੇ ਪਰ ਯਾਦ ਆਉਂਦੀ ਹੈ ਮੇਰੀ ਮਨਜੀ ਘਮੇਟੇ ਖਾਣ ਲੱਗ ਪੈਂਦੀ ਭੰਗ ਦਾ ਨਸ਼ਾ ਬੜਾ ਪੂਜੀ ਹੈ ਜਦ ਯਾਦ ਆ ਜਾਏ ਕਿ ਨਸ਼ਾ ਖੱਦ ਹੈ ਉਦੋਂ ਹੀ ਛੱਡ ਜਾਂਦੇ ਹੈ ਇਹ ਅਸਰ ਵੀ ਬਹੁਤ ਦੇਰ ਤੱਕ ਰਹਿੰਦਾ ਹੈ ਸਾਡੇ ਬਜ਼ੁਰਗਾਂ ਨੇ ਕਦੀ ਕੋਈ ਨਸ਼ਾ ਖਾਣ ਤੋਂ ਖਾਸ ਮਨਾ ਨਹੀਂ ਸਿੱਕੀਤਾ ਪਿਤਾ ਜੀ ਦਾ ਯਕੀਨ ਸੀ ਕਿ ਕੋਈ ਹਟਾਏ ਤੋ ਨਹੀਂ ਹਟਦਾ ਜਦ ਆਪ ਨਸ਼ਾ ਖਾ ਪੀ ਲੈਂਦੇ ਹਾਂ ਤਾਂ ਬੱਚਿਆਂ ਨੂੰ ਮਨਾ ਕਰਨ ਦਾ ਕੋਈ ਅਸਰ ਨਹੀਂ ਹੁੰਦਾ ਇਹ ਤਜਰਬਾ ਕਰਕੇ ਹੀ ਹਟਦੇ ਹਨ ਪੋਸਤ ਤੌਰ ਪੰਗ ਦੇ ਨਸ਼ੇ ਦਾ ਤਜਰਬਾ ਤਾਂ ਮੈਨੂੰ ਠੀਕ ਨਾ ਬੈਟਾ ਤੇ ਮੈਂ ਕਦੀ ਇਹ ਨਸ਼ਾ ਮੁੜ ਕੇ ਨਹੀਂ ਕੀਤਾ ਆਪਣੇ ਹੱਥੀਂ ਕਈ ਲੋਕਾਂ ਦੀ ਟੋਕਾ ਟਾਕੀ ਦੇ ਬਾਵਜੂਦ ਰੋਡੇ ਮਲਕੇ ਬਜ਼ੁਰਗਾਂ ਨੂੰ ਤਾਂ ਪਿਉਂਦਾ ਰਿਆ ਪਰ ਆਪ ਨਹੀਂ ਪੀਤੇ ਸ਼ਰਾਬ ਬਾਰੇ ਪਿਤਾ ਜੀ ਦਾ ਨਜ਼ਰੀਆ ਕੁਝ ਹੋਰ ਸੀ ਆਪ ਪਿੰਦੇ ਸੀ ਤੇ ਸਾਰਿਆਂ ਨੂੰ ਪੀਣ ਲਈ ਕਹਿੰਦੇ ਸੀ ਹੁਣ ਵੀ ਕਿਸੇ ਨੂੰ ਕੋਈ ਬਿਮਾਰੀ ਹੋਵੇ ਉਹਨਾਂ ਦਾ ਅਕਸਰ ਇਲਾਜ ਸ਼ਰਾਬ ਦਾ ਪੈਗ ਹੈ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਕਹਿੰਦੇ ਹਨ ਕਿ ਪਿਓ ਤੇ ਕੋਲ ਬਹਾ ਕੇ ਪਿਲਾ ਕੇ ਖੁਸ਼ ਹੁੰਦੇ ਨੇ ਜੋ ਵੀ ਨੌਕਰ ਕਾਮਾ ਰੱਖਿਆ ਹੋਵੇ ਸਾਰਿਆਂ ਨੂੰ ਸ਼ਾਮ ਨੂੰ ਸ਼ਰਾਬ ਦਾ ਪੈਗ ਖਾਲੇ ਵੀ ਕਹਿੰਦੇ ਨੇ ਕਿ ਪੀ ਲੋ ਥੱਕੇਵਾਂ ਲੱਥ ਜਾਏਗਾ ਸਾਰੇ ਦਿਨ ਦੇ ਕੀਤੇ ਕੰਮ ਦਾ ਤੇ ਰੋਟੀ ਚੰਗੀ ਖਾਧੀ ਜਾਏਗੀ ਇਥੋਂ ਤੱਕ ਕਿ ਮੇਰੇ ਛੋਟੇ ਜਿਹੇ ਪੋਤੇ ਆਪਣੇ ਪਰਪੋਤੇ ਨੂੰ ਵੀ ਇੱਕ ਦਿਨ ਸਵਾਦ ਚਖਾ ਦਿੱਤਾ ਤੇ ਉਹਨੂੰ ਕੋੜੀ ਲੱਗਣੀ ਸੀ ਉਹਨੇ ਥੁੱਕ ਦਿੱਤੀ ਤੇ ਫੇਰ ਨਹੀਂ ਨੇੜੇ ਗਿਆ ਮੈਨੂੰ ਕਦੇ ਵੀ ਸ਼ਰਾਬ ਤੋਂ ਨਹੀਂ ਸੀ ਰੋਕਿਆ ਤੇ ਮੈਂ ਪੀ ਵੀ ਲੈਂਦਾ ਸਾਂ ਛੋਟੀ ਉਮਰ ਤੋਂ ਹੀ ਖਾਸ ਕਰਕੇ ਉਦੋਂ ਦਾ ਜਦੋਂ 8ਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਖੇਤ ਦੀ ਖੇਤੀ ਦੇ ਕੰਮ ਵਿੱਚ ਜੁਟ ਗਿਆ ਸਿਆਲ ਨੂੰ ਨਹਿਰ ਦਾ ਪਾਣੀ ਲਗਾਉਂਦੇ ਆ ਤਾਇਆ ਜੀ ਪਲਾਈ ਦਿੰਦੇ ਸੀ ਘਰ ਦੀ ਕੱਢੀ ਸ਼ਰਾਬ ਹੁੰਦੀ ਸੀ ਇੱਕ ਵਾਰ ਮੈਂ ਥੋੜੀ ਵੱਧ ਪੀ ਪੀ ਗਿਆ ਤਾਂ ਸਾਰਾ ਦਿਨ ਬਹੁਤ ਔਖਾ ਹੋਇਆ ਉਦੋਂ ਤੋਂ ਮੈਂ ਤਾਂ ਘੱਟ ਹੀ ਕਦੀ ਇੱਕ ਜਾਂ ਦੋ ਪੈਗ ਤੋਂ ਵੱਧ ਪੀਤੀ ਹੋਏਗੀ ਇਹ ਆਦਤ ਕਾਲਜ ਤੇ ਸਰਵਿਸ ਦੇ ਦੌਰਾਨ ਬਣੀ ਰਹੀ ਇੱਕ ਵਾਰੀ ਮੈਂ ਤੇ ਇੱਕ ਦੋ ਦੋਸਤ ਕਿਸੇ ਕੰਜੂਸ ਵਾਕਫ ਦੇ ਘਰ ਪਾਰਟੀ ਤੇ ਗਏ ਉਹਨੇ ਕਿਤੇ ਇੰਪੋਰਟਡ ਅੰਗਰੇਜ਼ੀ ਸ਼ਰਾਬ ਦੀ ਬੋਤਲ ਲਿਆਂਦੀ ਹੋਈ ਸੀ ਉਸ ਬੋਤਲ ਨੂੰ ਖਾਲੀ ਕਰਨ ਦੇ ਲਾਲਚ ਵਿੱਚ ਅਸੀਂ ਸ਼ਰਾਬ ਜ਼ਿਆਦਾ ਪੀ ਗਏ ਸੀ ਅਸੀਂ ਸਾਰੇ ਪ੍ਰੋਫੈਸਰ ਮੇਰੀ بیوی ਨੇ ਚੰਗਾ ਨਾ ਸਮਝਿਆ ਹਾਲਾਂਕਿ ਉਸ ਤੋਂ ਇਜਾਜ਼ਤ ਲੈ ਕੇ ਵਾਧੂ ਪੀਤੀ ਸੀ ਮੈਂ ਉਸ ਨਾਲ ਵਾਅਦਾ ਕੀਤਾ ਕਿ ਮੁਰ ਜੇ ਮੈਂ ਕਦੇ ਵੱਧ ਪੀ ਜਾਵਾਂ ਤਾਂ ਉਸੇ ਦਿਨ ਤੋਂ ਸ਼ਰਾਬੁੱਕਾ ਹੀ ਛੱਡ ਦੇਵਾਂਗਾ ਇਹ 1964-65 ਦੀ ਗੱਲ ਹੈ 1978 ਤੋਂ ਫਤਮਾ ਇਰਾਨ ਵਿੱਚ ਯੂਨੋ ਦੀ ਨੌਕਰੀ ਕਰਦਾ ਸੀ ਇਹ ਮੌਕਾ ਆ ਗਿਆ ਯੂਨੋ ਵਿੱਚ ਇਹ ਰੋਜ਼ ਦਾ ਕਿਰਦਾਰ ਹੁੰਦਾ ਸੀ ਕਿ ਜਾਂ ਕਿਸੇ ਕੋਲ ਚਲੇ ਜਾਓ ਤੇ ਜਾਂ ਫਿਰ ਕਿਸੇ ਨੂੰ ਘਰ ਸੱਦ ਲਓ ਵਿਦੇਸ਼ ਵਿੱਚ ਆਪਣੇ ਬੰਦੇ ਥੋੜੇ ਹੀ ਹੁੰਦੇ ਸੀ ਪਰ ਫਿਰ ਵੀ ਇਹ ਮਿਲਣ-ਜੋਲਣ ਦਾ سلسلہ ਆਪੋ ਵਿੱਚ ਹੀ ਹੁੰਦਾ ਸੀ ਨਤੀਜੇ ਵਜੋਂ ਰੋਜ਼ ਵਧੀਆ ਤੋਂ ਵਧੀਆ ਵਿਸਕੀ ਸ਼ਰਾਬ ਜੋ ਕਿ ਸਸਤੀ ਡਿਊਟੀ ਫਰੀ ਮਿਲਦੀ ਸੀ ਪੀਦੀ ਸੀ 1978-79 ਵਿੱਚ ਈਰਾਨ ਵਿੱਚ ਸ਼ਾਹੀ ਹਕੂਮਤ ਕਮਜ਼ੋਰ ਪੈ ਰਹੀ ਸੀ ਤੇ ਮੁਸਲਮਾਨ ਇਨਕਲਾਬੀ ਕਾਫੀ ਤੇਜ਼ੀ ਨਾਲ ਕਾਬੂ ਪਾ ਰਹੇ ਸਨ ਰੋਜ਼ ਸਾਰਾ-ਸਾਰਾ ਦਿਨ ਗੋਲੀ ਚੱਲਦੀ ਸੀ ਅੰਦਰ ਹੀ ਬੜੇ ਰਹਿੰਦੇ ਸੀ ਰਹੀਦਾ ਸੀ ਇੱਕ 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 ਦਿਨ 4-5 ਦਿਨਾਂ ਤੋਂ ਅੰਦਰ ਹੀ ਬੜੇ ਰਹਿਣ ਨਾਲ ਕਾਫੀ ਬੋਰ ਹੋ ਗਏ ਸੀ। ਤਾਸ਼ ਖੇលਦੇ-ਖੇਲਦੇ ਅਸੀਂ ਚਾਰ ਜਣੇ ਵਿਸਕੀ ਪੀਣ ਲੱਗ ਪਏ। ਮੈਂ ਅਨਪੋਲ ਹੀ 6-7 ਪੈਗ ਪੀ ਗਿਆ ਤੇ ਕਾਫੀ ਸ਼ਰਾਬੀ ਹੋ ਗਿਆ ਤੇ ਬਗੈਰ ਰੋਟੀ ਖਾਦੀ ਸੌਂ ਗਿਆ। ਸਵੇਰੇ ਜਦ ਉੱਠਿਆ ਤਾਂ ਇਸ ਤੋਂ ਕਹਾਂ ਕਿ ਕਿ ਮੇਰੀ بیوی ਨੂੰ بیوی ਮੈਨੂੰ ਕੁਝ ਕਹੀ ਮੈਂ ਕਿਹਾ ਕਿ ਮੈਂ ਅੱਜ ਤੋਂ 14-15 ਸਾਲ ਪਹਿਲਾਂ ਕੀਤਾ ਵਚਨ ਨਿਭਾਵਾਂਗਾ। ਤੇ ਸ਼ਰਾਬ ਨੂੰ ਉਸ ਦਿਨ ਤੋਂ ਮੈਂ ਉੱਕਾ ਹੀ ਛੱਡ ਗਿਆ 1991 ਤੱਕ ਮੈਂ ਬੀਅਰ ਨੂੰ ਵੀ ਮੂੰਹ ਨਹੀਂ ਲਾਇਆ ਸਾਡੇ ਘਰ ਬਾਪੂ ਤੋਂ ਸਿਵਾ ਕੋਈ ਸ਼ਰਾਬ ਨਹੀਂ ਪੀਂਦਾ ਜਨਮੇਜਾ ਤਾਂ ਉੱਕਾ ਹੀ ਨਹੀਂ ਪੀਂਦਾ ਜੇ ਕੋਈ ਖਾਸ ਹੀ ਮੌਕਾ ਹੋਵੇ ਤਾਂ ਕਿਤੇ ਕਿਤੇ ਇੱਕ ਅੱਧਾ ਗਲਾਸ ਬੀਅਰ ਦਾ ਪੀ ਲੈਂਦਾ ਮੇਰੇ ਸਨ ਇਨ ਲਾ ਨੂੰ ਤਾਂ ਬੀਅਰ ਸ਼ਰਾਬ ਆਦ ਪੀ ਕੇ ਅਲਰਜੀ ਹੋ ਜਾਂਦੀ ਹੈ ਮੈਂ 1991 ਤੋਂ ਬਾਅਦ ਜਨਮੇਜੇ ਵਾਂਗ ਹੀ ਕਿਤੇ ਕਿ ਤਾਂ ਬੀਅਰ ਦਾ ਗਲਾਸ ਪੀ ਲੈਣਾ ਪਰ ਮੈਨੂੰ ਇਹ ਬਹੁਤ ਮਾਫਕ ਨਹੀਂ ਬੈਠਦੀ ਸਾਰੇ ਸਾਲ ਦੀ ਸਾਡੀ ਬੀਅਰ ਦੀ ਖਪਤ ਤਿੰਨ ਕੋ ਬੋਤਲਾਂ ਤੋਂ ਘੱਟ ਹੀ ਹੈ ਵੱਧ ਨਹੀਂ ਮੇਰਾ ਨਸ਼ਿਆਂ ਬਾਰੇ ਇਹ ਦੱਸਣਾ ਇਸ ਕਰਕੇ ਹੈ ਕਿ ਮੈਨੂੰ ਆਪਣੇ ਬਜ਼ੁਰਗਾਂ ਦੀ ਇਹ ਪਹੁੰਚ ਤੇ ਸੋਚ ਕਾਫੀ ਜੱਚੀ ਹੈ ਕਿ ਕੋਈ ਇਨਸਾਨ ਨਸੀਹਤਾਂ ਕਰਨ ਤੇ ਨਹੀਂ ਮੁੜਦਾ ਹਰ ਕੋਈ ਵਰਜਿਤ ਵਸਤੂ ਨੂੰ ਪਰਖਦਾ ਜ਼ਰੂਰ ਹੈ ਆਖਰ ਆਪਣੇ ਮਨ ਹੀ ਸੁਮਤ ਪਵੇ ਤਾਂ ਨਸ਼ਿਆਂ ਨੂੰ त्यागਦਾ ਹੈ। ਉਹਨਾਂ ਨੇ ਮੈਨੂੰ ਨਾ ਰੋਕਣ ਨਾਲ ਮੇਰੇ ਮਨ 'ਚ ਨਸ਼ਿਆਂ ਦੀ ਪਰਖਣ ਜਾਂ ਪੀਣ ਦੀ ਕੋਈ ਉਤਸੁਕਤਾ ਨਾ ਰਹੀ। ਜੇ ਪੀਣਾ ਚਾਹਾਂ ਤਾਂ ਪੀ ਸਕਦਾ ਹਾਂ ਇਸ ਕਰਕੇ ਚੋਰੀ ਛਿਪੇ ਨਸ਼ਾ ਕਰਨ ਦਾ ਕੋਈ ਕਾਰਨ ਨਾ ਰਿਹਾ। ਜੋ ਨਸ਼ਾ ਮੇਰੇ ਬਜ਼ੁਰਗ ਗਲਤ ਤੇ ਘਟਿਆ ਸਮਝਦੇ ਸਨ, ਉਹ ਪਹਿਲੀ ਵਾਰ ਮੇਰੀ ਕੁਝ ਵਿਤ ਤੋਂ ਵੱਧ ਸੇਵਾ ਕਰ ਦਿੱਤੀ। ਜਿਸ ਨਾਲ ਉਹਨਾਂ ਨਸ਼ਿਆਂ ਤੋਂ ਖਿਰਨਾ ਪੈਦਾ ਹੋ ਗਈ। ਮੈਂ ਸਮਝਦਾ ਕਿ ਨੌਜਵਾਨਾਂ ਦੇ ਨਸ਼ੀਲੇ ਪਦਾਰਥਾਂ ਦੇ ਸਕੂਲਾਂ ਕਾਲਜਾਂ 'ਚ ਸੇਵਨ ਕਰਨ ਦਾ ਵੱਡਾ ਕਾਰਨ ਮਾਪਿਆਂ ਦਾ ਬੱਚਿਆਂ ਨੂੰ ਵਿਸ਼ਵਾਸ ਵਿੱਚ ਨਾ ਲੈਣਾ ਤੇ ਉਹਨਾਂ ਦਾ ਚੋਰੀ ਚਪੇਸ ਬੁਰਾਈ ਨੂੰ ਅਪਣਾਉਣਾ ਮਾਂ-ਬਾਪ ਦਾ ਡਰ ਇੱਕ ਬਹੁਤ ਵੱਡਾ ਕਾਰਨ ਹੈ ਇਹ ਇੱਕ ਬਹੁਤ ਨਾਜ਼ੁਕ ਮਾਮਲਾ ਹੈ ਇਸ ਵਿਸ਼ੇ ਤੇ ਕੋਈ ਪੱਕੀ ਲਕੀਰ ਦੀ ਤਰ੍ਹਾਂ ਸਲਾਹ ਨਹੀਂ ਦਿੱਤੀ ਜਾ ਸਕਦੀ ਹਰ ਘਰ ਦਾ ਆਪੋ ਆਪਣਾ ਵਾਤਾਵਰਨ ਹੈ ਪਰ ਇੱਕ ਗੱਲ ਪੱਕੀ ਹੈ ਕਿ ਪਿਆਰ ਤੇ ਵਿਸ਼ਵਾਸ ਦੋ ਬਹੁਤ ਜ਼ਰੂਰੀ ਹਥਿਆਰ ਨੇ ਕਿਸੇ ਵੀ ਨੌਜਵਾਨ ਨੂੰ ਨਸ਼ਿਆਂ ਦੇ ਰਾਹ ਤੋਂ ਮੋੜਨ ਲਈ ਨਿਰੀ ਸ਼ਕਤੀ ਵਰਜਿਤ ਮਾਹੌਲ ਤੇ ਡਰ ਕਿਸੇ ਵੀ ਬੱਚੇ ਜਾਂ ਨੌਜਵਾਨ ਨੂੰ ਗਲਤ ਜੁੰਡਲੀ ਦੀ ਝੋਲੀ ਪਾ ਸਕਦੇ ਹਨ ਧੰਨਵਾਦ